ਚੱਕ ਦੇ ਕਿੱਥੇ ਨੂੰ ਕੰਮ ਯਾਰ ਉਹਨੇ ਕੋਠੀ ਨੂੰ ਘੇਰਾ ਪਾਇਆ ਬੈਠੋ ਬੈਠੋ
ਗੱਲਬਾਤ ਕਰ ਲਓ ਬਹਿੰਦਾ ਕਹਿੰਦਾ ਨੀ ਯਾਰ ਕਦੋਂ ਸਾਹਿਬ ਬਿਠਾਓ ਸਾਰਿਆਂ ਨੂੰ ਤੇ ਸਭ ਤੋਂ ਵੱਧ ਮੇਰਾ ਗੀਤ ਵਾਇਰਲ ਹੋਇਆ ਸੀ ਬੀਬੀਆਂ ਲਈ ਗੀਤ ਲਿਖਿਆ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬੀਬੀਆਂ ਲਈ ਕਿਰਾਇਆ ਮਾਫ਼ ਕੀਤਾ ਸੀ ਬੱਸਾਂ ਦਾ ਤਾਂ ਬੀਬੀਆਂ ਖਾਤਰ ਫਰੀ ਹੋ ਗਈਆਂ ਰੋਡਵੇਜ਼ ਦੀਆਂ ਬੱਸਾਂ। ਮੇਰਾ ਗਾਣਾ ਤੁਸੀਂ ਜ਼ਰੂਰ ਸੁਣਿਆ ਹੋਣਾ, ਗੀਤ ਸੁਣਿਆ ਹੋਊਗਾ। ਅਤੇ ਕੁਲਵੰਤ ਖਮਾਰੂ ਜੀ ਨਾਮ ਦੀ ਮੇਰਾ ਚੈਨਲ ਹੈ ਅਤੇ ਜ਼ਰੂਰ ਮੇਰਾ ਸਬਸਕ੍ਰਾਈਬ ਕਰੋ ਚੈਨਲ ਜੀ। ਲੋਕ ਇੱਕ ਕਵਿਤਾ ਸਾਂਝੀ ਕਰਨ ਲੱਗਿਆ, ਸਾਡੇ ਪੂਰੇ ਪੰਜਾਬ ਦਾ ਪੂਰੇ ਹਿੰਦੁਸਤਾਨ ਦਾ ਇੱਕ ਨਕਸ਼ਾ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਮੈਂ, ਉਮੀਦ ਹੈ ਕਿ ਤੁਸੀਂ ਗੌਰ ਫਰਮਾਓਗੇ। ਕ੍ਰਾਂਤੀ ਸ਼ੂ 'ਤੇ ਲਿਖਦਾ ਬਿਲਕੁਲ ਇਸ ਰਚਨਾ ਵਿੱਚ ਕ੍ਰਾਂਤੀ ਸ਼ੂ ਸਾਂਝੇ ਕਰਨ ਲੱਗੇ, ਉਮੀਦ ਹੈ ਕਿ ਤੁਹਾਨੂੰ ਸੁਣੋਗੇ। ਪੰਜਾਬ ਨੂੰ ਰੰਗਲਾ ਬਣਾਇਆ ਜਾ ਰਿਹਾ, ਮੰਤਰੀਆਂ ਲਈ ਬੰਗਲਾ ਬਣਾਇਆ ਜਾ ਰਿਹਾ, ਆਮ ਬੰਦਾ ਖਾਸ ਹੋ ਰਿਹਾ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ। ਖੇਤਾਂ ਦੇ ਪੁੱਤ ਮਰਵਾਏ ਜਾ ਰਹੇ ਨੇ, ਮਸਜਿਦਾਂ ਤੇ ਗੁਰਦੁਆਰੇ ਢਾਏ ਜਾ ਰਹੇ ਨੇ, ਪ੍ਰਚਲਿਤ ਅੰਧ ਵਿਸ਼ਵਾਸ ਹੋ ਰਿਹਾ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ, ਬੱਲੇ ਬੱਲੇ ਬੱਲੇ। ਆਪਣੇ ਘਰ ਭਰ ਰਹੇ ਨੇ ਪ੍ਰੋਫੈਸਰ ਖੁਦਕੁਸ਼ੀ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ। ਬੈਂਡ ਵਾਜੇ ਵਜਾਏ ਜਾ ਰਹੇ ਨੇ, ਲੀਡਰ ਧੜਾ ਧੜ ਵਿਆਹੇ ਜਾ ਰਹੇ ਨੇ, ਮੁਹੱਬਤ ਦਾ ਅਹਿਸਾਸ ਹੋ ਰਿਹਾ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ। ਗ੍ਰਾਂਟਾਂ ਚ ਘਾਲਾ ਮਾਲਾ ਹੋ ਰਿਹਾ, ਚੌਂਕੀਦਾਰ ਸਖਾਲਾ ਹੋ ਰਿਹਾ, ਬੇਰੁਜ਼ਗਾਰ ਹਰਾਸ ਹੋ ਰਿਹਾ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ। ਲੋਕ ਵਿਚਾਰੇ ਲੁੱਟੇ ਜਾ ਰਹੇ ਨੇ, ਧੀਆਂ ਤੇ ਪੁੱਤ ਕੁੱਟੇ ਜਾ ਰਹੇ ਨੇ, ਬੇਗਾਨਗੀ ਦਾ ਅਹਿਸਾਸ ਹੋ ਰਿਹਾ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ। ਮਜ਼ਦੂਰ ਦੀ ਹਾਲਤ ਮਾੜੀ ਹੋ ਰਹੀ ਹੈ, 12 ਘੰਟੇ ਦੀ ਦਿਹਾੜੀ ਹੋ ਰਹੀ ਹੈ, ਹਰ ਕਿਰਤੀ ਉਲਾਸ ਹੋ ਰਿਹਾ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ। ਹੋਰ ਦੇਖੋ ਕਿੱਥੇ ਕਿੱਥੇ ਵਿਕਾਸ ਹੋ ਰਿਹਾ। ਅੱਤ ਕਰ ਗਈ ਕਿਸਾਨੀ, ਕਿੰਨਾ ਵਿਕਾਸ ਹੋ ਰਿਹਾ, ਬੱਲੇ ਬੱਲੇ। ਕਹਿੰਦਾ ਸਕੂਲਾਂ ਦੀ ਮਸ਼ਹੂਰੀ ਹੋ ਰਹੀ ਹੈ, ਨਕਲ ਬਹੁਤ ਜ਼ਰੂਰੀ ਹੋ ਰਹੀ ਹੈ, ਬੱਚਾ ਬਿਨਾਂ ਪੜ੍ਹੇ ਪਾਸ ਹੋ ਰਿਹਾ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ। ਬਿਨਾਂ ਪੜ੍ਹਾਏ ਵਿਦਿਅਕ ਮੁਕਾਬਲੇ ਹੋ ਰਹੇ ਨੇ, ਚਮਚੇ ਬਹੁਤ ਉਤਾਵਲੇ ਹੋ ਰਹੇ ਨੇ, ਪੜ੍ਹਾਈ ਦਾ ਸੱਚਾ ਨਾਸ ਹੋ ਰਿਹਾ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ। ਕਹਿੰਦਾ ਪੜ੍ਹਾਈ ਲਈ ਲਾਜ਼ਮੀ ਵੈਨ ਹੋ ਰਹੀ ਹੈ, ਆਪਣੀ ਬੋਲੀ ਵੈਨ ਹੋ ਰਹੀ ਹੈ, ਅੰਗਰੇਜ਼ੀ ਦਾ ਅਭਿਆਸ ਹੋ ਰਿਹਾ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ। ਵਿਕਾਸ ਬੜਾ ਹੀ ਤੇਜ ਹੋ ਰਿਹਾ, ਨਾ ਚਾਲੂ ਸੀਵਰੇਜ ਹੋ ਰਿਹਾ, ਪਰ ਫੰਡ ਦਾ ਸਹੀ ਨਿਕਾਸ ਹੋ ਰਿਹਾ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ। ਸਕੂਲਾਂ ਚ ਪੂਰੇ ਮਾਸਟਰ ਹੈ ਨੀ, ਹਸਪਤਾਲਾਂ ਵਿੱਚ ਡਾਕਟਰ ਹੈ ਨੀ, ਮਰੀਜ਼ ਦਾ ਬੰਦ ਸਵਾਸ ਹੋ ਰਿਹਾ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ। ਆਪਣਾ ਮੁੱਦਾ ਜਿਹੜਾ ਆਪਾਂ ਲੈ ਕੇ ਆਏ ਹਾਂ, ਕਹਿੰਦਾ ਨਾ ਲਾਗੂ ਪੁਰਾਣੀ ਪੈਨਸ਼ਨ ਦਾ ਰਸਤਾ ਤਲਾਸ਼ ਹੋ ਰਿਹਾ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ।
ਕੁਲਵੰਤ ਖਨੌਰੀ ਭੁੱਲ ਨਾ ਜਾਇਓ, ਵੋਟਾਂ ਫਿਰ ਇਹਨਾਂ ਨੂੰ ਪਾਇਓ, ਜਲਦੀ ਚੋਣ ਇਜਲਾਸ ਹੋ ਰਿਹਾ। ਬੱਲੇ 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 ਕਿੰਨਾ ਵਿਕਾਸ ਹੋ ਰਿਹਾ, ਬੱਲੇ 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 ਕਿੰਨਾ ਵਿਕਾਸ ਹੋ ਰਿਹਾ। ਮੇਰੇ ਸਾਥੀ ਆਏ ਨੇ, ਸਾਡਾ ਏਕਾ ਜਿੰਦਾਬਾਦ, ਪੁਰਾਣੀ ਪੈਨਸ਼ਨ ਲਾਗੂ ਕਰੋ, ਐਨਪੀਐਸ ਰੱਦ ਕਰੋ, ਸਾਡਾ ਏਕਾ ਜਿੰਦਾਬਾਦ, ਲੋਟੂ ਸਰਕਾਰਾਂ ਮੁਰਦਾਬਾਦ, ਪੰਜਾਬ ਸਾਡਾ ਏਕਾ ਜਿੰਦਾਬਾਦ, ਸਾਡਾ ਏਕਾ ਜਿੰਦਾਬਾਦ, ਪੁਰਾਣੀ ਪੈਨਸ਼ਨ ਬਹਾਲ ਕਰੋ। ਬੇਨਤੀ ਕਰੂੰਗਾ ਪ੍ਰਧਾਨ ਸੁਰਜੀਤ ਜੀ ਨੂੰ, ਤੇਜਿੰਦਰ ਸਿੰਘ ਜੀ ਨੰਗਲ, ਉਹ ਵੀ ਸਟੇਜ 'ਤੇ ਆ ਜਾਣ। ਪ੍ਰਧਾਨ ਜੀ ਸੁਰਜੀਤ ਜੀ ਆ ਜਾਓ, ਏਦਾਂ ਨਹੀਂ ਗੱਲ ਬਣਦੀ, ਆ ਜਾਓ ਪ੍ਰਧਾਨ। ਬੀਐਡ ਦੇ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਜੀ ਪਰਗਾ, ਉਹ ਵੀ ਅੱਗੇ ਆ ਜਾਣ। ਆਓ, ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਫੰਡ ਦੇ ਸੱਦੇ ਦੇ ਉੱਤੇ ਪੰਜਾਬ ਦੇ ਐਨਪੀਐਸ ਕਰਮਚਾਰੀਆਂ ਦੀ ਨੁਮਾਇੰਦੇ ਜਥੇ ਭਵਨ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੋਰਚੇ ਦਾ ਗਠਨ ਕੀਤਾ। ਤਾਂ ਅੱਜ ਇਹਨਾਂ ਸਾਰੇ ਜਥੇਬੰਦੀਆਂ ਦੇ ਬੈਨਰ ਹੇਠ ਵੱਖ ਵੱਖ ਜ਼ਿਲ੍ਹਿਆਂ ਤੋਂ ਵੱਖ ਵੱਖ ਅਦਾਰਿਆਂ ਤੋਂ ਵੱਡੀ ਗਿਣਤੀ 'ਚ ਪਹੁੰਚੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਐਨਪੀਐਸ ਕਰਮਚਾਰੀਓ। ਅੱਜ ਇਸ ਸਮੇਂ ਦੀ ਲੋੜ ਸੀ ਵੀ ਇੱਕ ਮੰਗ ਦੇ ਲਈ ਲੜਨ ਦੇ ਵਾਸਤੇ, ਜਿਹੜਾ ਮਰਿਆ ਸਭ ਸਾਡੇ ਗਲ ਪਏ, ਐਨਪੀਐਸ ਦਾ ਨਵਾਂ ਮਰਿਆ ਸਭ ਸਾਡੇ ਗਲ ਪਏ, ਇਹ ਉਹ ਦੁਖਦੇ ਗੋਡਿਆਂ ਵਾਲੇ ਅਟਲ ਬਿਹਾਰੀ ਵਾਜਪਾਈ ਨੇ ਪਏ। ਉਹ ਅਟਲ ਬਿਹਾਰੀ ਵਾਜਪਾਈ ਜਿਹੜਾ ਭਗਵੰਤ ਮਾਨ ਵਾਂਗੂ ਲੋਕ ਸਭਾ ਦੇ ਵਿੱਚ ਬੜੇ ਚੁਟਕਲੇ ਸੁਣਾਉਂਦਾ ਸੀ। ਹਾਂਜੀ, ਤਰਨ ਤਾਰਨ ਤੋਂ ਇੱਕ ਵੱਡਾ ਕਾਫਲਾ ਸਾਡੇ ਸਾਥੀਆਂ ਦਾ ਹੈ, ਸਾਥੀਆਂ ਦੇ ਜਜ਼ਬੇ ਨੂੰ ਸਲਾਮ ਹੈ। ਦੋ ਨਾਰੇ ਲਾਊਂਗਾ ਸਾਥੀਆਂ ਦੇ ਜਜ਼ਬੇ ਨੂੰ ਸਲਾਮ ਕਰਨ ਵਾਸਤੇ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ, ਪੰਜਾਬ ਸਰਕਾਰ ਮੁਰਦਾਬਾਦ, ਮੁੱਖ ਮੰਤਰੀ ਮੁਰਦਾਬਾਦ, ਸਾਡਾ ਏਕਾ ਜਿੰਦਾਬਾਦ। ਸੋ ਅਸੀਂ ਗੱਲ ਕਰਦੇ ਸੀ ਕਿ ਜਿਹੜਾ ਇਹ ਮਰਿਆ ਸੱਪ ਹੈ, ਇਹ ਸਾਡੇ ਗਲ ਦੇ ਵਿੱਚ ਉਸ ਦੁਖਦੇ ਗੋਡਿਆਂ ਵਾਲੇ ਵਾਜਪਾਈ ਨੇ ਪਾਇਆ। ਭਲੇ ਹੀ ਸਰਕਾਰ ਇਹੋ ਜਿਹੇ ਲੋਕਾਂ ਨੂੰ ਭਾਰਤ ਰਤਨ ਦੇ ਨਾਲ ਨਵਾਜਦੀ ਰਹੇ, ਪਰ ਜਿਹੜੇ ਸਮਾਜਿਕ ਸੁਰੱਖਿਆ ਤੇ ਜਿਹੜੇ ਐਨਪੀਐਸ ਪੀੜਤ ਮੁਲਾਜ਼ਮ ਨੇ, ਉਹ ਇਹਨਾਂ ਲੋਕਾਂ ਦੀਆਂ ਜਾ ਕੇ ਕਬਰਾਂ ਦੇ ਉੱਤੇ ਹਮੇਸ਼ਾ ਇਹਨਾਂ ਨੂੰ ਲਾਂਤਾਂ ਪਾਉਂਦੀ ਰਹੂਗੀ। ਸੋ ਉਹਦੇ ਪਦ ਚਿੰਨ੍ਹਾਂ ਦੇ ਚੱਲਦਿਆਂ ਉਹੀ ਸੇਮ ਚੁਟਕਲਿਆਂ ਦੀ ਗੱਲ ਨੂੰ ਸਾਡੇ ਇਹ ਮੁੱਖ ਮੰਤਰੀ ਭਗਵੰਤ ਮਾਨ ਜੀ ਦਹਾਉਣਾ ਚਾਹੁੰਦੇ ਨੇ। ਇਹਨਾਂ ਨੂੰ ਲੱਗਦਾ ਕਿ ਲੋਕਾਂ ਤੋਂ ਖੋਹੀ ਜਾਓ ਤੇ ਲੋਕਾਂ ਦੇ ਹੱਕ ਦੱਬੀ ਜਾਓ, ਲੋਕਾਂ ਨੂੰ ਚੁਟਕਲੇ ਸੁਣਾਈ ਜਾਓ। ਤਾਂ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਭਗਵੰਤ ਮਾਨ ਸਾਹਿਬ, ਤੁਹਾਡਾ ਇਹ ਜਿਹੜਾ ਕੁਲਫੀ ਗਰਮਾ ਗਰਮ ਵਾਲਾ ਡਰਾਮਾ ਹੈ, ਇਹ ਬੜਾ ਜਲਦੀ ਬੰਦ ਹੋਣ ਵਾਲਾ ਹੈ। ਆਹ ਜਿਹੜੇ ਐਨਪੀਐਸ ਮੁਲਾਜ਼ਮ ਪੂਰੇ ਪੰਜਾਬ ਤੋਂ ਪੀੜਤ ਲੋਕ ਤੁਹਾਡੇ ਵਾਸ ਪਹੁੰਚੇ ਨੇ, ਇਹ ਤੁਹਾਡੀ ਕੁਲਫੀ ਨੂੰ ਠੰਡਿਆ ਕਰਨ ਵਾਸਤੇ ਆਏ ਨੇ। ਤੁਸੀਂ ਬਾਕੀ ਰਾਜਾਂ ਦੇ ਵਿੱਚ ਪ੍ਰਚਾਰ ਕਰਕੇ ਆਏ ਹੋ, ਤੁਸੀਂ ਕਹਿ ਕੇ ਆਏ ਹੋ ਕਿ ਅਸੀਂ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਤੀ। ਤੁਹਾਨੂੰ ਲੱਗਦਾ ਕਿ ਸਾਡੀਆਂ ਮੇਰੀਆਂ ਕੈਸਟਾਂ ਦੇ ਬਾਬੂ ਇਹ ਲੋਕ ਮੇਰੀਆਂ ਗੱਲਾਂ ਬਾਤਾਂ ਨੂੰ ਅਲਮਾਰੀਆਂ 'ਚ ਬੰਦ ਕਰ ਦੇਣਗੇ, ਪਰ ਇਹ ਐਨਪੀਐਸ ਮੁਲਾਜ਼ਮ ਨੇ
ਇਹ ਤੁਹਾਡੇ ਕੀਤੇ ਹੋਏ ਵਾਅਦੇ ਨੂੰ ਭੁੱਲਣਗੇ ਨਹੀਂ। ਜਿੱਥੇ ਕਿਤੇ ਤੁਸੀਂ ਜਾਓਗੇ, ਆਹ ਜਿਹੜੀਆਂ 92 ਲਾਸ਼ਾਂ ਤੁਸੀਂ ਸਾਨੂੰ ਪਰੋਸ ਕੇ ਦਿੱਤੀਆਂ ਨੇ ਥਾਲੀ ਦੇ ਵਿੱਚ, ਇਹ 92 ਲਾਸ਼ਾਂ ਦੀ ਸੁਣਵਾਈ ਪਹਿਲਾਂ ਤਾਂ ਤੁਹਾਡੀ ਸਰਕਾਰ 'ਚ ਨਹੀਂ ਹੋ ਰਹੀ, ਤੁਹਾਡੀ ਸਰਕਾਰ ਇਹਨਾਂ 92 ਬੰਦਿਆਂ ਦੀ ਕੋਈ ਗੱਲ ਨਹੀਂ ਸੁਣ ਰਹੀ, ਤੁਸੀਂ ਇਹਨਾਂ ਦਾ ਫੋਨ ਤੱਕ ਨਹੀਂ ਚੱਕਦੇ, ਤੇ ਦੂਜੇ ਪਾਸੇ ਫਿਰ ਇਹਨਾਂ ਦਾ ਜਿਹੜਾ ਘਰ ਦੇ ਦਰਵਾਜ਼ੇ ਨੇ ਉਹ ਅਸੀਂ ਬੰਦ ਕਰ ਦੇਣੇ ਨੇ, ਇਹਨਾਂ ਦੀ ਹਾਲਤ ਧੋਬੀਆਂ ਦੇ ਕੁੱਤੇ ਵਾਲੀ ਕਰ ਦੇਣੀ ਹੈ, ਨਾ ਇਹ ਘਰ ਦੇ ਰਹਿਣੇ ਨੇ ਤੇ ਨਾ ਇਹ ਘਰ ਦੇ ਰਹਿਣੇ ਨੇ। ਸੋ ਸੈਕਟਰੀ ਸਾਹਿਬ ਦਾ ਇਸ਼ਾਰਾ ਹੋ ਗਿਆ, ਮੈਂ ਮਾਨਸਾ ਜ਼ਿਲ੍ਹੇ ਦੇ ਸਾਥੀਆਂ ਨੂੰ ਜਿਹੜੇ 500 ਤੋਂ ਪਲੱਸ ਗਿਣਤੀ 'ਚ ਆਏ ਨੇ ਸਾਰੇ ਸਾਥੀਆਂ ਨੂੰ, ਉਹਨਾਂ ਨੂੰ ਇੱਕ ਵਾਰੀ ਫਿਰ ਉਹਨਾਂ ਦੇ ਜਜ਼ਬੇ ਲਈ ਸਲਾਮ ਕਰਦਾ, ਤੇ ਫਿਰ ਅਖੀਰ ਦੇ ਵਿੱਚ ਇਹੀ ਕਹੂੰਗਾ ਕਿ ਹਿੰਮਤ ਕਰ, ਜੇ ਰਸਤੇ ਵਿੱਚ ਕਠਿਨਾਈਆਂ ਨੇ, ਹੰਝੂਆਂ ਨੇ, ਤਕਦੀਰਾਂ ਕਦ ਪਲਟਾਈਆਂ ਨੇ, ਜਿਨ੍ਹਾਂ ਨੇ ਠੋਕਰ ਨੂੰ ਠੋਕਰ ਮਾਰੀ ਹੈ ਉਹਨਾਂ ਨੂੰ ਹੀ ਰਾਸ ਠੋਕਰ ਆਈਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬੰਦ ਕਰੋ, ਬੰਦ ਕਰੋ, ਬੰਦ ਕਰੋ, ਜੀਪੀਐਮ ਕਟੌਤੀ ਸ਼ੁਰੂ ਕਰੋ, ਸ਼ੁਰੂ ਕਰੋ, ਸ਼ੁਰੂ ਕਰੋ, ਮਾਨ ਸਰਕਾਰ ਮੁਰਦਾਬਾਦ, 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 ਮੁਲਾਜ਼ਮ ਏਕਤਾ ਜਿੰਦਾਬਾਦ, 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 ਪੁਰਾਣੀ ਪੈਨਸ਼ਨ ਬਹਾਲ ਕਰੋ, ਬਹਾਲ ਕਰੋ, ਬਹਾਲ ਕਰੋ, ਆਵਾਜ਼ ਦਿਓ, ਆਵਾਜ਼, ਪੰਜਾਬ ਸਰਕਾਰ ਮੁਰਦਾਬਾਦ, ਮੁਲਾਜ਼ਮ ਏਕਤਾ ਜਿੰਦਾਬਾਦ, ਪੁਰਾਣੀ ਪੈਨਸ਼ਨ ਬਹਾਲ ਕਰਕੇ ਰਹਾਂਗੇ, ਪੁਰਾਣੀ ਪੈਨਸ਼ਨ ਬਹਾਲ ਕਰਾ ਕੇ ਰਹਾਂਗੇ, ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ। ਕਿਉਂ ਪਿੱਛੇ ਰਹਿ ਗਈ, ਪਰ ਇਹ ਗੱਲਾਂ ਫਿਰ ਉਹੀ ਨੇ। ਮੈਂ ਜਥੇਬੰਦੀ ਦੇ ਮਾਹੌਲ ਨੂੰ, ਰੈਲੀ ਦੇ ਮਾਹੌਲ ਨੂੰ ਖਰਾਬ ਨਹੀਂ ਕਰਨਾ ਚਾਹੁੰਦਾ, ਕਿ ਜੇ ਮੈਂ ਕੁਝ ਗੱਲਾਂ ਕਹਾਂਗਾ ਤਾਂ ਹੋ ਸਕਦਾ ਕਿ ਉਹ ਸਥਿਤੀ ਟਕਰਾਅ ਵਾਲੇ ਪਾਸੇ ਨੂੰ ਵਧੇ ਜਾਂ ਉਹ ਰੈਲੀ ਦਾ ਮਾਹੌਲ ਖਰਾਬ ਹੋਵੇ। ਸੋ ਅੱਜ ਸਾਡੀ ਲੜਾਈ ਸਰਕਾਰ ਦੇ ਨਾਲ, ਸਰਕਾਰ ਦੇ ਨਾਲ ਅਸੀਂ ਪੁਰਾਣੀ ਪੈਨਸ਼ਨ ਲੈਣ ਆਏ ਹਾਂ। ਜਥੇਬੰਦੀਆਂ ਦੇ ਟਕਰਾਅ, ਜਥੇਬੰਦੀਆਂ ਦੇ ਮਸਲੇ ਉਹ ਟੇਬਲਾਂ ਤੇ ਬੈਠ ਕੇ ਸੁਲਝਾਏ ਜਾ ਸਕਦੇ ਨੇ। ਸੋ ਸਾਡੀ ਜਥੇਬੰਦੀ ਨੇ ਪਹਿਲੇ ਦਿਨ ਤੋਂ ਏਕੇ ਦੀ ਗੱਲ ਕੀਤੀ ਸੀ, ਔਰ 29 ਤਰੀਕ ਤੱਕ ਦੀ ਅਸੀਂ ਗੱਲ ਕਹੀ ਸੀ ਕਿ 29 ਨੂੰ ਸਾਡੀ ਸੀਐਮ ਦੇ ਨਾਲ ਮੀਟਿੰਗ ਹੈ, ਔਰ ਉਸੇ ਦਿਨ ਸਾਡੀ ਸੂਬੇ ਦੀ ਮੀਟਿੰਗ ਸੀ ਚੰਡੀਗੜ੍ਹ ਦੇ ਵਿੱਚ, ਔਰ ਅਪੀਲ ਵੀ ਇਹੀ ਸੀ ਜੇ ਸ਼ੋਰ 'ਚ ਦੱਸਦੇ ਹਾਂ ਕਿ ਅਸੀਂ 26 ਵਾਲੀ ਮੀਟਿੰਗ 'ਚ ਕਿਉਂ ਨਹੀਂ ਪਹੁੰਚੇ ਜਿੱਥੋਂ ਇਹ ਰੈਲੀ ਨਿਕਲੀ, ਕਿ 29 ਤਰੀਕ ਨੂੰ ਸਾਡੀ ਸੀਐਮ ਨਾਲ ਮੀਟਿੰਗ ਸੀ। ਉਸ ਮੀਟਿੰਗ ਤੋਂ ਬਾਅਦ ਅਸੀਂ ਅਗਲਾ ਫੈਸਲਾ ਕਰ ਸਕਦੇ ਸੀ ਕਿ ਅਸੀਂ ਕਿੱਧਰ ਨੂੰ ਜਾਣਾ। ਹੁਣ ਅੱਜ ਇੱਥੇ ਮੀਟਿੰਗ ਨਿਕਲੇ, ਕੀ ਤੁਸੀਂ ਅਗਲਾ ਪ੍ਰੋਗਰਾਮ ਦੇ ਕੇ ਜਾਓਗੇ, ਕਿਸ ਪਾਸੇ ਨੂੰ ਵਧੋਗੇ? ਸੋ ਇਹੋ ਜਿਹੇ ਕਈ ਉੱਤੇ ਥੱਲੇ ਗੱਲਾਂ ਸੀ ਜਿਹੜੀਆਂ, ਮੈਂ ਉਸ ਪਾਸੇ ਨੂੰ ਫਿਰ ਨਹੀਂ ਜਾਣਾ ਚਾਹੁੰਦਾ। ਸੋ 29 ਤਰੀਕ ਨੂੰ ਅਸੀਂ ਐਲਾਨ ਕੀਤਾ ਸੀ ਕਿ ਜੋ ਸਾਂਝੇ ਮੋਰਚੇ ਨੇ ਫੈਸਲਾ ਕੀਤਾ ਹੈ, CPF ਕਰਮਚਾਰੀ ਯੂਨੀਅਨ ਪੰਜਾਬ ਉਹਦਾ ਸਮਰਥਨ ਕਰਦੀ। ਅੱਜ ਵੀ ਸਾਡੇ ਸਾਰੇ ਜ਼ਿਲ੍ਹਿਆਂ 'ਚੋਂ ਮੁਲਾਜ਼ਮ ਆਏ ਨੇ, ਅਸੀਂ ਇੱਕ ਵੀ ਮੁਲਾਜ਼ਮ ਨੂੰ ਨਹੀਂ ਰੋਕਿਆ ਕਿ ਤੁਸੀਂ ਨਹੀਂ ਜਾਣਾ। ਵੱਡੀ ਗਿਣਤੀ ਜਿੱਥੇ ਸਾਡਾ ਮੁਲਾਜ਼ਮ ਬੈਠਾ ਹੈ, ਕਲੈਰੀਕਲ ਦੇ ਵਿੱਚ ਹੋਣ, ਚਾਹੇ ਉਹ ਸਾਡੇ ਜਿਸ ਪਾਰਟ ਜਿਹੜਾ CPF ਨਾਲ ਜੁੜਿਆ, ਹਰ ਮੁਲਾਜ਼ਮ ਸਾਡਾ ਇੱਥੇ ਬੈਠਾ ਹੋਇਆ ਹੈ। ਰੈਲੀ ਦੇ ਲਈ ਅਸੀਂ ਆਪ ਅਪੀਲ ਪਾਈਏ, ਸਾਡੇ ਪ੍ਰਧਾਨ ਜਨਰਲ ਸਕੱਤਰ ਵੀ ਵਿੱਚ ਆਏ ਹੋਏ ਨੇ, ਕੋਈ ਬਾਂਹ ਖੜੀ ਕਰਕੇ ਇੱਕ ਬੰਦਾ ਕਹਿੰਦੇ ਅਸੀਂ ਅੱਜ ਦੀ ਰੈਲੀ ਦੀ ਵਿਰੋਧਤਾ ਕੀਤੀ ਹੋਵੇ, ਪਰ ਜੋ ਹੋ ਰਿਹਾ ਠੀਕ ਹੋ ਰਿਹਾ। ਅਗਲੀ ਮੀਟਿੰਗ ਸਾਨੂੰ ਕੱਲ੍ਹ ਹੀ ਲੈਟਰ ਸਰਕਾਰ ਵੱਲੋਂ ਆਇਆ ਕਿ 5 ਨੂੰ CM ਦੇ ਨਾਲ ਮੀਟਿੰਗ ਦੇ, ਪਰ ਅੱਜ ਅਸੀਂ ਰੈਲੀ 'ਚ ਆਉਣ ਤੋਂ ਪਹਿਲਾਂ ਫੈਸਲਾ ਕੀਤਾ ਕਿ 5 ਤਰੀਕ ਦੀ ਜਿਹੜੀ ਮੀਟਿੰਗ CPF ਯੂਨੀਅਨ ਨੂੰ ਮਿਲੀ ਹੈ ਉਹ ਅਸੀਂ ਮੁੱਢੋਂ ਰੱਦ ਕਰਦੇ ਹਾਂ, ਕਿਉਂਕਿ 5 ਤਰੀਕ ਨੂੰ ਬਜਟ ਪੇਸ਼ ਹੋਣ ਜਾ ਰਿਹਾ, ਸਰਕਾਰ ਸਾਨੂੰ ਫਿਰ ਟਰਕਾਉਣ ਵਾਲੀ ਨੀਤੀ ਵਾਲੇ ਪਾਸੇ ਨੂੰ ਵੱਧ ਰਹੀ ਹੈ। ਪਰ CPF ਯੂਨੀਅਨ ਜਿਹੜੀ ਕਿ ਲਗਾਤਾਰ ਸਰਕਾਰ ਦੇ ਨਾਲ
ਮੀਟਿੰਗ ਦਾ ਦੌਰ ਚੱਲਦਾ ਆ ਰਿਹਾ, ਚਾਹੇ ਉਹ ਵੱਖ ਵੱਖ ਅਧਿਕਾਰੀਆਂ ਦੇ ਨਾਲ ਹੋਵੇ। ਹੁਣ ਤੱਕ ਅਸੀਂ 4 ਵਾਰ ਸੀਐਮ ਨਾਲ ਮੀਟਿੰਗ ਕਰ ਚੁੱਕੇ ਹਾਂ, 17 ਵਾਰ ਵਿੱਤ ਮੰਤਰੀ ਨਾਲ ਕਰ ਚੁੱਕੇ ਹਾਂ। ਕਦੀ ਉੱਪਰ ਕਦੀ ਥੱਲੇ, ਕਦੀ ਫਾਈਲ ਆ ਗਈ, ਕਦੀ ਫਾਈਲ ਚਲੇਗੀ। ਸੋ ਅਗਲਾ ਪ੍ਰੋਗਰਾਮ ਵੀ ਅੱਜ ਅਸੀਂ ਦੇਣਾ, ਉਹ ਸੀਪੀਆਈ ਵੱਲੋਂ ਵੱਖਰੇ ਤੌਰ ਤੇ ਦਿੱਤਾ ਜਾਏਗਾ। ਪਰ ਇੱਕ ਚੀਜ਼ ਦਾ ਵਾਅਦਾ ਮੈਂ ਸਟੇਜ ਤੋਂ ਅੱਜ ਵੀ ਕਰਦਾ, ਜੋ ਪ੍ਰੋਗਰਾਮ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਸਾਂਝਾ ਮੋਰਚਾ ਦੇਗਾ, ਸੀਪੀਐਫ ਯੂਨੀਅਨ ਦਾ ਸਮਰਥਨ ਜਿੱਦਾਂ ਅਸੀਂ ਅੱਜ ਆਏ ਹਾਂ, ਇਹ ਤੋਂ ਵੱਡੀ ਗਿਣਤੀ ਦੇ ਵਿੱਚ ਹਰ ਰੈਲੀ ਦੇ ਵਿੱਚ ਸ਼ਮੂਲੀਅਤ ਕਰਾਂਗੇ। ਸਾਡਾ ਇੱਕ ਜਿੰਦਾਬਾਦ। ਸੋ ਅਖੀਰ ਦੇ ਵਿੱਚ, ਕਿਉਂਕਿ ਕਾਫੀ ਸਨਮਾਨਯੋਗ ਸ਼ਖਸੀਅਤਾਂ ਬੈਠੀਆਂ, ਉਹਨਾਂ ਨੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਨੇ, ਅਗਲੇ ਤੁਹਾਨੂੰ ਪ੍ਰੋਗਰਾਮ ਦੇਣੇ ਨੇ। ਸੋ ਮੇਰੀ ਸਿਰਫ ਇੱਕੋ ਇੱਕ ਬੇਨਤੀ ਹੈ ਕਿ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਇਹ ਸਰਕਾਰ ਹੋਵੇ ਜਾਂ ਕਿਸੇ ਵੀ ਸੂਬੇ ਦੀ ਸਰਕਾਰ ਹੋਵੇ, ਸਾਰੀਆਂ ਸਰਕਾਰਾਂ ਸਿਰਫ ਡੰਗ ਟਪਾਉ ਨੀਤੀ ਦੇ ਉੱਤੇ ਖੜੀਆਂ, ਤੇ ਸਾਡੇ ਕੋਲ ਇੱਕੋ ਇੱਕ ਆਖਰੀ ਹਥਿਆਰ ਹੈ, ਉਹ ਵੋਟ ਫੋਰ OPS ਹੈ, ਜੋ ਅਸੀਂ ਨੈਸ਼ਨਲ ਤੋਂ ਵੀ ਦੇ ਰਹੇ ਹਾਂ ਤੇ ਹਰ ਜ਼ਿਲ੍ਹਿਆਂ ਦੇ ਵਿੱਚ ਹਰ ਸੂਬੇ 'ਚ ਦੇ ਰਹੇ ਹਾਂ। ਅੱਜ ਇੱਥੇ ਆਉਣ ਦਾ ਮੇਰਾ ਸਿਰਫ ਇੱਕੋ ਇੱਕ ਕਾਰਨ ਸੀ, ਅਦਰਵਾਈਜ਼ ਅੱਜ ਮੇਰੀ ਰੈਲੀ ਦਾ ਪ੍ਰੋਗਰਾਮ ਜੰਮੂ ਦੇ ਵਿੱਚ ਸੀਗਾ, ਜਿਹਦੇ ਕਰਕੇ ਮੈਂ ਅੱਜ ਦੇ ਪ੍ਰੋਗਰਾਮ ਦੀ ਸਹਿਮਤੀ ਵੀ ਨਹੀਂ ਸੀ ਦੇ ਪਾਇਆ, ਕਿਉਂਕਿ ਮੈਂ ਕਨਵੀਨਰ ਹਾਂ 7 ਸਟੇਟਾਂ ਦਾ ਨੈਸ਼ਨਲ ਟੀਮ ਵੱਲੋਂ। ਅੱਜ ਜੰਮੂ ਦੇ ਵਿੱਚ ਬਹੁਤ ਵੱਡੀ ਰੈਲੀ ਹੋ ਰਹੀ ਹੈ, ਪਰ ਉਸ ਰੈਲੀ ਨੂੰ ਛੱਡ ਕੇ ਮੇਰਾ ਪੰਜਾਬ, ਜਿੱਥੇ ਮੈਂ ਪੈਨਸ਼ਨ ਲੈਣੀ ਹੈ, ਜਿੱਥੋਂ ਅਸੀਂ ਪੈਨਸ਼ਨ ਦੀ ਲੜਾਈ 2016 'ਚ ਸ਼ੁਰੂ ਕੀਤੀ ਸੀ, ਚਲੋ ਸਾਥੀਆਂ ਦਾ ਇਸ਼ਾਰਾ ਹੈ ਕਿ ਸਮੇਂ ਦੀ ਘਾਟ ਹੈ। ਸੋ ਇਹਨਾਂ ਸ਼ਬਦਾਂ ਦੇ ਨਾਲ ਧੰਨਵਾਦ, ਗੱਲਾਂ ਬਹੁਤ ਸੀ ਕਰਨ ਨੂੰ। ਜੈ ਜਨਤਾ, ਜੈ ਸੰਘਰਸ਼, ਜਿੱਤ ਲੜਦੇ ਲੋਕਾਂ। ਪੁਰਾਣੀ ਪੈਨਸ਼ਨ ਨੂੰ ਬਹਾਲ ਕਰਾਉਣ ਦੇ ਲਈ ਪੁਰਾਣੀ ਪੈਨਸ਼ਨ ਸਾਂਝੇ ਮੋਰਚੇ ਦੇ ਬੈਨਰ ਹੇਠ 71 ਸਮੁੱਚੇ ਮੁਲਾਜ਼ਮ ਦੋਸਤੋ ਇਹ ਚਰਚਾ ਹੈ ਕਿ ਅੱਜ ਦੇਸ਼ ਦੇ ਵਿੱਚ, ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਹਰ ਉਹ ਵਰਗ, ਭਾਵੇਂ ਉਹ ਮੁਲਾਜ਼ਮ ਆ, ਭਾਵੇਂ ਉਹ ਕਿਸਾਨ ਆ, ਭਾਵੇਂ ਉਹ ਮਜ਼ਦੂਰ ਆ, ਸਰਮਾਏਦਾਰੀ ਦੀ ਜਕੜ ਆ ਜਿਹੜੀ ਦਿਨ ਪਰ ਦਿਨ ਵੱਧ ਰਹੀ ਆ, ਕਿਰਤੀਆਂ ਦੇ ਉੱਤੇ ਵਾਰ ਆ ਜਿਹੜੇ ਤਿੱਖੇ ਹੋ ਰਹੇ ਆ, ਉਹਦਾ ਥਾਂ ਥਾਂ ਦੇ ਉੱਤੇ ਜੋ ਵੀ ਨਾਚ ਆ ਆਪਾਂ ਹਰ ਰੋਜ਼ ਦੇਖਦੇ ਹਾਂ, ਖਾਸ ਕਰਕੇ ਇਸ ਰੈਲੀ 'ਚ ਪਹੁੰਚੇ ਹੋਏ ਸੂਝਵਾਨ ਲੋਕ ਜ਼ਰੂਰ ਜਾਣਦੇ ਆ ਕਿ ਦੇਸ਼ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੀ ਕਰ ਰਹੀ ਆ। ਅੱਜ ਅਸੀਂ ਉਸ ਦੌਰ 'ਚ ਇੱਕੋ ਹੀ ਮੰਗ ਨੂੰ ਲੈ ਕੇ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਾਉਣ ਦੇ ਲਈ ਇਸ ਮੋਰਚੇ ਦੀ ਆਵਾਜ਼ ਤੇ ਜਿਹੜੀ ਆਪ ਦੀ ਸਰਕਾਰ ਇਹਨੂੰ ਰਾਜਧਾਨੀ ਮੰਨਦੀ ਆਪਣਾ, ਉਹਨੂੰ ਵਿਗਾੜਨ ਵਾਸਤੇ, ਉਹਨੂੰ ਦੱਸਣ ਵਾਸਤੇ ਆਏ। ਮੈਂ ਇਹ ਕਹਿਣਾ ਚਾਹੁੰਦਾ ਹਾਂ ਮੁੱਖ ਮੰਤਰੀ ਪੰਜਾਬ ਤੇ ਪੰਜਾਬ ਦੀ ਸਰਕਾਰ ਨੂੰ, ਕਿਉਂਕਿ ਸਮਾਂ ਥੋੜਾ ਬਹੁਤ ਡਿਟੇਲ 'ਚ ਗੱਲ ਨਹੀਂ ਹੋ ਸਕਣੀ, ਇਸ ਕਰਕੇ ਇਹੀ ਸੁਨੇਹਾ ਦੇਣਾ ਹੈ ਕਿ ਤੁਸੀਂ ਪੰਜਾਬ ਦੀਆਂ ਦੋਨੋਂ ਹੀ ਪਹਿਲੀਆਂ ਪਾਰਟੀਆਂ ਜਿਨ੍ਹਾਂ ਨੇ ਲੰਮਾ ਸਮਾਂ ਰਾਜ ਕੀਤਾ ਪੰਜਾਬ ਤੇ, ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਦੁਖੀ ਕੀਤਾ, ਉਹਨਾਂ ਨੂੰ ਰਿਜੈਕਟ ਕਰਨ ਦੇ ਲਈ ਪੰਜਾਬ ਦੇ ਲੋਕਾਂ ਦਾ ਮਨ ਸੀ, ਉਹਦੇ ਵਿੱਚੋਂ ਤੁਸੀਂ ਚੁਣੇ ਕਿ ਤੁਸੀਂ ਮੁਲਾਜ਼ਮਾਂ ਦਾ ਜਾਂ ਨੌਜਵਾਨਾਂ ਦਾ ਕੋਈ ਭਲਾ ਕਰ ਸਕੋ, ਪਰ 2 ਸਾਲਾਂ 'ਚ ਤੁਸੀਂ ਉਸ ਰਸਤੇ ਦੇ ਲਈ ਤੁਰੇ ਨਹੀਂ। ਹੁਣ ਕੀ ਹੋਣ ਵਾਲਾ ਹੈ, ਤੁਹਾਨੂੰ ਇਹ ਕਹਿਣਾ ਹੈ
ਕਿ ਪੰਜਾਬ ਦੇ ਲੋਕ ਆ ਜਿਹੜੇ ਲੋਕਾਂ ਦਾ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਇਤਿਹਾਸ ਆ, ਇਹ ਪੰਜਾਬ ਦੇ ਉਹ ਲੋਕ ਆ ਜਿਹੜੇ ਮੋਦੀ ਦੇ ਵੱਲੋਂ ਬਣਾਏ ਕਿਸਾਨੀ ਦੇ ਕਾਲੇ ਕਾਨੂੰਨਾਂ ਦੀ ਲੜਾਈ ਇੱਥੋਂ ਉੱਠੀ। ਇਹ ਉਹੀ ਪੰਜਾਬ ਦੇ ਲੋਕ ਆ ਕਿ ਜਦੋਂ ਇਹ ਪੁਰਾਣੀ ਪੈਨਸ਼ਨ ਤੋਂ ਨਿਊ ਪੈਨਸ਼ਨ ਸਕੀਮ 'ਚ ਲੋਕ ਆਏ ਤਾਂ ਇੱਥੋਂ ਹੀ ਲੜਾਈ ਆ ਜਿਹੜੀ ਪੰਜਾਬ ਤੋਂ ਉੱਠੀ। ਜਦੋਂ ਲੋਕ ਇਹ ਸੋਚਦੇ ਸੀ ਕਿ ਸ਼ਾਇਦ ਹੁਣ ਓਲਡ ਪੈਨਸ਼ਨ ਦੇ ਉੱਤੇ ਕੋਈ ਲੜਾਈ ਨਹੀਂ ਦਿੱਤੀ ਜਾ ਸਕਦੀ, ਇਹ ਤਾਂ ਇੱਕ ਕਾਨੂੰਨ ਜਿਹੜਾ ਨਵੀਂ ਪੈਨਸ਼ਨ ਦਾ ਬਣ ਗਿਆ ਇਹਨੂੰ ਨਹੀਂ ਰੋਕਿਆ ਜਾ ਸਕਦਾ, ਪਰ ਪੰਜਾਬ ਦੇ ਮੁਲਾਜ਼ਮਾਂ ਨੇ ਲੜਾਈ ਸ਼ੁਰੂ ਕੀਤੀ ਔਰ ਇਹ ਲੜਾਈ ਅੱਜ ਪੂਰੇ ਦੇਸ਼ 'ਚ ਫੈਲੀ ਔਰ ਬਹੁਤ ਸਾਰੀਆਂ ਸਰਕਾਰਾਂ ਨੂੰ ਆਪਣੇ ਸਟੇਟ ਦੇ ਵਿੱਚ OPS ਆ ਜਿਹੜੀ ਉਹ ਲਾਗੂ ਕਰਨੀ ਪਈ। ਆਖਿਰ 'ਚ ਮੈਂ ਕਹਿੰਦਾ ਹੋਇਆ ਕਿ ਭਗਵੰਤ ਮਾਨ ਜੀ ਤੁਸੀਂ ਲੋਕਾਂ ਤੋਂ ਛਿੱਤਰ ਵੀ ਖਾਈ ਜਾਣੇ ਆ, ਤੁਹਾਨੂੰ ਪੰਜਾਬ ਦੇ ਜਿੰਨੇ ਜੇ ਤੁਸੀਂ ਘੱਟ ਛਿੱਤਰ ਖਾਣੇ ਆ ਤਾਂ ਉਨੀ ਜਲਦੀ ਜਿਹੜੀ ਇਹ ਪੁਰਾਣੀ ਪੈਨਸ਼ਨ ਬਹਾਲ ਕਰ ਦਿਓ, ਨਹੀਂ ਤੁਹਾਨੂੰ ਜਿੰਨਾ ਲੇਟ ਕਰੋਗੇ ਤੁਹਾਡੀ ਸਰਕਾਰ ਦੇ ਔਰ ਤੁਹਾਡੇ ਉਨੀ ਤੁਹਾਡੀ ਛਿੱਤਰ ਪਲੇਟ ਇਹਨਾਂ ਲੋਕਾਂ ਨੇ ਵੱਧ ਕਰਨੀ ਆ, ਪਰ ਪੁਰਾਣੀ ਪੈਨਸ਼ਨ ਤੁਹਾਨੂੰ ਬਹਾਲ ਕਰਨੀ ਪੈਣੀ ਆ। ਇਹ ਬਿਲਕੁਲ ਕਲੀਅਰ ਆ, ਤੁਸੀਂ ਇਹਨੂੰ ਰੋਕ ਨਹੀਂ ਸਕਦੇ। ਜੈ ਜਨਤਾ, ਜਿੱਤ ਲੜਦੇ ਲੋਕਾਂ ਨੂੰ। ਤੇ ਇੱਕ ਦੂਜੇ ਜਿਹੜੇ ਆ ਭਾਂਤੇ ਦੇ ਕੋਲ ਰਿਸ਼ਤੇਦਾਰ ਹਜੇ ਵੀ ਗੱਲਾਂ ਕਰੀ ਜਾਂਦੇ ਆ, ਉਹਨਾਂ ਨੂੰ ਬੇਨਤੀ ਆ ਜੀ ਇੱਕ ਜਿਹੜਾ ਭਾਂਤੇ ਨਾਲ ਦੇ ਬਰੋਚ ਨਾਰਾ ਲਾਉਣਾ, ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ। ਬਹੁਤ ਹੀ ਸਤਿਕਾਰਯੋਗ ਸਾਥੀਆਂ ਨੇ ਬਹੁਤ ਸਾਰੀਆਂ ਗੱਲਾਂ ਦੱਸਤੀਆਂ। ਜੇ ਭਗਵੰਤ ਮਾਨ ਦੀਆਂ ਮੈਂ ਕਰਤੂਤਾਂ ਦੱਸਣ ਲੱਗ ਜਾਵਾਂ ਫਿਰ ਸ਼ਾਇਦ ਦੋ ਛੱਡੋ ਦੋ ਘੰਟੇ ਵੀ ਘੱਟ ਆ, ਪਰ ਮੈਂ ਇਹਨੂੰ ਇੱਥੇ ਦੱਸ ਦੇਣਾ ਚਾਹੁੰਦਾ ਆ ਕਿ ਤੂੰ ਲੋਕਾਂ ਨਾਲ ਝੂਠ ਬੋਲ ਕੇ ਸੱਤਾ ਵਿੱਚ ਆਇਆ। ਪੰਜਾਬੀ ਉਹ ਲੋਕ ਆ ਜਿੱਦਣ ਇਹਨਾਂ ਨੇ ਤੈਨੂੰ ਨਾ ਇੱਕ ਵਾਰੀ ਇਹ ਦੱਸਤਾ ਵੀ ਹੁਣ ਤੂੰ ਜਿਹੜਾ ਵਾਅਦੇ ਤੋਂ ਮੁੱਕਰ ਗਿਆ, ਜਿਹੜਾ ਬੰਦਾ ਵਾਅਦੇ ਤੋਂ ਮੁੱਕਰ ਜਾਂਦਾ ਅਸੀਂ ਉਹਨੂੰ ਮਰਿਆ ਕਹਿੰਦੇ ਹਾਂ, ਫਿਰ ਇਹ ਨੀ ਤੈਨੂੰ ਕੁਰਸੀ ਤੋਂ ਤੂੰ ਕੇ ਪਰੇ ਚੱਕ ਕੇ ਮਾਰਨਾ, ਜਿਹੜੀਆਂ ਤੂੰ 92 ਸੀਟਾਂ ਦੀ ਗੱਲ ਕਰਦਾ ਤੈਨੂੰ ਲੋਕ ਸਭਾ ਦੀ ਇੱਕ ਸੀਟ ਵੀ ਨਹੀਂ ਮਿਲਣੀ। ਸੋ ਇਸ ਕਰਕੇ ਹਜੇ ਵੀ ਤੇਰੇ ਕੋਲ ਟਾਈਮ ਆ, ਇਹਨਾਂ ਸਾਥੀਆਂ ਜਿਹੜਾ ਤੂੰ ਵਾਅਦਾ ਕਰਕੇ ਆਇਆ ਉਹਨੂੰ ਪੂਰਾ ਕਰ, ਪੁਰਾਣੀ ਪੈਨਸ਼ਨ ਬਹਾਲ ਕਰ ਤੇ ਇਹਨਾਂ ਸਾਥੀਆਂ ਨਾਲ ਇੱਕ ਵਾਰੀ ਜਿਹੜਾ ਕੀਤਾ ਵਾਅਦਾ ਆ ਉਹਨੂੰ ਪੂਰਾ ਕਰ। ਇਹਨਾਂ ਸ਼ਬਦਾਂ ਨਾਲ ਤੁਹਾਡੇ ਸਾਰੇ ਪਹੁੰਚੇ ਹੋਏ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਜੈ ਜੁਨੀਅਨ, ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੀ। ਧੰਨਵਾਦ ਸਾਥੀਓ। ਅਜਿਹੀ ਸੋਚ ਨੂੰ ਲੈ ਕੇ ਅੱਜ ਇੱਥੇ ਇਕੱਠੇ ਹੋਏ ਮੁਲਾਜ਼ਮ ਸਾਥੀਓ, ਤੁਸੀਂ ਇੱਕ ਅਜਿਹਾ ਰਾਹ ਪਗਡੰਡੀ ਬਣਾਉਣ ਜਾ ਰਹੇ ਹੋ ਜਿਹੜੀ ਵਾਜਪਾਈ ਦੀ ਸਰਕਾਰ ਨੇ 2004 ਤੋਂ ਪਹਿਲਾਂ ਤੁਹਾਡਾ ਰਾਹ ਬੰਦ ਕਰ ਦਿੱਤਾ ਸੀ। ਉਸੇ ਪਿਰਤ ਨੂੰ ਅੱਗੇ ਚਲਾਉਂਦੇ ਹੋਏ ਕਾਂਗਰਸ ਸਰਕਾਰ ਨੇ ਵਧਾਇਆ। ਜੇ ਮੌਜੂਦਾ ਗੱਲ ਕਰਾਂ, ਵਾਜਪਾਈ ਦਾ ਚੇਲਾ ਮੋਦੀ ਤੇ ਮੋਦੀ ਦੀ ਚੇਲੀ ਨਿਰਮਲਾ ਸੀਤਾਰਮਨ ਬੜਾ ਠੋਕ ਠੋਕ ਕੇ ਕਹਿੰਦੀ ਆ ਕਿ ਹਮਾਰਾ ਕੋਈ ਵਿਚਾਰ ਨਹੀਂ ਹੈ ਓਲਡ ਪੈਨਸ਼ਨ ਕੇ ਬਾਰੇ ਮੇਂ। ਕੇਂਦਰ ਸਰਕਾਰ ਇਹ ਮਿੱਥੀ ਬੈਠੀ ਆ ਕਿ ਅਸੀਂ ਇਹ ਸੋਧ ਕਰਾਂਗੇ ਪਰ ਵਾਪਸ ਨਹੀਂ ਲੈਣੀ। ਦੂਜੇ ਪਾਸੇ ਜੇ ਮੈਂ ਗੱਲ ਕਰਾਂ, 2020 ਕੋਰੋਨਾ ਵੇਲੇ ਮੋਦੀ ਵੀ ਲਿਆਇਆ ਸੀ ਕਾਨੂੰਨ, ਕਿਸਾਨੀ ਕਾਨੂੰਨ, ਉਹ ਵੀ ਕਹਿੰਦਾ ਸੀ ਮੈਂ ਵਾਪਸ ਨਹੀਂ ਲੈਣੇ। ਪਰ ਇੱਕ ਧਰਤੀ ਤੇ ਇਸ ਇੰਡੀਆ ਦੀ ਧਰਤੀ ਤੇ ਇੱਕ ਅਜਿਹਾ ਸੂਬਾ ਪੰਜਾਬ ਜਿਨ੍ਹਾਂ ਨੇ ਮਿੱਥ ਕੇ ਮੋਦੀ ਦੀ ਧੌਣ ਤੇ ਗੋਡਾ ਧਰਿਆ। ਦਿੱਲੀ ਦੇ ਵਿੱਚ ਲਗਾਤਾਰ 6-7 ਮਹੀਨੇ ਤੋਂ ਜ਼ਿਆਦਾ ਸਮਾਂ ਬੈਠ ਕੇ ਇਹੀ ਮੋਦੀ ਮਿੰਨਤਾਂ ਕਰਕੇ ਗੁਰਪੁਰਬ ਵਾਲੇ ਦਿਨ ਮੰਨ ਕੇ ਗਿਆ
ਕਿ ਮੇਤੋ ਸ਼ਾਇਦ ਗਲਤੀ ਹੋ ਗਈ, ਮੈਂ ਸਮਝਾ ਨਹੀਂ ਸਕਿਆ। ਹੁਣ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਉਸੇ ਰੂਪ ਦੇ ਵਿੱਚ ਇਹ ਮੌਜੂਦਾ ਸਰਕਾਰ ਸੱਤਾ ਦੇ ਵਿੱਚ ਆਈ ਹੈ। ਇਹੀ ਭਗਵੰਤ ਮਾਨ ਜਿਹੜਾ ਕਿ ਹੁਣ ਫਾਈਨੈਂਸ ਮਿਨਿਸਟਰ ਸਾਨੂੰ ਉਸ ਵੇਲੇ ਬੈਠ ਬੈਠ ਕੇ ਥੜਿਆਂ ਤੇ ਕਹਿ ਰਿਹਾ ਸੀ ਕਿ ਸਾਨੂੰ ਸੱਤਾ ਵਿੱਚ ਆਉਣ ਦੋ, ਆਉਂਦੀ ਸਰ ਪੈਨਸ਼ਨ ਲਾਗੂ ਕਰਾਂਗੇ। ਇਹੀ ਭਗਵੰਤ ਮਾਨ ਕਹਿ ਰਿਹਾ ਸੀ ਸਾਨੂੰ ਸੱਤਾ ਵਿੱਚ ਆਉਣ ਦਿਓ, ਆਉਂਦੀ ਸਰ MSP ਦਿਆਂਗੇ। ਤਾਂ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਰੌਲਾ ਸੱਤਾ ਲਾਏ, ਸੱਤਾ ਵਿੱਚ ਇਹਨਾਂ ਨੂੰ ਲਿਆਉਣ ਵਾਲੇ ਵੀ ਅਸੀਂ ਹਾਂ ਤੇ ਲਾਉਣ ਵਾਲੇ ਵੀ ਅਸੀਂ ਹਾਂ। ਪਹਿਲੀ ਗੱਲ ਤਾਂ ਜਿੱਥੋਂ ਜਾਣ ਲੱਗੇ ਨਿਸ਼ਚਾ ਕਰਕੇ ਜਾਇਓ ਕਿ ਇਲੈਕਸ਼ਨ ਆ ਰਹੀ ਆ, ਅਸੀਂ ਇਹ ਸਰਕਾਰ ਨੂੰ ਪਿੰਡਾਂ ਵਿੱਚ ਜਦੋਂ ਵੋਟਾਂ ਮੰਗਣ ਆਉਣਗੇ ਪੈਰ ਪੈਰ ਤੇ ਗੱਲ ਯਾਦ ਕਰਾਉਣੀ ਆ ਕਿ ਥੜਿਆਂ ਤੇ ਬੈਠ ਕੇ ਕੀਤੇ ਹੋਏ ਵਾਅਦੇ ਪਹਿਲਾਂ ਪੂਰੇ ਕਰੋ, ਨਹੀਂ ਜੁੱਤੀਆਂ ਮਾਰ ਮਾਰ ਭਜਾਵਾਂਗੇ। ਦੂਜੀ ਗੱਲ, ਜੋ ਸਾਡਾ ਸੰਘਰਸ਼ ਆ ਸਾਰੀਆਂ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਵੀ ਵਧਾਈ ਦੀਆਂ ਪਾਤਰ ਨੇ ਜਿਨ੍ਹਾਂ ਨੇ ਇੱਕ ਸੋਚ ਬਣਾਈ ਕਿ ਸਾਨੂੰ ਇਹ ਲੜਾਈ ਸਰਕਾਰ ਦੇ ਨਾਲ ਇਕੱਠੇ ਹੋ ਕੇ ਲੜਨੀ ਪੈਣੀ ਹੈ। ਉਸੇ ਦਾ ਨਤੀਜਾ ਅੱਜ ਇਕੱਠ ਵੀ ਭਰਵਾਂ ਨਜ਼ਰ ਆ ਰਿਹਾ, ਮੁਲਾਜ਼ਮਾਂ ਦੇ ਜੋਸ਼ ਵੀ ਨਜ਼ਰ ਆ ਰਿਹਾ। ਪਰ ਅਖੀਰ 'ਚ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੂੰਗਾ, ਅਸੀਂ ਪੰਜਾਬ ਦੀ ਧਰਤੀ ਦੇ ਵਾਸੀ ਹਾਂ, ਸਾਡੇ ਖੂਨ 'ਚ ਆ ਕੇ ਜੋ ਸਾਨੂੰ ਨਹੀਂ ਮਿਲਦਾ ਅਸੀਂ ਅੜਕੇ ਲੈਂਦੇ ਹਾਂ। ਹੁਣ ਪਿੱਛੇ ਨਾ ਹਟਿਓ, ਇਲੈਕਸ਼ਨ ਅੱਗੇ ਆ ਰਹੀ ਹੈ, ਅੱਜ ਦਾ ਜੋ ਪ੍ਰੋਗਰਾਮ ਹੋਊ ਜੋ ਵੀ ਸਾਡੇ ਪ੍ਰਧਾਨ ਜੀ ਦੇਣਗੇ ਉਹਦੇ ਮੁਤਾਬਕ ਚੱਲਣਾ। ਪਰ ਮੈਂ ਇੱਕ ਰਾਏ ਜ਼ਰੂਰ ਦਊਂਗਾ ਕਿ ਜੇ ਸਾਨੂੰ ਇੱਥੇ ਪੱਕਾ ਮੋਰਚਾ ਵੀ ਲਾਉਣਾ ਪਿਆ ਕਿਰਪਾ ਕਰਕੇ ਪਿੱਛੇ ਨਾ ਹਟਿਓ। ਜੈ ਜਨਤਾ, ਜੈ ਸੰਘਰਸ਼, ਚਿੱਤਰਪੁਰ ਦੇ ਲੋਕਾਂ ਦੀ। ਧੰਨਵਾਦ। ਚਾਹੇ ਅਧਿਆਪਕ ਸਾਥੀਓ, ਮੈਥੋਂ ਪਹਿਲਾਂ ਬੋਲਣ ਵਾਲੇ ਸਾਰੇ ਬੁਲਾਰਿਆਂ ਦੀ ਜਿਹੜੀ ਸਿਸ਼ਤ ਸੀ ਉਹ ਪੰਜਾਬ ਸਰਕਾਰ ਤੇ ਸੀ, ਇਹਦੇ ਨਾਲ ਨਾਲ ਤੁਹਾਡੇ ਨਿਸ਼ਾਨੇ ਦੀ ਟੇਕ ਉਹ ਮੋਦੀ ਦੀ ਕੇਂਦਰ ਸਰਕਾਰ ਵੀ ਚਾਹੀਦੀ ਆ, ਕਿਉਂਕਿ ਜਦੋਂ 18-20 ਸਾਲ ਤੋਂ ਜਦੋਂ ਦੀ ਪੈਨਸ਼ਨ ਬੰਦ ਹੋਈ ਆ, ਪਿਛਲੇ 10 ਸਾਲ ਦੇ ਵਿੱਚ ਪੈਨਸ਼ਨ ਵਾਲੇ ਮਸਲੇ ਤੇ ਬਹੁਤ ਲੰਮੇ ਖਾੜਕੂ ਸਟਰਗਲ ਦੇਸ਼ ਦੇ ਵਿੱਚ ਹੋਏ ਆ, ਤੇ ਫਿਰ ਨਵੰਬਰ 2022 ਦੇ ਵਿੱਚ ਮੋਦੀ ਦੇ ਉਹਦਾ ਸਾਰਾ ਲਾਣਾ ਪ੍ਰਧਾਨ ਮੰਤਰੀ ਆਪ ਫਾਈਨਾਂਸ ਮਿਨਿਸਟਰ ਨਿਰਮਲਾ ਸੀਤਾਰਮਨ, ਨੀਤੀ ਆਯੋਗ ਸਾਰੇ ਦਾ ਸਾਰਾ, ਪ੍ਰਧਾਨ ਮੰਤਰੀ ਦੀ ਆਰਥਿਕ ਪ੍ਰੀਸ਼ਦ ਦਾ ਸੰਜੀਵ ਸਾਨਿਆਲ, ਰਘੂਰਾਮ ਰਾਜਨ, ਮਨਟੇਕ ਆਲੂਵਾਲੀਆ, ਉਹਦੀ ਸਾਰੀ ਇਹ ਜੁੰਡਲੀ ਬੋਲਣ ਲੱਗੀ ਆ ਵੀ ਜੇਕਰ ਤੁਸੀਂ ਪੁਰਾਣੀ ਪੈਨਸ਼ਨ ਬਹਾਲ ਕਰੋਗੇ ਦੇਸ਼ ਦਾ ਅਰਥਚਾਰਾ ਤਬਾਹ ਹੋ ਜਾਊਗਾ। ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਮਤਲਬ ਅਮੀਰਾਂ ਤੋਂ ਖੋਹਣਾ, ਸੋਰੀ ਗਰੀਬਾਂ ਤੋਂ ਖੋਹ ਕੇ ਅਮੀਰਾਂ ਨੂੰ ਦੇਣ ਵਾਲੀ ਗੱਲ ਹੋਊਗੀ। ਇਹ ਰਿਓੜੀ ਕਲਚਰ ਆ, ਇਹੋ ਜਿਹੀ ਰਾਜਨੀਤੀ ਕਰਨ ਵਾਲੀਆਂ ਜਥੇਬੰਦੀਆਂ ਦੇਸ਼ ਨੂੰ ਤਬਾਹ ਕਰ ਦੇਣਗੀਆਂ। ਪਰ ਜਿਹੜਾ ਦੇਸ਼ ਦੇ ਵਿੱਚ ਮਾਹੌਲ ਆ, ਜਿਹੜਾ NPS ਦੇ ਅੰਡਰ ਲਗਭਗ 1 ਕਰੋੜ ਮੁਲਾਜ਼ਮ ਹੋਇਆ ਪਿਆ, ਉਹਦੀ ਟੇਕ ਤੇ ਆਪਦੀਆਂ ਵੋਟ ਬਟੋਰੂ ਲਾਮਬੰਦੀਆਂ ਤੇ ਉਹਨੂੰ ਪਿੱਛੇ ਵੀ ਮੁੜਨਾ ਪਿਆ, ਇੱਕ ਕਮੇਟੀ ਵੀ ਬਣਾਉਣੀ ਪਈ। ਜਦੋਂ 2023 ਦੇ ਵਿੱਚ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕੀਤਾ, ਉਹਨੇ ਕਮੇਟੀ ਵੀ ਬਣਾਈ ਆ ਵੀ ਅਸੀਂ ਪੈਨਸ਼ਨ ਵਾਲੇ ਸਮੁੱਚੇ ਮਸਲੇ ਨੂੰ ਰਿਵਿਊ ਕਰਾਂਗੇ। ਪਰ ਮੁਲਾਜ਼ਮ ਸਾਥੀਓ, ਉਸ ਕਮੇਟੀ ਦੇ ਅੱਗੇ ਇੱਕ ਲਾਲ ਲਕੀਰ ਵੀ ਆ, ਲਕਸ਼ਮਣ ਰੇਖਾ ਵੀ ਆ, ਉਹ WTO ਦੀ, ਇੰਟਰਨੈਸ਼ਨਲ ਮੋਨਟਰੀ ਫੰਡ ਦੀ, ਵਰਲਡ ਬੈਂਕ ਦੀ, ਵੀ ਇਹਨਾਂ ਆਰਥਿਕ ਸੁਧਾਰਾਂ ਦੀ ਦਿਸ਼ਾ ਦੇ ਵਿੱਚ ਹੀ ਇੱਕ ਪੈਨਸ਼ਨ ਦੇਣੀ ਆ। ਜੇ ਪੈਨਸ਼ਨ ਦੇ ਵਿੱਚ ਸੋਧ ਕਰਨੀ ਆ
1972 ਵਾਲੀ ਪੈਨਸ਼ਨ ਨਹੀਂ ਦੇਣੀ, ਐਨਪੀਐਸ ਨੂੰ ਰੱਦ ਨਹੀਂ ਕਰਨਾ, ਓਪੀਐਸ ਨੂੰ ਬਹਾਲ ਨਹੀਂ ਕਰਨਾ, ਇੱਕ ਮਿਲਗੋਭਾ ਖੜਾ ਕਰਨਾ ਜਿਹੜਾ ਆਂਧਰਾ ਪ੍ਰਦੇਸ਼ ਦੇ ਵਿੱਚ YRS ਕਾਂਗਰਸ ਦੀ ਸਰਕਾਰ ਨੇ ਬੈਂਗਲੋਰ ਦਾ ਲਾਗੂ ਕੀਤਾ। ਨਾਲ ਹੀ ਉਹਨੇ ਬਜਟ ਦੇ ਵਿੱਚ ਜਿਹੜੀ ਬੜੀ ਖਤਰਨਾਕ ਗੱਲ ਸਾਹਮਣੇ ਲਿਆਂਦੀ, ਸਾਡੇ ਪੰਜਾਬ ਦੇ ਵਿੱਚ ਚਾਰ ਪੈਨਸ਼ਨ ਫਰੰਟਾਂ ਦੇ ਚਾਰਾਂ ਦੇ ਲੀਡਰ ਇੱਥੇ ਬੈਠੇ ਆ, ਇਹਨਾਂ ਦੇ ਧਿਆਨ 'ਚ ਲਿਆਉਣਾ। ਨਿਰਮਲਾ ਸੀਤਾਰਮ ਬਜਟ 'ਚ ਕਹਿੰਦੀ ਵੀ ਅਸੀਂ ਜਿਹੜਾ ਵੀ ਨਵਾਂ ਬਿੱਲ ਲੈ ਕੇ ਆਵਾਂਗੇ, ਜਿਹੜੀਆਂ ਵੀ ਸੋਧਾਂ ਕਰਾਂਗੇ ਉਹ ਸੈਂਟਰ ਸਰਕਾਰ ਨੂੰ ਤੇ ਜਿਹੜੇ 31 UT ਦੇ ਰਾਜ ਆ ਸਾਡੇ ਉਹਨਾਂ ਨੂੰ ਲਾਗੂ ਕਰਨੀਆਂ ਪੈਣਗੀਆਂ, ਉਹ ਕਿਸੇ ਵੀ ਗੱਲ ਦੇ ਉੱਤੋਂ ਭੱਜ ਨਹੀਂ ਸਕਦੀਆਂ। ਇਹਦਾ ਮਤਲਬ ਆ ਜਿਹੜੀਆਂ ਇੱਥੋਂ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਕਾਰਪੋਰੇਟ ਪੱਖੀ ਵਿਕਾਸ ਦੇ ਉੱਤੇ ਸਹਿਮਤ ਆ, ਉਹ ਇਹੋ ਜਿਹਾ ਖਾਕਾ ਲਿਆਉਣਾ ਚਾਹੁੰਦਾ ਮੋਦੀ ਵੀ ਜਿਹੜਾ ਸਮੁੱਚੇ ਦੇਸ਼ ਤੇ ਲਾਗੂ ਹੋਵੇ। ਕੋਈ ਵੀ ਸਿਆਸੀ ਜਮਾਤ, ਕੋਈ ਵੀ ਪੋਲੀਟੀਕਲ ਪਾਰਟੀ ਆਪਦੇ ਚੋਣ ਮੈਨੀਫੈਸਟੋ ਦੇ ਵਿੱਚ OPS ਵਾਲੀ ਗੱਲ ਨਾ ਲਿਆ ਸਕੇ। ਇਹਦੇ ਨਾਲ ਨਾਲ ਸਾਡੇ ਚਾਰੇ ਫਰੰਟ ਇਹ ਸਮਝਣ, ਇਹ ਲੰਮੀ ਕਰੜੀ ਜਦੋ ਜਹਿਦ ਹੋਊਗੀ ਤੇ ਰਾਜਸਥਾਨ ਦੇ ਵਿੱਚ ਉਹ ਦੁਬਾਰਾ ਪਲਟਣ ਨੋਟੀਫਿਕੇਸ਼ਨ। ਇਸ ਕਰਕੇ ਇਹ ਨਹੀਂਗਾ ਵੀ ਇੱਕ ਧਰਨਾ, ਇੱਕ ਮੁਜ਼ਾਹਰਾ, ਇੱਕ ਰੈਲੀ ਮਸਲੇ ਨੂੰ ਹੱਲ ਕਰਾ ਦੂਗੀ। ਖੇਤੀ ਕਾਨੂੰਨਾਂ ਵਾਲੇ ਮਸਲੇ ਉੱਤੇ ਕਿੱਡੀ ਲੰਮੀ ਲੜਾਈ ਲੜੀ ਆ, ਕਿਹੋ ਜਿਹੇ ਐਕਸ਼ਨ ਲਏ ਆ, ਫਿਰ ਕੂਪਾਲਾਬੰਦੀਆਂ ਕੀਤੀਆਂ, ਤੁਹਾਡੇ ਵਿੱਚ ਵੀ ਨਵੇਂ ਮੁਲਾਜ਼ਮਾਂ ਨੂੰ ਪੁਰਾਣੇ ਮੁਲਾਜ਼ਮਾਂ ਨਾਲ ਲੜਾਉਣ ਲਈ ਚਾਲਬੰਦੀਆਂ ਹੋਣਗੀਆਂ। ਤੁਹਾਨੂੰ ਲੰਮੀ ਕਰੜੀ ਸਟਰਗਲ ਦੇ ਰਾਹ ਪੈਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਦੋਸਤੋ। ਭਗਵੰਤ ਮਾਨ ਨੇ ਵੀ ਚੈਲੇਂਜ ਕੀਤਾ ਕਿਸਾਨੀ ਨੂੰ ਤੇ ਮੁਲਾਜ਼ਮਾਂ ਨੂੰ। ਤੁਹਾਨੂੰ ਯਾਦ ਹੋਏਗਾ ਜਿਸ ਤਰ੍ਹਾਂ ਦਾ ਮਹਿੰਗਾ ਉਸ ਕੰਜਰ ਨੇ ਦਿੱਤਾ ਕਿ ਪਹਿਲਾਂ ਤਾਂ ਮੁਲਾਜ਼ਮ ਤੇ ਕਿਸਾਨੀ ਜਿਹੜੇ ਨੇ ਉਹ ਵਜ੍ਹਾ ਦੇਖਦੇ ਸੀਗੇ, ਹੁਣ ਧਰਨੇ ਮੁਜ਼ਾਹਰੇ ਲਾਉਣ ਲਈ ਜਗ੍ਹਾ ਦੇਖਦੇ ਨੇ। ਸੋ ਦੋਸਤੋ ਇਹ ਮਹਿੰਗਾ ਜਿਹੜਾ ਹੈ ਪਾਰਲੀਮੈਂਟ ਦੇ ਵਿੱਚ ਵਾਪਸ ਕਰਨਾ ਹੈ, ਔਰ ਜਿਹੜਾ ਅੰਕੜਾ ਇਹਨਾਂ ਕੋਲ 92 ਵਾਲਾ ਹੈ ਉਹਨੂੰ ਰਿਵਰਸ ਕਰਨਾ ਹੈ। ਸੋ ਮੈਂ ਆਪਣੇ ਵੱਲੋਂ, ਆਪਣੀ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵੱਲੋਂ, ਕਲਾਸ ਫੋਰ ਗਵਰਨਮੈਂਟ ਇੰਪਲਾਈ ਯੂਨੀਅਨ ਵੱਲੋਂ, ਉਹਦੇ ਨਾਲ ਸੰਬੰਧਿਤ ਜਥੇਬੰਦੀਆਂ ਵੱਲੋਂ ਅੱਜ ਵੱਡੀ ਗਿਣਤੀ ਦੇ ਵਿੱਚ ਅਸੀਂ ਸ਼ਾਮਿਲ ਹੋਏ ਹਾਂ, ਔਰ ਪਟਿਆਲੇ ਦੇ ਵਿੱਚੋਂ ਵੱਡੀ ਗਿਣਤੀ 'ਚ ਸਾਡੀਆਂ ਨਰਸਿੰਗ ਭੈਣਾਂ ਜਿਹੜੀਆਂ ਨੇ ਉਹ ਵੀ ਸ਼ਾਮਿਲ ਹੋਈਆਂ ਨੇ। ਅਗਲਾ ਜਿਹੜਾ ਵੀ ਐਲਾਨ ਇਸ ਸਟੇਜ ਤੋਂ ਹੋਏਗਾ, ਐਲਾਨ ਕਰਨਾ ਚਾਹੀਦਾ, ਤਿੱਖਾ ਕਰਨਾ ਚਾਹੀਦਾ, ਸਮਾਂ ਬਹੁਤ ਘੱਟ ਹੈ। ਵਧੀਆ ਗੱਲ ਹੈ ਵੀ ਜੇ ਧੂਰੀ ਦਾ ਵੀ ਐਲਾਨ ਕਰ ਦਿਓ ਤਾਂ ਜੋ ਇਹਦਾ ਪੀਪਾ ਖੜਕਦਾ ਨਜ਼ਰ ਆਵੇ। ਇਹ ਸਟੇਜ ਨੇ ਦੇਖਣਾ, ਲੀਡਰਸ਼ਿਪ ਨੇ ਦੇਖਣਾ ਹੈ। ਸੋ ਮੇਰੀ ਇਹ ਬੇਨਤੀ ਹੈ ਕਿ ਇੱਥੋਂ ਇੱਕ ਪ੍ਰੋਗਰਾਮ ਜਿਹੜਾ ਹੈ ਉਹ ਜ਼ਰੂਰ ਸਾਥੀਆਂ ਨੂੰ ਦੇ ਕੇ ਤੋਰਨ। ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ, ਕਿਉਂਕਿ ਸਮਾਂ ਘੱਟ ਹੈ, ਬੁਲਾਰੇ ਬਹੁਤ ਨੇ, ਤੁਹਾਡਾ ਸਾਰਿਆਂ ਦਾ ਧੰਨਵਾਦ ਹੈ। ਮੇਰੀ ਇੱਕ ਆਦਤ ਹੈ ਨਾਰਾ ਲਗਾਉਣ ਦੀ, ਜਿਹਦੀ ਤਾਂ ਇੱਕ ਬਾਹ ਇੱਕ ਖੜੀ ਕਰ ਦਿਓ, ਜਿਹਦੀਆਂ ਦੋ ਨੇ ਦੋ ਖੜੀ ਕਰ ਦਿਓ। ਕਵਰੇਜ ਕਰਨ ਵਾਲਿਆਂ ਨੂੰ ਬੇਨਤੀ ਹੈ ਵੀ ਉਹ ਵੀ ਕਵਰੇਜ ਕਰ ਦੇ ਪੂਰੀ ਜ਼ਿੰਮੇਵਾਰੀ ਨਾਲ। ਭਗਵੰਤ ਮਾਨ ਸਰਕਾਰ ਮੁਰਦਾਬਾਦ। ਉਹ ਪਿੱਛੇ ਕਮਜ਼ੋਰੀ ਹੈ, ਭਗਵੰਤ ਮਾਨ ਸਰਕਾਰ ਮੁਰਦਾਬਾਦ। ਪੁਰਾਣੀ ਪੈਨਸ਼ਨ ਬਹਾਲ ਕਰੋ, ਬਹਾਲ ਕਰੋ, ਬਹਾਲ ਕਰੋ। ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰੋ, ਪੂਰੀਆਂ ਕਰੋ, ਪੂਰੀਆਂ ਕਰੋ। ਸਾਰੇ ਕੱਚੇ ਕੰਮ ਪੱਕੇ ਕਰੋ, ਪੱਕੇ ਕਰੋ, ਪੱਕੇ ਕਰੋ। ਧੰਨਵਾਦ। ਜੈ ਜਨਤਾ, ਜੈ ਸੰਘਰਸ਼, ਜਿੱਤ ਲੜਦੇ ਰਹੋ। ਲੜਾਈ ਲੜਨ ਲਈ
ਅੱਜ ਦੇ ਇਸ ਇਕੱਠ ਵਿੱਚ ਇਕੱਤਰ ਹੋਏ ਮੇਰੇ ਜੁਝਾਰੂ ਕੌਮ ਦੇ ਜੁਝਾਰੂ ਵਾਰਸ ਸਾਥੀਓ, ਅਸੀਂ ਅੱਜ ਜਿਹੜਾ ਇਕੱਠ ਹੈ ਇਹ ਮੋਹਾਲੀ ਤੋਂ ਇੱਕ ਬਹੁਤ ਵੱਡਾ ਜਥਾ ਆਪਣੇ ਵਿੱਚ ਸ਼ਾਮਿਲ ਹੋ ਰਿਹਾ। ਨਾਰੇ ਨਾਲ ਸਵਾਗਤ ਕਰੀਏ, ਪੰਜਾਬ ਸਰਕਾਰ ਮਰਦਾਬਾਦ, ਐਲਪੀਐਸ ਰੱਦ ਕਰੋ। ਨਵਾਂ ਸ਼ਹਿਰ ਵਾਲੇ ਸਾਥੀ ਨੂੰ ਪੰਚ ਨੇ ਉਹਨਾਂ ਦਾ ਵੀ ਸਵਾਗਤ ਕਰੀਏ, ਐਲਪੀਐਸ ਰੱਦ ਕਰੋ, ਪੁਰਾਣੀ ਪੈਨਸ਼ਨ ਦਾ ਪ੍ਰਬੰਧ ਕਰੋ। ਬਹੁਤ ਬਹੁਤ ਧੰਨਵਾਦ ਜੀ। ਅੱਜ ਸਰਕਾਰ ਦਾ ਪਿੱਟ ਸਿਆਪਾ ਸਾਨੂੰ ਕਿਉਂ ਕਰਨ ਦੀ ਲੋੜ ਪੈ ਗਈ ਹੈ ਸਾਥੀਓ, ਨਵੰਬਰ 2022 ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਇੱਕ ਲੰਗੜਾ ਜਿਹਾ ਟੁੱਟਿਆ ਜਾਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਕਿ ਜਿਹੜੀ ਪੁਰਾਣੀ ਪੈਨਸ਼ਨ ਆ ਬਹਾਲ ਕੀਤੀ ਜਾਂਦੀ ਆ। ਪੜ੍ਹੇ ਲਿਖੇ ਵਰਗ ਨੂੰ ਮੂਰਖ ਬਣਾਉਣ ਦਾ ਉਹਨੇ ਯਤਨ ਕੀਤਾ ਸੀ, ਪਰ ਲੱਗਦਾ ਸੀ ਵੀ ਸ਼ਾਮ ਦੀ ਖਾਧੀ ਪੀਤੀ ਉਹਦੇ ਵੱਲੋਂ ਨਿਕਲ ਗਿਆ। ਮੁੜ ਕੇ ਉਸ ਪਿਓ ਦੇ ਪੁੱਤ ਨੇ, ਉਸ ਮਾਸਟਰ ਦੇ ਮੁੰਡੇ ਨੇ ਉਸ ਵਿੱਚ ਕੋਈ ਸੋਧ ਕਰਨੀ, ਉਸ ਨੂੰ ਲਾਗੂ ਕਰਨ ਦੀ ਕੋਈ ਜ਼ਰੂਰਤ ਨਹੀਂ ਦਿਖਾਈ, ਕੋਈ ਹੀਲਾ ਵਸੀਲਾ ਨਹੀਂ ਕਰਿਆ। ਅੱਜ ਦਾ ਇਹ ਇਕੱਠ ਇਸ ਕਰਕੇ ਕਰਨਾ ਪੈ ਰਿਹਾ ਕਿ ਉਸ ਗੁੰਗੇ ਬੁੜੇ ਮੁੱਖ ਮੰਤਰੀ ਦੀਆਂ ਜੜ੍ਹਾਂ ਹਿਲਾ ਦੇਣੀਆਂ ਨੇ, ਜਿਹੜੇ ਸਾਡੇ ਨਾਲ ਇੱਕ ਕੋਝਾ ਮਜ਼ਾਕ ਕੀਤਾ ਔਰ ਜਿਹੜਾ ਐਨਪੀਐਸ ਦਾ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਉਸ ਨੂੰ ਅਸੀਂ ਪੂਰਾ ਕਰਾ ਕੇ ਉਦੋਂ ਤੱਕ ਘਰਾਂ 'ਚ ਨਹੀਂ ਬੈਠਾਂਗੇ ਜਦੋਂ ਤੱਕ ਉਹ ਕਾਗਜ਼ ਜਿਹੜਾ ਨੋਟੀਫਿਕੇਸ਼ਨ ਆ ਜਿਹੜਾ ਅਧੂਰਾ ਇਹਨੂੰ ਪੂਰਾ ਕਰਕੇ ਅਸੀਂ ਘਰਾਂ ਨੂੰ ਨਹੀਂ ਮੁੜਦੇ, ਉਦੋਂ ਤੱਕ ਸਾਡਾ ਸੰਘਰਸ਼ ਆ ਜਿਹੜਾ ਚੱਲਦਾ ਰਹੇਗਾ। ਇਹਨਾਂ ਸ਼ਬਦਾਂ ਨਾਲ ਬਹੁਤ ਬਹੁਤ ਧੰਨਵਾਦ, ਜੈ ਜਨਤਾ, ਜੈ ਸੰਘਰਸ਼, ਜੈ ਲੜਦੇ ਲੋਕਾਂ ਦੇ। ਇਸ ਮੁਲਾਜ਼ਮੋ ਸਲਾਮ ਕਰਦੇ ਹਾਂ ਤੁਹਾਡੇ ਜਜ਼ਬੇ ਨੂੰ ਕਿ ਜੇ ਪੰਜਾਬ ਦੇ ਵਿੱਚ ਤਿੰਨ ਫਰੰਟਾਂ ਨੇ ਫੈਸਲਾ ਕੀਤਾ ਕਿ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਾਉਣ ਦੀ ਲੜਾਈ ਉਹ ਏਕੇ ਦੇ ਨਾਲ ਹੀ ਨੇਪਰੇ ਚੜ ਸਕਦੀ ਆ, ਤਾਂ ਤੁਸੀਂ ਅੱਜ ਆਪਣਾ ਇਹ ਜਿਹੜਾ ਵੱਡਾ ਕੱਟ ਕੀਤਾ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ, ਪੰਜਾਬ ਦੇ ਮੁਲਾਜ਼ਮ, ਪੰਜਾਬ ਦੇ ਐਨਪੀਐਸ ਮੁਲਾਜ਼ਮ ਉਹ ਏਕੇ ਦੇ ਨਾਲ ਨੇ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਇਹ ਚਾਹੇ ਪੰਜਾਬ ਦੀ ਸਰਕਾਰ ਹੋਵੇ ਜਿਸਨੂੰ ਸੰਘ ਦੀ ਬੀ ਟੀਮ ਕਿਹਾ ਜਾਂਦਾ ਜਾਂ ਕੇਂਦਰ ਸਰਕਾਰ ਹੋਵੇ, ਹੁਣ ਤੱਕ ਦਾ ਇਤਿਹਾਸ ਇਸ ਗੱਲ ਦਾ ਗਵਾਹ ਕਿ ਜੇ ਕੇਂਦਰ ਸਰਕਾਰ ਨੂੰ ਕਿਸੇ ਨੇ ਝੁਕਾਇਆ ਤਾਂ ਉਹ ਏਕੇ ਤੇ ਸੰਘਰਸ਼ਾਂ ਰਾਹੀਂ ਝੁਕਾਇਆ। ਉਹ ਸਰਕਾਰ ਜਿਹਨੇ ਬਾਰੇ ਲਗਾਤਾਰ ਸਵਾਲ ਉੱਠ ਰਹੇ ਨੇ ਕੇਂਦਰ ਸਰਕਾਰ ਕਿ ਉਹ ਇੱਕ ਫਾਸ਼ੀਵਾਦੀ ਸਰਕਾਰ ਆ। ਕੱਲ ਦੀ ਉਹ ਗੱਲ ਆ ਕਿ ਗੂਗਲ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਸੰਬੰਧਿਤ ਜਿਹੜਾ ਪਲੇਟਫਾਰਮ ਆ ਉਸ ਤੇ ਇੱਕ ਵਿਵਾਦ ਉੱਠਿਆ ਕਿ ਜਦੋਂ ਆਪਾਂ ਇਹ ਭਰਦੇ ਹਾਂ ਕਿ ਨਰਿੰਦਰ ਮੋਦੀ ਕੀ ਫਾਸ਼ੀਵਾਦੀ ਆ ਤਾਂ ਉਸਦੇ ਜਵਾਬ ਦੇ ਵਿੱਚ ਆਉਂਦਾ ਕਿ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਜਿਹੜਾ ਉਸਦੀਆਂ ਨੀਤੀਆਂ ਨੇ ਜਿਹੜੀਆਂ ਉਹ ਫਾਸ਼ੀਵਾਦੀ ਨੇ, ਫਾਸਿਸਟ ਨੇਚਰ ਦਾ ਹੈਗਾ ਉਹ। ਤਾਂ ਗੱਲ ਇਹ ਆ ਕਿ ਇਹ ਜਿਹੜੀ ਲੜਾਈ ਆ ਇਹ ਉਸ ਫਾਸ਼ੀਵਾਦ ਦੇ ਖਿਲਾਫ ਲੜਾਈ ਨਾਲ ਵੀ ਜੁੜਦੀ ਆ, ਕਿਉਂ ਫਾਸ਼ੀਵਾਦ ਦਾ ਮਤਲਬ ਹੁੰਦਾ ਕੇਂਦਰੀਕਰਨ, ਫਾਸ਼ੀਵਾਦ ਦਾ ਮਤਲਬ ਆ ਇੱਕ ਦੇਸ਼ ਇੱਕ ਨੀਤੀ ਇੱਕ ਧਰਮ ਇੱਕ ਪੈਨਸ਼ਨ, ਕਿ ਜਦੋਂ ਰਾਜਾਂ ਦੇ ਮੁਲਾਜ਼ਮ ਆਪਣੀ ਆਪਣੀ ਪੈਨਸ਼ਨ ਦੀ ਗੱਲ ਕਰਨਗੇ, ਜਦੋਂ ਪੁਰਾਣੀ ਪੈਨਸ਼ਨ ਪੰਜਾਬ 'ਚ ਬਹਾਲ ਹੋਊਗੀ ਜਿਵੇਂ ਹਿਮਾਚਲ ਤੇ ਬਾਕੀ ਰਾਜਾਂ 'ਚ ਬਹਾਲ ਹੋਈ ਆ, ਤਾਂ ਇਸ ਫਾਸ਼ੀਵਾਦ ਨੂੰ ਵੀ ਸੱਟ ਵੱਜਣੀ ਆ। ਪਰ ਬਹੁਤ ਅਫਸੋਸ ਦੀ ਗੱਲ ਆ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਆ ਤੇ ਉਹਦੀ ਜਿਹੜੀ ਝਾੜੂ ਪਾਰਟੀ ਆ
ਉਹ ਬੀ ਟੀਮ ਵਾਲਾ ਰੋਲ ਬਾਖੂਬੀ ਨਿਭਾ ਰਹੇ ਨੇ। ਕਿਵੇਂ ਨਿਭਾ ਰਹੇ ਨੇ ਕਿ ਜਦੋਂ ਇਹ ਫੈਸਲਾ ਹੋਇਆ ਕਿ ਪੰਜਾਬ ਦੇ ਸਰਹੱਦਾਂ ਦੇ 50 ਕਿਲੋਮੀਟਰ ਦਾ ਜਿਹੜਾ ਦਾਇਰਾ ਉਹ BSF ਦੇ ਹਵਾਲੇ ਕੀਤਾ ਜਾਊਗਾ, ਤਾਂ ਇਹਨਾਂ ਦੇ ਮੂੰਹ ਨੇ ਜਿਹੜੇ ਉਹ ਬੰਦ ਹੋ ਗਏ, ਚੁੱਪ ਹੋ ਗਏ। ਜਦੋਂ ਇਹ ਫੈਸਲਾ ਹੋਇਆ ਕਿ ਰਾਜਾਂ ਦੇ ਵਰਦਨਧਾਰਾਂ ਦੇ ਉੱਪਰ ਹਮਲਾ ਕੀਤਾ ਗਿਆ, ਕਸ਼ਮੀਰ ਦੇ ਟੋਟੇ ਕੀਤੇ ਗਏ, ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਜਦਕਿ ਸੰਵਿਧਾਨ 'ਚ ਦਰਜਾ ਕਿ ਸਟੇਟ ਨੂੰ ਯੂਟੀ ਨਹੀਂ ਬਣਾਇਆ ਜਾ ਸਕਦਾ, ਤਾਂ ਇਹ ਚੁੱਪ ਰਹੇ। ਤੇ ਹੁਣ 1 ਸਾਲ 2 ਮਹੀਨੇ ਤੋਂ ਨੋਟੀਫਿਕੇਸ਼ਨ ਜਾਰੀ ਹੋਇਆ ਪੈਨਸ਼ਨ ਦਾ, ਪਰ ਜਿੰਨੀਆਂ ਭਰਤੀਆਂ ਹੋ ਰਹੀਆਂ ਨੇ ਉਹ ਸਾਰੀਆਂ ਨਵੀਂ ਪੈਨਸ਼ਨ ਦੇ ਸਕੀਮ ਦੇ ਤਹਿਤ ਹੋ ਰਹੀਆਂ ਨੇ। ਜਿੰਨੀਆਂ ਰਿਟਾਇਰਮੈਂਟਾਂ ਹੋ ਰਹੀਆਂ ਨੇ NPS ਵਾਲਿਆਂ ਦੀਆਂ, ਉਹ NPS ਦੇ ਅਧੀਨ ਹੋ ਰਹੀਆਂ ਨੇ। ਤੇ ਹੁਣ ਵੀ ਚੁੱਪੜੇ ਝਾਕ ਰਹੇ ਨੇ ਕੇਂਦਰ ਸਰਕਾਰ ਵੱਲ, ਬਈ ਕੇਂਦਰ ਸਰਕਾਰ ਨੀ ਇਹ ਮਾਮਲਾ ਹੱਲ ਕਰਨ ਲੱਗੀ, ਤੁਹਾਨੂੰ ਆਪਣਾ ਨੋਟੀਫਿਕੇਸ਼ਨ ਆ ਜਿਹੜਾ ਉਹ ਲਾਗੂ ਕਰਨਾ ਪਊਗਾ। ਨਹੀਂ, ਪੰਜਾਬ ਦੇ ਲੋਕਾਂ ਨੇ ਸਿੱਖ ਲਿਆ ਕਿ ਜਿਵੇਂ ਕਿਸਾਨਾਂ ਦਾ ਸੰਯੁਕਤ ਕਿਸਾਨ ਮੋਰਚਾ ਹੋ ਸਕਦਾ, ਫਿਰ NPS ਮੁਲਾਜ਼ਮਾਂ ਦਾ ਵੀ ਸਾਂਝਾ ਮੋਰਚਾ, ਸਾਂਝਾ ਫਰੰਟ, ਇਹ ਸਾਡੇ ਲਈ ਇੱਕ ਰਾਹ ਹੈਗਾ। ਤੁਹਾਨੂੰ ਅਪੀਲ ਆ ਕਿ ਜਿਵੇਂ ਦਿੱਲੀ ਵਾਲਾ ਮੋਰਚਾ ਲੋਕਾਂ ਨੇ ਦਬਾਅ ਰੱਖਿਆ ਕਿ ਏਕਾ ਟੁੱਟਣ ਨਹੀਂ ਦੇਣਾ, ਸਾਨੂੰ ਅਪੀਲ ਆ ਕਿ ਜਿੰਨਾ ਏਕਾ ਬਣ ਗਿਆ ਉਹ ਟੁੱਟਣ ਨਹੀਂ ਦੇਣਾ, ਜਿਹੜੇ ਬਾਹਰ ਰਹਿ ਗਏ ਉਹਨਾਂ ਨੂੰ ਵੀ ਤੁਸੀਂ ਏਕੇ ਦੇ ਵਿੱਚ ਲੈ ਕੇ ਆਉਣਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਦੇ ਸੱਦੇ ਤੇ ਇਸ ਬੈਨਰ ਦੇ ਹੇਠ ਇਕੱਠੇ ਹੋਏ ਪੰਜਾਬ ਭਰ ਦੇ ਕੋਨੇ ਕੋਨੇ ਤੋਂ ਪਹੁੰਚੇ ਮੇਰੇ ਬਹੁਤ ਹੀ ਬਹਾਦਰ ਮੁਲਾਜ਼ਮ ਵੀਰੋ ਤੇ ਭੈਣੋ, ਸਾਡੇ ਕੋਲ ਜ਼ਿਲ੍ਹਾ ਅੰਮ੍ਰਿਤਸਰ ਦਾ ਜਥਾ ਕਾਫੀ ਵੱਡੀ ਗਿਣਤੀ 'ਚ ਪਹੁੰਚਿਆ, ਉਹਨਾਂ ਨੂੰ ਅਸੀਂ ਸੰਘਰਸ਼ੀ ਜੀ ਆਇਆਂ ਕਹਿੰਦੇ ਹਾਂ। ਇਹ ਭਗਵੰਤ ਮਾਨ ਦੀ ਬਦਲਾਅ ਵਾਲੀ ਸਰਕਾਰ ਨੇ ਜਦੋਂ ਲਗਭਗ ਸਾਲ ਕੁ ਪਹਿਲਾਂ ਪੁਰਾਣੀ ਪੈਨਸ਼ਨ ਬਹਾਲੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ, ਕੈਬਨਿਟ 'ਚ ਪਾਸ ਕੀਤਾ, ਤਾਂ ਪੰਜਾਬ ਭਰ ਦੇ ਮੁਲਾਜ਼ਮਾਂ ਨੇ ਫੇਸਬੁੱਕ ਤੇ ਵਟਸਐਪ ਤੇ ਬੜੇ ਭੰਗੜੇ ਪਾਏ, ਬੜੀਆਂ ਵਧਾਈਆਂ ਦਿੱਤੀਆਂ ਸਰਕਾਰ ਨੂੰ, ਤੇ ਇਹ ਕਿਹਾ ਕਿ ਬਿਨਾਂ ਕਿਸੇ ਦਬਾਅ ਤੇ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕੀਤੀ। ਸਾਡੇ ਪੰਜਾਬ ਦੇ ਅੰਦਰ ਹੀ ਟ੍ਰੇਡ ਯੂਨੀਅਨਿਸਟ ਆਗੂਆਂ ਵੱਲੋਂ ਲਗਾਤਾਰ ਇਹ ਗੱਲ ਕਹੀ ਗਈ, ਦੋਸਤੋ ਹਜੇ ਭੰਗੜੇ ਨਾ ਪਾਓ, ਦਿੱਲੀ ਹਜੇ ਦੂਰ ਹੈ, ਕਿਉਂਕਿ ਪੂਰੇ ਦੇਸ਼ ਦੇ ਅੰਦਰ ਜਿਹੜੀਆਂ ਆਰਥਿਕ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ, ਪੁਰਾਣੀ ਪੈਨਸ਼ਨ ਬਹਾਲੀ ਉਹਦੇ ਫਿੱਟ ਨਹੀਂ ਪੈਂਦੀ, ਇਹ ਦਾਲ ਚ ਕਾਲਾ ਹੈ, ਇਹ ਲੱਗਦਾ ਕੋਈ ਧੋਖਾ ਕਰੂਗੀ, ਇਹ ਲੜਨਾ ਪੈਣਾ ਹੈ। ਤੇ ਦੋਸਤੋ ਤੁਹਾਡੇ ਸਾਹਮਣੇ ਆ, ਤੁਸੀਂ ਦੇਖਿਆ ਕੱਲੀ ਦਾਲ ਚ ਕਾਲਾ ਨਹੀਂ, ਸਾਰਾ ਕੁਝ ਹੀ ਕਾਲਾ ਸੀ। ਸਾਡੇ ਪੰਜਾਬ ਦੇ ਮੁਲਾਜ਼ਮ ਹਰੇਕ ਕੈਬਨਿਟ ਦੀ ਜਦੋਂ ਮੀਟਿੰਗ ਆਉਂਦੀ ਹੈ ਆਏ ਉਡੀਕ ਰਹੇ ਹੁੰਦੇ ਆ ਵੀ ਹੁਣ ਵੀ ਉੱਠਦਾ ਬੁੱਲ ਡਿੱਗਿਆ, ਹੁਣ ਵੀ ਡਿੱਗਿਆ। ਪਰ ਦੋਸਤੋ ਮਤ ਸਮਝੋ, ਜਿਹੋ ਜਿਹਾ ਕਾਨੂੰਨ ਖੇਤੀ ਕਾਨੂੰਨ ਮੋਦੀ ਲੈ ਕੇ ਆਇਆ ਸੀਗਾ, ਕਾਲੇ ਕਾਨੂੰਨ, ਇਹ ਕਾਨੂੰਨ ਵੀ ਉਹੋ ਜਿਹਾ ਹੀ ਕਾਨੂੰਨ ਹੈ, ਤੇ ਜੇ ਇਹਨੂੰ ਰੱਦ ਕਰਾਉਣਾ ਤਾਂ ਲੜਨਾ ਪੈਣਾ ਵੱਡੀ ਪੱਧਰ ਤੇ। 26 ਤਰੀਕ ਨੂੰ ਲੁਧਿਆਣੇ ਦੇ ਵਿੱਚ ਇੱਕ ਹਵਾ ਦਾ ਠੰਡਾ ਬੁੱਲਾ ਵੀ ਆਇਆ, ਸਾਡੇ ਅੱਡ ਅੱਡ ਜਿਹੜੇ ਲੋਕ ਲੜ ਰਹੇ ਸੀ ਇਕੱਠੇ ਹੋਣ ਦਾ ਸਬੱਬ ਬਣਿਆ, ਤੇ ਅੱਜ
ਜਿਹੜੇ ਆ ਇਕੱਠ ਹੈ ਪਿੱਛੇ ਨਿਗਾਹ ਮਾਰ ਕੇ ਦੇਖਿਓ, ਜਿਹੜਾ ਇਕੱਠ ਹੈ ਇਹ ਉਸ ਮੋਰਚੇ ਵੱਲੋਂ ਦਿੱਤੇ ਗਏ ਸਾਂਝੀ ਕਾਲ ਦੇ ਸਿਰ ਤੇ ਹੈ। ਇਹ ਇਕੱਠ ਭਗਵੰਤ ਮਾਨ ਦੀ ਸਰਕਾਰ ਦੇ ਹਿੱਕ ਤੇ ਇੱਕ ਬੰਧ ਕੱਢਿਆ ਗਿਆ, ਇਸ ਸਰਕਾਰ ਨੇ ਤੁਸੀਂ ਬੰਧ ਕੱਢਿਆ। ਤੇ ਮੈਂ ਬੇਨਤੀ ਕਰੂੰਗਾ, ਅਪੀਲ ਕਰੂੰਗਾ ਸਾਂਝੇ ਮੋਰਚੇ ਦੇ ਆਗੂਆਂ ਨੂੰ ਕਿ ਐਂਗਲ ਬੱਕੜੀ ਪਾ ਕੇ ਰੱਖੋ, ਕਿਉਂਕਿ ਇਹ ਜਿਹੜਾ ਕਾਨੂੰਨ ਹੈ ਇਹ ਸਾਂਝੇ ਹੋ ਕੇ ਸਾਂਝੀ ਏਕਤਾ ਦੇ ਅਸਰ ਹੇਠ ਹੀ ਆਪਾਂ ਜਿੱਤ ਸਕਦੇ ਹਾਂ। ਮੈਨੂੰ ਰਿਪੋਰਟ ਮਿਲੀ ਹੈ, ਮੈਨੂੰ ਕੁਝ ਸਾਥੀਆਂ ਨੇ ਆ ਕੇ ਦੱਸਿਆ ਕਿ ਸਾਡੇ ਜਿਹੜੇ ਲੋਕ ਪਿੱਛੇ ਜਿਹੜੇ ਲੋਕ ਆ ਬੁਲਾਰਿਆਂ ਨੂੰ ਘੱਟ ਸੁਣ ਰਹੇ ਆ, ਉਹ ਕਹਿ ਰਹੇ ਆ ਵੀ ਆਓ ਤੁਰੀਏ ਭਗਵੰਤ ਮਾਨ ਦੀ ਕੋਠੀ ਵੱਲ ਨੂੰ ਤੁਰੀਏ। ਤਾਂ ਮੈਂ ਇੱਥੋਂ ਬੇਨਤੀ ਕਰੂੰਗਾ ਦੋਸਤੋ, ਉੱਥੇ ਪ੍ਰਸ਼ਾਸਨ ਦਾ ਕੋਈ ਨਾ ਕੋਈ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਇੱਕ ਲੰਡੂ ਦੀ ਚਿੱਠੀ ਲੈ ਕੇ ਹੱਥ 'ਚ ਖੜੇ ਹੋਣਗੇ, ਫੜਾ ਦੇਣਗੇ ਆਪਾਂ ਨੂੰ ਵੀ ਜਾਓ ਆਪਾਂ ਫਿਰ ਮੁੜ ਜਾਵਾਂਗੇ। ਨਹੀਂ ਆਏ ਨਹੀਂ ਕਰਨਾ, ਵੈਸੇ ਤਾਂ ਮੋਰਚੇ ਦੇ ਆਗੂਆਂ ਵੱਲੋਂ ਕੋਈ ਵਿਉਂਤਬੰਦੀ ਕੀਤੀ ਗਈ ਹੋਊਗੀ, ਪਰ ਮੈਂ ਇੰਨਾ ਜ਼ਰੂਰ ਕਹੂੰਗਾ ਲੋਕਾਂ ਦੇ ਰੋਹ ਦੇਖਦੇ ਹੋਏ, ਦੋਸਤੋ ਜਿਹੜੇ ਬੈਰੀਗੇਟ ਉਹਨਾਂ ਲਾਏ ਹੋਣਗੇ ਤੇਰਾ ਥੋੜੇ ਜੇ ਆਪਾਂ ਹਿਲਾ ਕੇ ਜਾਣਾ ਤੇ ਦੱਸ ਕੇ ਜਾਣਾ ਉਹਨਾਂ ਨੂੰ ਵੀ ਆ ਜਾਓ ਸਾਡੇ ਪਿੰਡਾਂ 'ਚ, ਜੇ ਤੁਸੀਂ ਬੈਰੀਗੇਟ ਲਾਇਆ ਅਸੀਂ ਪਿੰਡਾਂ 'ਚ ਬੈਰੀਗੇਟ ਤੁਹਾਡੇ ਵਾਸਤੇ ਲਾਵਾਂਗੇ, ਅਸੀਂ ਬੰਦ ਨਹੀਂ ਦੇਣਾ ਤੁਹਾਨੂੰ ਪਿੰਡਾਂ 'ਚ, ਸ਼ਹਿਰ 'ਚ ਨਹੀਂ ਬਣ ਦੇਣਾ, ਆਪਾਂ ਨੂੰ ਇਹੋ ਜਿਹੇ ਕਦਮ ਲੈਣੇ ਪੈਣਗੇ। ਜੈ ਜਨਤਾ, ਜਿੱਤ ਲੜਨ ਵਾਲੇ ਲੋਕ। ਪੰਜਾਬ ਦੇ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਹੇ ਪੰਜਾਬ ਦੇ ਬਹੁਤ ਬਹਾਦਰ ਨਵੀਂ ਪੈਨਸ਼ਨ ਸਕੀਮ ਦੇ ਮੁਲਾਜ਼ਮ ਸਾਥੀਓ ਤੇ ਭੈਣੋ, ਮੈਂ ਸਭ ਤੋਂ ਪਹਿਲਾਂ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ, ਪੰਜਾਬ ਮੁਲਾਜ਼ਮ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਪੇਸ਼ ਕਰਦਾ ਹੈ ਭਈ ਤੁਸੀਂ ਪੰਜਾਬ ਦੀ ਮੁਲਾਜ਼ਮ ਲਹਿਰ ਦੇ ਅੰਦਰ ਇੱਕ ਨਵੀਂ ਕਿਸਮ ਦੀ ਹਲਚਲ ਪੈਦਾ ਕੀਤੀ ਹੈ। ਤੁਹਾਡੇ ਸਾਥੀਆਂ ਦੀ ਸੁਹਿਰਦਤਾ ਦੇ ਨਾਲ, ਤੁਹਾਡੀਆਂ ਵੱਖ ਵੱਖ ਜਥੇਬੰਦੀਆਂ ਦੇ ਸਾਥੀਆਂ ਦੀ ਯੋਗ ਅਗਵਾਈ ਦੇ ਸਦਕਾ ਤੁਸੀਂ ਆਪਣੀ ਲਹਿਰ ਨੂੰ ਇਕਮੁੱਠ ਕਰਨ ਦੇ ਅੰਦਰ ਅੱਜ ਬਹੁਤ ਹੱਦ ਤੱਕ ਕਾਮਯਾਬ ਹੋਏ ਹੋ। ਇਸ ਗੱਲ ਦੀ ਆਸ ਹੈ ਬਈ ਇਹ ਕਾਮਯਾਬੀ ਆਉਣ ਵਾਲੇ ਦਿਨਾਂ ਦੇ ਅੰਦਰ ਹੋਰ ਵਡੇਰੀ ਹੋਏਗੀ ਤੇ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਨਾਲ ਜਦੋਂ NPS ਰੱਦ ਕਰਕੇ ਪੁਰਾਣੀ ਪੈਨਸ਼ਨ 1972 ਵਾਲੀ ਬਹਾਲ ਹੋਏਗੀ ਤਾਂ ਪੰਜਾਬ ਭਾਰਤ ਦੇ ਬਾਕੀ ਸੂਬਿਆਂ ਲਈ ਇੱਕ ਚਾਨਣ ਮੁਨਾਰਾ ਬਣੇਗਾ, ਜਿਵੇਂ ਪੰਜਾਬ ਹਮੇਸ਼ਾ ਬਣਦਾ ਰਿਹਾ ਹੈ। ਚਾਹੇ ਦੁਨੀਆਂ ਦੇਸ਼ ਦੁਨੀਆਂ ਦੇ ਅੰਦਰ ਕਿਸਾਨਾਂ ਨੂੰ ਜ਼ਮੀਨਾਂ ਦੇਣ ਦਾ ਸਵਾਲ ਹੋਵੇ ਤਾਂ ਪੂਰੀ ਦੁਨੀਆਂ 'ਚ ਸਭ ਤੋਂ ਪਹਿਲਾਂ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਅੱਜ ਤੋਂ 300 ਸਾਲ ਪਹਿਲਾਂ ਵੰਡੀਆਂ ਸੀਗੀਆਂ। ਚਾਹੇ ਅੰਗਰੇਜ਼ ਸਾਮਰਾਜ ਦੇ ਖਿਲਾਫ ਲੜਨ ਦਾ ਸਵਾਲ ਹੋਵੇ, ਸਭ ਤੋਂ ਵੱਡੀਆਂ ਤੇ ਬੁਲੰਦ ਉੱਚੀਆਂ ਆਵਾਜ਼ਾਂ ਪੰਜਾਬ ਦੀ ਧਰਤੀ ਤੋਂ ਉੱਠੀਆਂ ਹੈ। ਦੁਨੀਆਂ ਦਾ ਸਭ ਤੋਂ ਵੱਡਾ ਕਿਸਾਨ ਅੰਦੋਲਨ, ਜਿਸ ਅੰਦੋਲਨ ਤੋਂ ਅਗਵਾਈ ਲੈ ਕੇ ਅੱਜ ਪੂਰਾ ਯੂਰਪ ਜਿਹੜਾ ਹੈ ਉਹ ਆਪਣੇ ਟਰੈਕਟਰਾਂ ਨੂੰ ਲੈ ਕੇ ਆਪਣੀਆਂ ਸੰਸਦਾਂ ਘੇਰ ਰਿਹਾ, ਚਾਹੇ ਫਰਾਂਸ ਹੋਵੇ, ਜਰਮਨੀ ਹੋਵੇ, ਬੈਲਜੀਅਮ ਹੋਵੇ, ਇਟਲੀ ਹੋਵੇ ਜਾਂ ਹੋਰ ਦੇਸ਼ ਹੋਣ, ਉਹਨਾਂ ਨੇ ਪੰਜਾਬ ਦੇ ਪੈਟਰਨ ਨੂੰ ਫੋਲੋ ਕੀਤਾ ਹੈ। ਅੱਜ ਦੁਬਾਰਾ ਫਿਰ ਪੰਜਾਬ ਦੇ ਅੰਦਰ ਇੱਕ ਨਵੀਂ ਆਵਾਜ਼ ਜਿਹੜੀ ਹੈ ਉਹ ਵੱਡੇ ਰੂਪ ਦੇ ਅੰਦਰ ਬੁਲੰਦ ਹੋਈ ਹੈ ਤੇ ਉਹਦੇ ਡੰਕੇ ਦੀ ਚੋਟ ਜਿਹੜੀ ਹੈ ਤੁਸੀਂ ਆਪਣੇ ਪੰਜਾਬ ਦੇ ਬਹੁਤ ਚਾਤਰ ਬੇਈਮਾਨ ਗੱਪੀ ਮੁੱਖ ਮੰਤਰੀ ਦੇ ਬਰੂਹਾਂ ਦੇ ਬਿਲਕੁਲ ਲਾਗੇ ਕਰ ਰਹੇ ਹੋ ਤੇ ਦੇਸ਼ ਲਈ ਤੁਸੀਂ ਇੱਕ ਨਵਾਂ ਚਾਨਣ ਮੁਨਾਰਾ ਸਿੱਧ ਹੋਵੋਗੇ।
ਮੈਂ ਲੰਬੀ ਗੱਲ ਨਹੀਂ ਕਰੂੰਗਾ। ਬਹੁਤ ਸਾਰੀਆਂ ਨੀਤੀਆਂ ਦੀ ਗੱਲ ਹੈਗੀ ਹੈ, ਲੀਡਰਾਂ ਦਾ ਕੀ ਫਰਾਸਾ ਕਰਨਾ ਹੈ। ਇਹ ਸਾਰੇ ਦੇ ਸਾਰੇ ਲੀਡਰ, ਚਾਹੇ ਅੱਜ ਵਾਲੇ ਭਗਵੰਤ ਮਾਨ ਫੜੀ, ਇਹਨਾਂ ਤੋਂ ਪਹਿਲੇ ਕੈਪਟਨ ਅਮਰਿੰਦਰ ਤੇ ਚੰਨੀ ਫੜੀ, ਉਹਨਾਂ ਤੋਂ ਪਹਿਲੇ ਬਾਦਲ, ਦੇਸ਼ ਦੇ ਸਾਰੇ ਸੂਬਿਆਂ ਦੇ ਹਾਕਮ, ਸਵੇਤ ਮੁੱਖ ਮੰਤਰੀ, ਸਵੇਤ ਪ੍ਰਧਾਨ ਮੰਤਰੀ, ਇਹ ਸਾਰੇ ਦੇ ਸਾਰੇ ਪੂੰਜੀਵਾਦ ਦੀ ਇੱਕੋ ਕਿਸਮ ਦੀ ਬਿਮਾਰੀ ਦੇ ਰੋਗ ਤੋਂ ਸ਼ਿਕਾਰ ਹੈਗੇ ਹੈ। ਇਹਨਾਂ ਨੂੰ ਜਿਹੜੀ ਬਿਮਾਰੀ ਲੱਗੀ ਹੈ ਕਿ ਪੂੰਜੀਵਾਦੀ ਸਾਰਾ ਕੁਛ ਨੱਪ ਕਰ ਜਾ, ਤਾਂ ਇਸ ਬਿਮਾਰੀ ਦਾ ਇਲਾਜ ਜਿਹੜਾ ਹੈ ਇਹ ਕਿਸੇ ਹਸਪਤਾਲ ਦੇ ਵਿੱਚ ਨਹੀਂ ਹੁੰਦਾ। ਇਸ ਬਿਮਾਰੀ ਦਾ ਇਲਾਜ ਲੋਕ ਜੋਤੀ ਪਾ ਕੇ, ਕ੍ਰਿੰਗੜੀ ਪਾ ਕੇ, ਇਕੱਠੇ ਹੋ ਕੇ ਸੜਕ ਦੇ ਉੱਤੇ ਆ ਕੇ ਕਰਦੇ ਹੈ। ਜਿਵੇਂ ਮੋਦੀ ਦੀ ਤਿੰਨ ਕਾਲੇ ਕਾਨੂੰਨਾਂ ਦੀ ਬਿਮਾਰੀ ਦਾ ਇਲਾਜ ਜਿਹੜਾ ਸੀ ਉਹ ਦਿੱਲੀ, ਸਿੰਘੂ, ਟਿੱਕਰੀ, ਪਲਵਲ ਤੇ ਗਾਜ਼ੀਪੁਰ ਦੇ ਬਾਰਡਰ ਤੇ ਬੈਠ ਕੇ ਕੀਤਾ ਸੀ। ਇਹ ਜਿਹੜੀ ਨਵੀਂ ਪੈਨਸ਼ਨ ਸਕੀਮ ਵਾਲੀ ਬਿਮਾਰੀ ਹੈ, ਇਹਦਾ ਇਲਾਜ ਤੁਸੀਂ ਬਾਖੂਬੀ ਕਰੋਗੇ, ਇੰਨਾ ਵਧੀਆ ਤਰੀਕੇ ਨਾਲ ਕਰੋਗੇ ਕਿ ਇਸ ਦੇਸ਼ ਦਾ ਹਾਕਮ ਮੁੜ ਕੇ ਕਦੀ ਲੋਕਾਂ ਦੀ ਜਿਹੜੀ ਜੀਵਨ ਦੀ ਸਹੂਲਤ ਨੂੰ ਖੋਲ੍ਹਣ ਦਾ ਉਪਰਾਲਾ ਨਹੀਂ ਕਰਨਗੇ। ਮੈਂ ਤੁਹਾਨੂੰ ਇੰਨੀ ਬੇਨਤੀ ਕਰਨੀ ਹੈ ਕਿ ਸਾਂਝੇ ਫਰੰਟ ਵੱਲੋਂ ਤੁਹਾਡੀ ਇਸ ਕੋਸ਼ਿਸ਼ ਨੂੰ 27 ਜਨਵਰੀ ਦੀ ਮੀਟਿੰਗ ਦੇ ਅੰਦਰ ਬਹੁਤ ਵੱਡੇ ਰੂਪ ਦੇ ਅੰਦਰ ਐਪਰੀਸ਼ੀਏਟ ਕੀਤਾ ਗਿਆ ਸੀ। ਪੰਜਾਬ ਮੁਲਾਜ਼ਮ ਪੈਨਸ਼ਨ ਸਾਂਝੇ ਫਰੰਟ ਨੂੰ ਤੁਹਾਡੇ ਤੋਂ ਬਹੁਤ ਆਸਾਂ ਨੇ, ਇਕੱਲੇ ਫਰੰਟ ਨੂੰ ਨਹੀਂ, ਪੰਜਾਬ ਦੇ ਮੁਲਾਜ਼ਮਾਂ ਨੂੰ ਤੇ ਪੰਜਾਬ ਦੀ ਸਮੁੱਚੀ ਮੁਲਾਜ਼ਮ ਲਹਿਰ ਨੂੰ ਤੁਹਾਡੇ ਤੋਂ ਬਹੁਤ ਵੱਡੀਆਂ ਆਸਾਂ ਨੇ। ਤੁਸੀਂ ਉਹਨਾਂ ਆਸਾਂ ਦੇ ਝੰਡਾ ਬਰਦਾਰ ਬਣੋਗੇ। ਤੇ ਇੱਕ ਆਖਰੀ ਬੇਨਤੀ ਹੈ ਕਿ ਅੱਜ ਤੁਸੀਂ ਇੱਥੇ ਸੰਘਰਸ਼ ਕਰਨ ਆਏ ਹੋ, ਸੰਘਰਸ਼ ਲਾਜ਼ਮੀ ਤੌਰ ਤੇ ਤੁਹਾਡੀ ਲੀਡਰਸ਼ਿਪ ਤਿੱਖਾ ਨਹੀਂ ਕਰੇਗੀ। ਸਮੇਂ ਦੀ ਇਤਿਹਾਸਕ ਲੋੜ ਹੁੰਦੀ ਹੈ ਵਿਸ਼ਾਲ ਏਕਤਾ ਤਿੱਖੇ ਕੋਲ, ਉਹ ਤੁਸੀਂ ਕਰੋਗੇ। 4 ਮਾਰਚ ਨੂੰ ਬਜਟ ਸੈਸ਼ਨ ਦੇ ਦੌਰਾਨ, ਬਜਟ ਪੇਸ਼ ਹੋਣ ਤੋਂ ਇੱਕ ਦਿਨ ਪਹਿਲਾਂ ਚੰਡੀਗੜ੍ਹ ਦੇ ਅੰਦਰ ਪੰਜਾਬ ਮੁਲਾਜ਼ਮ ਪੈਨਸ਼ਨ ਸਾਂਝੇ ਫੰਡ ਦਾ ਵੱਡਾ ਇਕੱਠ ਹੈ। ਤੁਹਾਨੂੰ ਬੇਨਤੀ ਹੈ ਉਸ ਇਕੱਠ ਦੇ ਵਿੱਚ ਵੀ ਆਪਣੀ ਸ਼ਮੂਲੀਅਤ ਕਰਿਓ। ਤੁਹਾਡਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਟੀਚਰ ਯੂਨੀਅਨ ਜ਼ਿਲ੍ਹਾ ਰੂਪਨਗਰ ਵੱਲੋਂ ਵੱਡੇ ਕਾਫਲੇ ਦੇ ਨਾਲ ਇੱਥੇ ਪਹੁੰਚੇ ਹਾਂ, ਔਰ ਅਸੀਂ ਇਹ ਤੁਹਾਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਜਿੱਥੇ ਵੀ ਲੜਾਈ ਲੜਨ ਦੀ ਲੋੜ ਹੋਵੇ, ਜੇ ਮਰਨ ਵਰਤ ਦੀ ਲੋੜ ਹੋਵੇ, ਤਾਂ ਸਾਡਾ ਨਾਮ ਸਭ ਤੋਂ ਪਹਿਲਾਂ ਲਿਖ ਲਿਓ। ਜਗਮੋਹਨ ਸਿੰਘ ਚੌਂਤਾ, ਜ਼ਿਲ੍ਹਾ ਰੋਪੜ ਦੇ ਪ੍ਰਧਾਨ। ਰਾਜਮ ਏਕਤਾ ਜਿੰਦਾਬਾਦ, 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 ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਸੋ ਸਾਥੀਓ, ਆਪ ਸਾਰੇ ਭਰਾਈ ਦੇ ਪਾਤਰ ਹੋ, ਅਸੀਂ ਕੁਝ ਲੈ ਕੇ ਉੱਠਾਂਗੇ, ਇਸ ਤਰ੍ਹਾਂ ਨਹੀਂ ਜਾਵਾਂਗੇ। ਅਗਰ ਜੇਕਰ ਕੁਝ ਹੱਲਾ ਗੁੱਲਾ ਹੋਇਆ ਤਾਂ ਹੀ ਕੁਛ ਮਿਲੇਗਾ, ਨਹੀਂ ਉਹ ਗਿੱਦੜ ਚਿੱਠੀ ਦੇ ਦਾਂਗੇ ਮੀਟਿੰਗ ਦੀਆਂ, ਉਹਦੇ ਵਿੱਚੋਂ ਕੁਝ ਨਹੀਂ ਨਿਕਲੇਗਾ। ਸੋ ਇਸ ਕਰਕੇ ਜੇਕਰ ਪੁਲਿਸ ਪ੍ਰਸ਼ਾਸਨ ਸਾਡਾ ਧੱਕਾ ਕਰੇਗੀ, ਧੱਕਾ ਸਹਿਣ ਕਰਨਾ, ਕਿਸੇ ਦੇ ਪਿੱਛੇ ਨਹੀਂ ਹੱਲਣਾ, ਸਭ ਤੋਂ ਅੱਗੇ ਲੱਗਾਂਗੇ। ਸਭ ਨੂੰ ਵਧਾਈ ਦੇ ਪਾਤਰ। ਸੋ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਂਝਾ ਮੋਰਚਾ ਦੇ ਝੰਡੇ ਹੇਠ ਪੰਜਾਬ ਦੇ ਹਰ ਜ਼ਿਲ੍ਹੇ, ਹਰ ਬਲਾਕ, ਹਰ ਪਿੰਡ, ਹਰ ਸ਼ਹਿਰ, ਬਾਰਡਰ ਏਰੀਏ ਤੋਂ ਆਏ ਹੋਏ ਮੇਰੇ ਮੁਲਾਜ਼ਮ ਵੀਰ, ਮੇਰੀਆਂ ਮੁਲਾਜ਼ਮ ਭੈਣਾਂ, ਮੇਰੇ ਉਹ ਵੀਰ ਜਿਹੜੇ ਪੈਨਸ਼ਨ ਲੈਂਦੇ ਵੀ ਆ, ਉਹ ਵੀ ਵੱਡੀ ਤਾਦਾਦ ਦੇ ਵਿੱਚ ਇੱਥੇ ਆਏ ਆ, ਵੱਖ ਵੱਖ ਜਥੇਬੰਦੀਆਂ ਦੇ ਆਗੂ ਮੈਂਬਰ ਸਾਰਿਆਂ ਦਾ ਇੱਥੇ ਆਇਆਂ ਦੇ ਬਹੁਤ ਬਹੁਤ ਧੰਨਵਾਦ ਵੀਰੋ। ਇਹ ਲੜਾਈ ਆਪਣੀ ਬਹੁਤ ਵੱਡੀ ਵੀ ਆ ਅਤੇ ਬਹੁਤ ਛੋਟੀ ਵੀ ਆ। ਬਹੁਤ ਵੱਡੀ ਇਸ ਕਰਕੇ ਆ ਕਿ ਭਾਵੇਂ ਆਪਾਂ 12 ਸਾਲ ਤੋਂ ਲੜ ਰਹੇ ਹਾਂ NPS ਵਾਸਤੇ, ਇਹ ਕਿਤੇ ਅਸੀਂ ਸਮਝਦੇ ਹਾਂ ਕਿ ਕਿਤੇ ਸਾਡੀ ਬਦਕਿਸਮਤੀ ਹੋ ਸਕਦੀ, ਸਾਡੇ ਸਾਰੇ ਲੋਕ ਜਾਗੇ ਨਹੀਂ, ਸਾਡੇ NPS ਵਾਲੇ ਵੀਰ ਸਾਰੇ ਜਾਗੇ ਨਹੀਂ, ਕਿਉਂਕਿ ਲੜਾਈ ਸ਼ੁਰੂ ਕਰਨ ਵਾਲਾ
ਤੁਹਾਡੇ ਸਾਰੇ ਪੰਜਾਬ ਦੇ ਪੰਜਾਬ ਦੀ ਧਰਤੀ ਹੁੰਦੀ ਹੈ। ਇਹ ਇਤਿਹਾਸ ਗਵਾਹ ਹੈ ਕਿ ਪੰਜਾਬ ਤੇ ਉਸ ਨਾਲ ਛੁੱਟਦੇ ਸਾਰੇ ਸੂਬੇ ਸੁੱਤੇ ਹੁੰਦੇ ਆ। ਜਿਸ ਤਰ੍ਹਾਂ ਕਿ ਅੱਜ ਵੀ ਅਸੀਂ ਵੇਖ ਰਹੇ ਹਾਂ ਕਿ ਜਿਹੜਾ ਸਾਡਾ ਕਿਸਾਨੀ ਦਾ ਮੁੱਦਾ ਹੈ, ਸਾਡਾ ਰੋਟੀ ਦਾ ਮੁੱਦਾ ਹੈ, ਸਾਡੇ ਛੋਟੇ ਛੋਟੇ ਦੁਕਾਨਦਾਰ ਵੀਰਾਂ ਦਾ ਮੁੱਦਾ ਹੈ। ਜੇ ਅੱਜ ਪੂਰੇ ਦੇਸ਼ ਵਾਸਤੇ ਆਫਤ ਬਣੀ ਹੈ ਰੋਟੀ ਵਾਸਤੇ, ਅੱਜ ਸਾਡੇ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਬਾਰਡਰਾਂ ਤੇ ਗੋਲੀਆਂ ਖਾ ਰਹੇ ਆ। ਇਸ ਤਰ੍ਹਾਂ ਹੀ ਸਾਡੇ ਐਨਪੀਐਸ ਦੇ ਵਿੱਚ ਹੋਇਆ ਕਿ 12 ਸਾਲ ਤੋਂ ਬੂਟਾ ਦਾ ਸਾਡੇ ਪੰਜਾਬ ਨੇ ਲਾਇਆ ਸੀ ਐਨਪੀਐਸ ਦਾ ਗਲੋਂ ਗਲਾਵਾਂ ਲਾਉਣ ਵਾਸਤੇ, ਪਰ ਤੁਸੀਂ ਦੇਖ ਰਹੇ ਹੈ ਕਿ ਸਾਡੇ ਹਿੰਦੁਸਤਾਨ ਦੀਆਂ ਜਿਹੜੀਆਂ ਭਾਰਤ ਦੀਆਂ ਸਟੇਟਾਂ ਨੇ ਉਹ ਲੋਕ ਕਹਿੰਦੇ ਆ ਕਿ ਪੰਜਾਬ ਦੀ ਐਨਪੀਐਸ ਲੜਾਈ ਨੂੰ ਵੇਖ ਕੇ ਅਸੀਂ ਮੈਦਾਨ ਦੇ ਵਿੱਚ ਆਏ ਸੀਗੇ। ਔਰ ਉਹਨਾਂ ਦੇ ਵਿੱਚੋਂ ਅੱਜ ਉਹ ਲੋਕ 5 ਸਟੇਟਾਂ ਨੇ ਜਿਹੜੀਆਂ ਪੁਰਾਣੀ ਪੈਨਸ਼ਨ ਲੈ ਗਈਆਂ। ਪਤਾ ਨਹੀਂ ਇਹ ਕਿਉਂ ਨੌਬਤ ਆਈ ਕਿ ਸਾਡੇ ਅਜੇ ਵੀ ਐਸੇ ਬਹੁਤ ਵੀਰ ਆ ਕਿ ਜਿਹੜੇ ਇਸ ਲੜਾਈ ਦੇ ਵਿੱਚ ਆਪਣਾ ਸਾਰਾ ਹੀ ਦੇ ਰਹੇ। ਮੈਂ ਜਿਹੜੇ ਵੀ ਵੀਰ ਭੈਣਾਂ ਅੱਜ ਦੀ ਲੜਾਈ ਦੇ ਵਿੱਚ ਇੱਥੇ ਆਏ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਕਿਹੜੇ ਕੱਢਣ ਆਇਆ, ਮੈਂ ਉਹਨਾਂ ਦੇ ਸੰਬੰਧ ਦੇ ਵਿੱਚ ਦੋ ਨਾਰੇ ਲਾਉਣਾ ਚਾਹੁੰਦਾ, ਉਹਦਾ ਜਵਾਬ ਤੁਸੀਂ ਦੇਣਾ। ਮੈਂ ਬੋਲੂੰਗਾ ਜਾਗ ਦੀ ਜ਼ਮੀਰ ਵਾਲੇ ਮੁਲਾਜ਼ਮ, ਤੁਸੀਂ ਕਹਿਣਾ ਜਿੰਦਾਬਾਦ। ਜਾਗ ਦੀ ਜ਼ਮੀਰ ਵਾਲੇ ਮੁਲਾਜ਼ਮ ਬਹੁਤ ਬਹੁਤ ਧੰਨਵਾਦ, ਕਿਉਂਕਿ ਤੁਸੀਂ ਜਾਣਦੀਆਂ ਜ਼ਮੀਰਾਂ ਵਾਲੇ ਜੇ ਜਿਹੜੇ ਆਪਣੇ ਬੁਢਾਪੇ ਦੀ ਡੰਗੋਲੀ ਨੂੰ ਲੈ ਕੇ ਉਹਦੇ ਬਾਰੇ ਜਾਣਦੇ ਜੇ ਕਿ ਬੁਢਾਪਾ ਕਿਸ ਤਰ੍ਹਾਂ ਦਾ ਹੁੰਦਾ। ਅੱਜ ਤੁਸੀਂ ਉਹ ਡੰਗੋਲੀ ਨੂੰ ਪ੍ਰਾਪਤ ਕਰਨ ਵਾਸਤੇ ਅੱਜ ਮੁੱਖ ਮੰਤਰੀ ਦੇ ਹਲਕੇ 'ਚ ਆਏ ਜੇ, ਇਸ ਕਰਕੇ ਤੁਹਾਨੂੰ ਬਹੁਤ ਬਹੁਤ ਵਧਾਈ। ਇਹ ਵੀਰੋ ਇਹ ਆਹ ਜਿਹੜੇ ਮੇਰੇ ਪਿੱਛੇ ਵੀਰ ਆ, ਪਿੱਛੇ ਬਹੁਤ ਜਿਹੜੇ ਅੱਜ ਵੀ ਅਸੀਂ ਬਹਿ ਨਹੀਂ ਸਕੇ, ਹੁਣੇ ਬਾਰ ਬਾਰ ਸਾਡੇ ਕੋਲ ਆਗੂ ਆ ਰਹੇ ਆ ਪਿੱਛੋਂ ਕਿ ਜਲਦੀ ਮਾਰਚ ਕੀਤਾ ਜਾਵੇ, ਬਸ ਵਾਧਾ ਸਮਾਂ ਨਹੀਂ ਹੈ, ਖਤਮ ਹੀ ਇਹਨੂੰ ਐਂਡ ਸਮਝਣਾ। ਕਿਸੇ ਵੀ ਵੀਰ ਨੇ ਜਾਣਾ ਨਹੀਂ, ਕੋਈ ਗੱਡੀਆਂ ਵਾਲੇ ਜਿਹੜੇ ਵੀਰ ਬਹੁਤ ਗੱਡੀਆਂ ਲੈ ਕੇ ਨਿਕਲਣ ਦੀ ਕੋਸ਼ਿਸ਼ ਕਰਦੇ ਆ, ਵੀਰ ਗੱਡੀਆਂ ਵਾਲਿਆਂ ਨੂੰ ਅਪੀਲ ਕਰਦੇ ਆ ਕਿ ਆਪਾਂ ਪੁਰਾਣੀ ਪੈਨਸ਼ਨ ਲੈਣ ਵਾਸਤੇ ਆਏ ਆ, ਘਰਾਂ ਨੂੰ ਭੱਜਣ ਵਾਸਤੇ ਨਹੀਂ ਆਏ, ਤੜਕੇ ਨੇ ਉੱਠੇ ਆ, ਗੱਡੀਆਂ ਲੈ ਕੇ ਤੁਸੀਂ ਆਏ ਜੇ, ਜਾਣਾ ਨਹੀਂ। ਜਿੰਨੀ ਦੇਰ ਅਸੀਂ ਇਹਨਾਂ ਦੇ ਜਿਹੜੇ ਬੈਰੀਕੇਡ ਅੱਜ ਭੰਗ ਕੇ ਨਹੀਂ ਜਾਂਦੇ, ਪੈਨਸ਼ਨ ਤਾਂ ਮਿਲਣੀ ਦੇ, ਸਾਨੂੰ ਬੈਰੀਕੇਡ ਤੋੜਨੇ ਵੀ ਪੈਣੇ ਹੈ, ਸਾਨੂੰ ਬੈਰੀਕੇਡ ਭੰਗਣੇ ਵੀ ਪੈਣੇ ਜੇ, ਤਾਂ ਵੱਡੀ ਲੜਾਈ ਹੈ। ਇਹ ਲੜਾਈ ਵੱਡੀ ਤਾਂ ਹੀ ਹੋਣੀ ਹੈ, ਤੁਸੀਂ ਅਖਬਾਰਾਂ ਦੀਆਂ ਸੁਰਖੀਆਂ ਤਾਂ ਹੀ ਬਣਨਾ ਜੇਕਰ ਘਰਾਂ ਨੂੰ ਨਹੀਂ ਜਾਣਾ, ਅੱਜ ਕੁਝ ਕਰਕੇ ਜਾਣਾ ਹੈ। ਜੈ ਜਨਤਾ, ਜੈ ਸੰਘਰਸ਼, ਜੈ ਜਨਤਾ ਲੜਦੇ ਲੋਕਾਂ ਦੀ। ਧੰਨਵਾਦ ਜੀ। ਸਾਂਝੀ ਆਵਾਜ਼ ਨੂੰ ਹੁੰਗਾਰਾ ਦੇ ਕੇ ਪਹੁੰਚੇ ਮੁਲਾਜ਼ਮ ਸਾਥੀਓ, ਸਾਡੇ ਪਿੰਡਾਂ 'ਚ ਜੇ ਕਦੇ ਘਰਦਿਆਂ ਦੀ ਕਿਸੇ ਬਾਹਰਲੇ ਬੰਦੇ ਨਾਲ ਕੋਈ ਸ਼ਰੀਕੇ ਨਾਲ ਕੋਈ ਲੜਾਈ ਹੋ ਜੇ ਤਾਂ ਸਾਡੇ ਬਜ਼ੁਰਗ ਮਾਤਾਵਾਂ ਕਹਿੰਦੀਆਂ ਰਹੀਆਂ ਨੇ, ਪੁੱਤ ਆਡੋ ਪਾੜ ਨਾ ਹੋਇਓ, ਇਕੱਠੇ ਰਹੋ, ਇੱਕ 'ਚ ਬਰਕਤ ਹੁੰਦੀ ਹੈ। ਉਹਨਾਂ ਦੀ ਗੱਲ ਵਾਕਈ ਠੀਕ ਹੈ, ਉਹ ਇੱਕ 'ਚ ਕਿੰਨੀ ਬਰਕਤ ਆ। ਅੱਜ ਪੰਜਾਬ ਦੇ ਮੁਲਾਜ਼ਮਾਂ ਨੇ ਦਿਖਾਈ ਕਿ ਐਨਪੀਐਸ ਦੇ ਮੁੱਦੇ 'ਤੇ ਅੱਜ ਸਭ ਤੋਂ ਵੱਡਾ ਇਕੱਠ ਪੰਜਾਬ ਦਾ ਸੰਗਰੂਰ ਦੇ ਵਿੱਚ ਹੋਇਆ। ਕੋਈ ਧਿਰ, ਕੋਈ ਵਿਭਾਗ ਦਾ ਮੁਲਾਜ਼ਮ, ਕੋਈ ਜ਼ਿਲ੍ਹਾ ਨਹੀਂ ਰਿਹਾ ਹੋਣਾ ਜਿਹੜਾ ਅੱਜ ਸਾਡੇ ਇੱਥੇ ਇਕੱਠ ਦੇ ਵਿੱਚ ਪਹੁੰਚਿਆ ਨਾ ਹੋਵੇ। ਅੱਜ ਪੂਰੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦਾ ਸਰਕਾਰਾਂ ਦੇ ਨਾਲ ਲਗਾਤਾਰ ਟਕਰਾਅ ਬਣ ਰਿਹਾ, ਉਹ ਦੌਰ ਜਦੋਂ ਕੇਂਦਰ ਦੀ ਮੋਦੀ ਸਰਕਾਰ ਹਰ ਵਿਰੋਧ ਦੀ ਆਵਾਜ਼ ਨੂੰ ਕੁੱਟਣ ਰਹੀ ਹੈ, ਹਰ ਉਹਨਾਂ ਦੇ ਖਿਲਾਫ਼ ਬੋਲਣ ਵਾਲਿਆਂ ਦੇ ਲਈ ਉਹ ਬਲਡੋਜ਼ਰ ਲੈ ਕੇ ਆ ਰਹੀ ਹੈ,
ਤੇ ਕਾਰਪੋਰੇਟ ਦੇ ਮੁਨਾਫਿਆਂ ਦੇ ਲਈ ਉਹ ਇੱਕ ਢਾਲ ਬਣ ਕੇ ਖੜ ਗਈ। ਤਾਂ ਉਸ ਵੇਲੇ ਜੇ ਕਿਸਾਨਾਂ ਦੀ ਐਮਐਸਪੀ ਦੀ ਡਿਮਾਂਡ ਜੇ ਉਹ ਸਭ ਤੋਂ ਪ੍ਰਮੁੱਖ ਰੂਪ ਦੇ ਵਿੱਚ ਉੱਭਰੀ ਆ, ਅੱਜ ਪੂਰੇ ਦੇਸ਼ ਦੇ ਕਿਸਾਨ ਐਮਐਸਪੀ ਦੀ ਲੜਾਈ ਲੜ ਰਹੇ ਨੇ, ਤਾਂ ਉਹ ਜਿੱਡੀ ਵੱਡੀ ਐਮਐਸਪੀ ਦੀ ਲੜਾਈ ਆ, ਤੁਸੀਂ ਇਹ ਮੰਨ ਕੇ ਜਾਓ, ਇਹ ਮੰਨ ਕੇ ਚੱਲਿਓ ਕਿ ਪੁਰਾਣੀ ਪੈਨਸ਼ਨ ਲਾਗੂ ਕਰਾਉਣੀ, ਉਸ ਕੋਸ ਵਰਗੀ ਇੱਕ ਸਾਡੀ ਡਿਮਾਂਡ ਹੈ। ਐਮਐਸਪੀ ਕਿਉਂ ਨਹੀਂ ਲਾਗੂ ਹੋ ਰਹੀ? ਕਿਉਂਕਿ ਉਹਦੇ ਵਾਸਤੇ ਕੋਈ 8 ਤੋਂ 10 ਲੱਖ ਕਰੋੜ ਰੁਪਏ ਦਾ ਉਹ ਕਹਿੰਦੇ ਜਿਹੜਾ ਪਹਿਲਾਂ ਨਰਿੰਦਰ ਤੋਮਰ ਸੀ ਕਹਿੰਦੇ ਬਜਟ ਚਾਹੀਦਾ, ਉਹ ਬਜਟ ਹੈਗਾ। ਇਸੇ ਤਰ੍ਹਾਂ ਜੇ ਪੁਰਾਣੀ ਪੈਨਸ਼ਨ ਵੀ ਲਾਗੂ ਕਰਾਉਣੀ ਹੈ ਤਾਂ ਜਿਹੜਾ ਅੱਜ ਐਨਪੀਐਸ ਦੀ ਵੈਲਿਊ ਜਿਹੜੀ ਬਣ ਚੁੱਕੀ ਹੈ ਮਾਰਕੀਟ 'ਚ, ਉਹ ਕੋਈ 22% ਵੱਧ ਕੇ 8 ਲੱਖ ਕਰੋੜ ਦੇ ਨੇੜੇ ਤੇੜੇ ਬਣ ਜਾ ਚੁੱਕੀ ਆ। ਤਾਂ ਉਹ 8 ਲੱਖ ਕਰੋੜ ਰੁਪਇਆ ਕਾਰਪੋਰੇਟ ਤੋਂ ਵਾਪਸ ਲੈਣ ਦਾ ਸਵਾਲ ਹੈ। ਜੇ ਅੱਜ ਪੂਰੇ ਭਾਰਤ 'ਚ ਮਜ਼ਦੂਰਾਂ ਦੀਆਂ 4 ਬੋਰਡਾਂ ਦੇ ਖਿਲਾਫ ਲੜਾਈ ਬਣ ਰਹੀ ਆ, ਕਿਸਾਨਾਂ ਦੀ ਐਮਐਸਪੀ ਤੇ ਬਣ ਰਹੀ ਆ, ਅਧਿਆਪਕਾਂ ਦੇ ਵਿਦਿਆਰਥੀਆਂ ਦੀ ਨਿਊ ਐਜੂਕੇਸ਼ਨ ਪਾਲਿਸੀ ਦੇ ਖਿਲਾਫ ਬਣ ਰਹੀ ਹੈ, ਤਾਂ ਇਹ ਪੂਰੇ ਮੁਲਕ ਦੀ ਇੱਕ ਮੁਲਕ ਪੱਧਰੀ ਲੜਾਈ ਹੈ ਪੁਰਾਣੀ ਪੈਨਸ਼ਨ ਨੂੰ ਲਾਗੂ ਕਰਾਉਣਾ। ਪੰਜਾਬ ਦੇ ਵਿੱਚ ਅੜਿੱਕਾ ਕੀ ਆ ਕਿ ਇਸ ਮੁੱਦੇ ਨੂੰ ਲਾਗੂ ਕਰਾਉਣਾ ਅਸਲ ਦੇ ਵਿੱਚ ਉਸ ਕਾਰਪੋਰੇਟ ਦੇ ਖਿਲਾਫ ਖੜਨ ਦਾ ਮਾਮਲਾ, ਮੋਦੀ ਸਰਕਾਰ ਦੇ ਖਿਲਾਫ ਖੜਨ ਦਾ ਮਾਮਲਾ। ਸਾਡਾ ਸ਼ੱਕ ਤਾਂ ਉਦੋਂ ਹੀ ਸਹੀ ਸਾਬਤ ਹੋਇਆ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਲਿਖਤੀ ਜਵਾਬ ਇਹਨਾਂ ਨੇ ਦਿੱਤਾ ਕਿ ਮੁਲਾਜ਼ਮਾਂ ਦਾ ਤੇ ਪੰਜਾਬ ਸਰਕਾਰ ਦਾ ਜਿਹੜੀ ਅਦਾਇਗੀ ਜਾਂਦੀ ਹੈ ਪੀਐਫਆਰਡੀਆਂ ਨੂੰ, ਉਹਦੇ ਤੇ ਕੋਈ ਰੋਕ ਨਹੀਂ, ਤੁਹਾਨੂੰ ਦਿੰਦੇ ਰਹਾਂਗੇ। ਇਸ ਕਰਕੇ 18 ਨਵੰਬਰ 2022 ਦਾ ਨੋਟੀਫਿਕੇਸ਼ਨ, ਜਿਹਨੂੰ ਅਸੀਂ ਉਦੋਂ ਹੀ ਕਾਗਜ਼ੀ ਨੋਟੀਫਿਕੇਸ਼ਨ ਕਿਹਾ, ਉਹ ਇਸ ਕਰਕੇ ਕਾਗਜ਼ੀ ਨੋਟੀਫਿਕੇਸ਼ਨ ਸੀ ਕਿ ਪਹਿਲੀ ਮੰਗ ਕਿ ਐਨਪੀਐਸ ਕਟੌਤੀ ਬੰਦ ਕਰੋ ਤੇ ਸਾਡੇ ਜੀਪੀਐਫ ਖਾਤੇ ਸ਼ੁਰੂ ਕਰੋ। ਇਹਦੇ 'ਚ ਤੁਹਾਡਾ ਕਾਹਦਾ ਜ਼ੋਰ ਲੱਗਦਾ? ਪੀਐਫਆਰਡੀਏ ਤੋਂ ਜਿਹੜੀ ਅਸੀਂ ਵਾਪਸ ਕਰਾਉਣੀ ਆਪਦੀ ਅਮਾਊਂਟ, ਉਹ ਗੱਲ ਵੱਖਰੀ, ਉਹ ਇਤੋਂ ਬਾਅਦ ਹੀ ਲੜਾਈ। ਪਰ ਜੇ ਸਾਨੂੰ ਇਹ ਪੂਰਾ ਇੱਕ ਵਹਿਮ ਨਹੀਂ, ਹੁਣ ਉਹ ਵਹਿਮ ਜਿਹੜਾ ਹੈਗਾ ਪੱਕੇ ਉਹਦੇ ਵਿੱਚ ਯਕੀਨ 'ਚ ਬਦਲਦਾ ਜਾ ਰਿਹਾ। ਕਿਸਾਨਾਂ ਦੀ ਜਦੋਂ ਕੇਂਦਰ ਦੇ ਨਾਲ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਸਾਹਿਬ ਬੈਠਦੇ ਨੇ ਤਾਂ ਉਹ ਕਹਿੰਦੇ ਮੈਂ ਪੁਲ ਦਾ ਕੰਮ ਕਰ ਰਿਹਾ ਜਥੇਬੰਦੀਆਂ ਤੇ ਕੇਂਦਰ ਸਰਕਾਰ ਦੇ ਵਿੱਚ। ਇਹ ਪੁਲ ਦਾ ਕੰਮ ਉਦੋਂ ਕੀਤਾ ਜਾ ਸਕਦਾ ਜੇ ਕਿਤੇ ਕੇਂਦਰ ਦੇ ਵਿੱਚ ਕੋਈ ਉਸ ਤਰ੍ਹਾਂ ਦੀ ਸਰਕਾਰ ਹੋਵੇ ਜਿਹੜੀ ਕੋਈ ਧਰਨੇ ਮੁਜ਼ਾਹਰਿਆਂ ਨੂੰ ਸਹਿਨ ਕਰਦੀ ਹੋਵੇ, ਜਿਹੜੀ ਵਿਰੋਧੀ ਆਵਾਜ਼ ਨੂੰ ਸਹਿਨ ਕਰਦੀ ਹੋਵੇ। ਪਰ ਜਦੋਂ ਕੇਂਦਰ 'ਚ ਇੱਕ ਡਿਕਟੇਟਰੀ ਰਾਜ, ਉਹ ਮੋਦੀ ਅਮਿਤ ਸ਼ਾਹ ਵਰਗੇ ਉਸ ਤਰ੍ਹਾਂ ਦੇ ਗੁੰਡੇ ਬਦਮਾਸ਼ਾਂ ਦਾ ਟੋਲਾ ਬੈਠ ਗਿਆ ਹੋਵੇ ਜਿਹੜੇ ਸਿੱਧੇ ਸਿਰ ਦੇ ਵਿੱਚ ਗੋਲੀਆਂ ਮਾਰ ਰਹੇ ਹੋਣ, ਤਾਂ ਉਦੋਂ ਭਗਵੰਤ ਮਾਨ ਜੀ ਹੁਣ ਤੁਹਾਡੇ ਪੁਲ ਬਣਨ ਦਾ ਕੰਮ ਦਾ ਬੇੜਾ ਨਹੀਂ ਹੈ। ਹੁਣ ਪੁਲ ਨਹੀਂ, ਹੁਣ ਤੁਸੀਂ ਆਟਾ ਲਾ ਕੇ ਕੇਂਦਰ ਦੇ ਨਾਲ ਲੜਾਈ ਲੜਨ ਦੀ ਲੋੜ ਹੈ। ਪਰ ਤੁਸੀਂ ਕੇਂਦਰ ਨਾਲ ਤਾਂ ਆਟਾ ਕੀ ਲਾਉਣਾ ਹੈ? ਤੁਹਾਡਾ ਆਟਾ ਤਾਂ ਪੰਜਾਬ ਦੇ ਮੁਲਾਜ਼ਮਾਂ ਨਾਲ ਲੱਗਿਆ ਹੋਇਆ। ਕੱਲ ਤੋਂ ਸੀਆਈਡੀ ਦਾ ਪ੍ਰਸ਼ਾਸਨ ਦਾ ਇੱਕੋ ਰਟਿਆ ਹੋਇਆ ਬਿਆਨ ਕਿ ਮੁੱਖ ਮੰਤਰੀ ਦੇ ਨਾਲ ਅਸੀਂ ਮੀਟਿੰਗ ਨਹੀਂ ਕਰਾ ਸਕਦੇ। ਇਹ ਉਹ ਸਾਰੇ ਲੋਕ ਜਿਹੜੇ ਪਹਿਲੀਆਂ ਸਰਕਾਰਾਂ ਨੂੰ ਭੰਡ ਕੇ ਸੱਤਾ ਦੇ ਵਿੱਚ ਆਏ, ਇਹ ਕਹਿ ਕੇ ਕਿਸੇ ਨੂੰ ਵੀ ਤੂੰ ਤਾਂ ਮਹਾਰਾਜਾ, ਤੂੰ ਤਾਂ ਆਪਣੇ ਮਹਿਲਾਂ ਚੋਂ ਨਹੀਂ ਨਿਕਲਦਾ, ਇਹ ਬਾਦਲਾਂ ਦੇ ਉੱਤੇ ਦੋਸ਼ ਲਾ ਕੇ ਕਿ ਤੁਸੀਂ ਸਾਰੇ ਪੰਜਾਬ ਨੂੰ ਖਾ ਗਏ, ਉਹ ਸਾਰੇ ਦੋਸ਼ ਅਸਲ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਖੜੇ ਕੀਤੇ ਜਿਹਦੇ ਉੱਤੇ ਚੜ੍ਹ ਕੇ ਤੁਸੀਂ ਪੰਜਾਬ ਦੀ ਸੱਤਾ ਦੇ ਉੱਤੇ ਕੁਰਸੀਆਂ ਦੇ ਉੱਤੇ ਬੈਠੇ ਹੋ। ਪਰ ਅੱਜ ਉਸੇ ਤਰ੍ਹਾਂ ਦੇ ਮਹਾਰਾਜੇ ਹੋਣੀਆਂ ਚਾਹੀਦੀਆਂ ਨੇ, ਤਾਂ ਜਿਨ੍ਹਾਂ ਦੀਆਂ ਨੀਤਾਂ ਠੀਕ ਸੀ ਅੱਜ ਉਹ ਇਸ ਮੰਚ ਤੇ ਬੈਠੇ ਨੇ। ਇਸ ਕਰਕੇ ਇਸ ਰੈਲੀ ਤੋਂ ਬਾਅਦ
ਜਦੋਂ ਤੱਕ ਇਸ ਪੁਰਾਣੀ ਮੈਸ਼ ਦੀ ਡਿਮਾਂਡ ਪੂਰੀ ਨਹੀਂ ਹੁੰਦੀ, ਅਸੀਂ ਕੋਈ ਇੱਕ ਰੈਲੀ ਵਾਸਤੇ ਏਕਤਾ ਨਹੀਂ ਕੀਤੀ, ਉਦੋਂ ਤੱਕ ਏਕਤਾ ਦੇ ਵਿੱਚ ਹੁੱਭ ਕੇ ਇਸ ਨੂੰ ਤਕੜਾ ਕਰਦੀ ਪੂਰੇ ਦੇ ਵੀ ਇੱਕ ਜ਼ਿੰਮੇਵਾਰੀ ਰੈਲੀਆਂ ਸਟੇਜ ਤੋਂ ਜਦੋਂ ਤੱਕ ਪੁਰਾਣੀ ਪੈਨਸ਼ਨ ਲਾਗੂ ਨਹੀਂ ਹੁੰਦੀ, ਤਕੜੇ ਹੋ ਕੇ ਰੈਲੀਆਂ ਦਾ ਮੁਜ਼ਾਹਰਿਆਂ ਦਾ ਤੁਸੀਂ ਸਾਥ ਦਿਓ, ਜਦੋਂ ਤੱਕ ਨੇ ਪੁਰਾਣੀ ਪੈਨਸ਼ਨ ਇਹਨੇ ਮੇਰੇ ਲਾਗੂ ਨਹੀਂ ਕਰਾਉਂਦੀ 1972 ਦੇ ਐਕਟ ਤੇ, ਇਹ ਲੜਾਈ ਜਾਰੀ ਰਹੂਗੀ। ਧੰਨਵਾਦ। ਸਰਕਾਰਾਂ ਫਾਸੀਵਾਦੀ ਸਰਕਾਰਾਂ, ਜੇਕਰ ਮੋਦੀ ਦੀ ਗੱਲ ਕਰ ਲਈਏ ਤਾਂ ਚੰਗੇ ਨਾਂ ਦੇ ਉੱਤੇ 2014 ਦੇ ਵਿੱਚ ਕਾਬਜ਼ ਹੋ ਕੇ ਕਿਸ ਤਰ੍ਹਾਂ ਦੇਸ਼ ਦੇ ਵਿੱਚ ਮਾਹੌਲ ਬਣਾਇਆ ਗਿਆ ਵੀ ਅੱਛੇ ਦਿਨ ਆ ਜਾਣੇ ਨੇ, ਹੁਣ ਤੱਕ ਸਾਡੇ ਜਿਹੜੇ ਦਿਨ ਸੀ ਉਹ ਬੁਰੇ ਹੀ ਨਹੀਂ ਸੀ, ਕਿਸ ਤਰ੍ਹਾਂ ਲੋਕਾਂ ਨੇ ਧੜਾ ਧੜ ਵੋਟਾਂ ਪਾ ਕੇ ਉਹਨਾਂ ਨੂੰ ਸੱਤਾ ਤੇ ਕਾਬਜ਼ ਕਰਤਾ, ਜਿਹਦਾ ਪਿਛਲੇ 10 ਸਾਲਾਂ ਤੋਂ ਅਸੀਂ ਸੰਤਾਪ ਉਡਾ ਰਹੇ ਹਾਂ ਤੇ ਆ 4 ਸਾਲ ਹੋਰ ਹੋ ਗਏ। ਇਹ ਕਿਸ ਢੰਗ ਦੇ ਨਾਲ ਦੇਸ਼ ਦਾ ਮਾਹੌਲ ਆ, ਇਹਨਾਂ ਨੇ ਹਿੰਦੂ ਮੁਸਲਿਮ ਦੇ ਨਾਂ ਦੇ ਉੱਤੇ, ਸਿੱਖ ਈਸਾਈ ਦੇ ਨਾਂ ਦੇ ਉੱਤੇ ਆ ਜਿਹੜਾ ਮਾਹੌਲ ਬਣਾਇਆ ਇਹਨੂੰ ਅਸੀਂ ਸੰਤਾਪ ਉਡਾ ਰਹੇ ਹਾਂ। ਸਭ ਤੋਂ ਵੱਡੀ ਫਾਸੀਵਾਦ ਸਰਕਾਰ ਆ ਜਿਹੜੀ ਇਹ ਸਾਬਤ ਹੋਈ ਹੈ। ਇਹਦੇ ਨਾਲ ਦੀ ਨਾਲ ਬਦਲਾਅ ਦੇ ਨਾਂ ਦੇ ਉੱਤੇ ਵੀ ਪਤਾ ਨਹੀਂ ਕੋਈ ਦੁਨੀਆਂ ਦੇ ਉੱਤੇ ਜਿੱਥੇ ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ ਖਰੀ ਚਮਤਕਾਰ ਹੀ ਹੋ ਜੂਗਾ, ਸਾਰੇ ਮਸਲੇ ਆ ਸਾਡੇ ਹੱਲ ਹੋ ਜਾਣਗੇ। ਪਰ ਸਾਥੀਓ ਇਸ ਗੱਲ ਦੇ ਵਿੱਚ ਅੱਜ ਪੰਜਾਬ ਦਾ ਮੁਲਾਜ਼ਮ, ਮੈਂ ਮੁਲਾਜ਼ਮਾਂ ਨੂੰ ਵੀ ਕਹੂੰਗਾ ਵੀ ਇਹਨਾਂ ਅਸੀਂ ਕੋਈ ਕਸਰ ਨਹੀਂ ਛੱਡੀ ਮਸ਼ੀਨਾਂ ਦੇ ਉੱਤੇ, ਇਹਦੀਆਂ ਮਸ਼ੀਨਾਂ ਦੇ ਝਾੜੂ ਵਾਲੇ ਬਟਨ ਨੱਪ ਨੱਪ ਖਰਾਬ ਕਰਤੇ, ਜਿਹਦਾ ਅਸੀਂ ਸੰਤਾਪ ਅੱਜ ਭੋਗ ਰਹੇ ਹਾਂ ਬੈਠੇ ਉਹਨਾਂ ਦਰੀਆਂ ਦੇ ਉੱਤੇ। ਜਦੋਂ ਸੱਤਾ ਤੇ ਕਾਬਜ਼ ਨਹੀਂ ਸੀ ਉਦੋਂ ਇਹ ਗੱਲ ਕਰਦੇ ਸੀ ਕਿਸੇ ਨੂੰ ਕੋਈ ਧਰਨਾ ਨਹੀਂ ਲਾਉਣਾ ਪੈਣਾ, ਕਿਸੇ ਨੂੰ ਕੋਈ ਮੁਜ਼ਾਹਰਾ ਨਹੀਂ ਕਰਨਾ ਪੈਣਾ, ਪਰ ਜਿਹੜਾ ਇਹਦਾ ਆਗਾ ਕੇਜਰੀਵਾਲ ਹੈ ਉਹ ਤਾਂ ਸਪਸ਼ਟ ਕਹਿੰਦਾ ਵੀ ਮੈਂ ਸਰਮਾਏਦਾਰੀ ਦੇ ਹੱਕ ਦੇ ਵਿੱਚ ਹੈ, ਤੇ ਜਿਹੜਾ ਬੰਦਾ ਸਰਮਾਏਦਾਰੀ ਦੇ ਹੱਕ ਦੇ ਵਿੱਚ ਹੈ ਉਹ ਮੁਲਾਜ਼ਮ ਦੇ ਹੱਕ ਦੇ ਵਿੱਚ ਕਿਸ ਤਰ੍ਹਾਂ ਹੋ ਸਕਦਾ। ਉਹਦੇ ਕਰਕੇ ਅੱਜ ਤੁਹਾਨੂੰ ਆ ਦਰੀਆਂ ਵਿੱਚ ਉੱਤੇ ਬਹਿਣ ਲਈ ਮਜਬੂਰ ਹੋਣਾ ਪਿਆ। ਪਰ ਮੈਂ ਇੱਕ ਗੱਲ ਇੱਥੇ ਕਿਉਂ ਕਹਿਣੀ ਚਾਹੂੰਗਾ ਵੀ ਦਰਿਆ ਦੇ ਉੱਤੇ ਆਪਾਂ ਕਿਉਂ ਬਹਿੰਦੇ ਹਾਂ, ਘਰਾਂ ਦੇ ਵਿੱਚ ਸੱਥਰ ਕਿਉਂ ਵਿਛਦੇ ਹੈ, ਸਾਨੂੰ ਉਹ ਮਹਿਸੂਸ ਹੋ ਗਿਆ ਕਿ ਜਿਹਨੂੰ ਅਸੀਂ ਬਹੁਤ ਚਾਵਾਂ ਦੇ ਨਾਲ ਸੱਤਾ ਤੇ ਕਾਬਜ਼ ਕੀਤਾ ਸੀ, ਅੱਜ ਉਹ ਮਰਿਆ ਹੋਇਆ ਮੁੱਖ ਮੰਤਰੀ ਸਾਨੂੰ ਮਹਿਸੂਸ ਹੋ ਰਿਹਾ, ਜਿਹਦੇ ਕਰਕੇ ਜਿਹਨੂੰ ਕੋਈ ਫਿਕਰ ਨਹੀਂ, ਜਿਹਨੂੰ ਕੋਈ ਪੰਜਾਬ ਦੀ ਜਵਾਨੀ ਦਾ ਫਿਕਰ ਨਹੀਂ, ਜਿਹਨੂੰ ਕੋਈ ਪੰਜਾਬ ਦੀ ਕਿਸਾਨੀ ਦਾ ਫਿਕਰ ਨਹੀਂ, ਜਿਹਨੂੰ ਕੋਈ ਮੁਲਾਜ਼ਮ ਵਰਗ ਦਾ ਫਿਕਰ ਨਹੀਂ। ਕਹਿੰਦੇ ਅਸੀਂ ਇੰਨੀਆਂ ਨੌਕਰੀਆਂ ਕਰ ਦਿਆਂਗੇ ਕਿ ਬਾਹਰੋਂ ਅੰਗਰੇਜ਼ ਆ ਕੇ ਇੱਥੇ ਨੌਕਰੀਆਂ ਕਰਿਆ ਕਰਨਗੇ, ਹਰਾ ਪਿੰਡ ਮੇਰਾ ਚੱਲੂਗਾ ਤਾਂ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਚੱਲੂਗਾ, ਉਹਨਾਂ ਦੀਆਂ ਰਹਿੰਦੀਆਂ ਮੰਗਾਂ ਦੇ ਲਈ ਚੱਲੂਗਾ। ਸਾਥੀਓ ਇਸ ਸਟੇਜ ਦੇ ਉੱਤੋਂ ਕਾਫੀ ਬੁਲਾਰੇ ਬੋਲ ਗਏ ਆ, ਕੋਈ ਬਹੁਤੀ ਗੱਲ ਕਰਨ ਵਾਲੀ ਰਹਿ ਨਹੀਂ ਗਈ। ਅਸੀਂ ਵੀ ਦਫ਼ਤਰਾਂ ਦੇ ਵਿੱਚ ਡਿਪੂਆਂ ਦੇ ਵਿੱਚ ਰੋਜ਼ ਇਹਦੇ ਤੇ ਵਿਚਾਰਾ ਕਰਦੇ ਹਾਂ, ਜਿਹੜਾ ਆਉਣ ਵਾਲਾ ਸਮਾਂ ਇਹ ਬਹੁਤ ਘਾਤਕ ਹੈ, ਪਰ ਤਾਕਤ ਜਿਹੜੀ ਵੋਟ ਦੀ ਆ ਸਾਡੇ ਹੱਥ ਦੇ ਵਿੱਚ ਹੈ, ਉਹ ਦਿਨ ਦੂਰ ਨਹੀਂ ਜਿੱਥੇ 13 ਸੀਟਾਂ ਦੀ ਕਲੇਮ ਕਰਦੇ ਹੋਈ ਅਸੀਂ ਜਿੱਤ ਕੇ ਲਿਜਾਵਾਂਗੇ, ਇਹਨਾਂ ਨੂੰ ਪਤਾ ਲੱਗੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਵਕਤ ਦੂਰ ਨਹੀਂ ਉਹ ਤੁਹਾਡੇ ਕੋਲ ਆਉਣਗੇ। ਉਹ ਸਾਡਾ ਸਵਾਲ ਬਣਦਾ ਇਹਨਾਂ ਨੂੰ ਕਰਨਾ ਵੀ ਆਹ ਪੁਰਾਣੀ ਪੈਨਸ਼ਨ ਦੇ ਨਾਂ ਦੇ ਉੱਤੇ ਕਰਮਚਾਰੀਆਂ ਦੀਆਂ ਮੰਗਾਂ ਦਾ ਜਿਹੜਾ ਇਹਨਾਂ ਨੇ ਗਰੰਟੀਆਂ ਕੀਤੀਆਂ, 4 ਨੰਬਰ ਦੇ ਉੱਤੇ ਮੰਗ ਪਾਈ ਸੀ ਵੀ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ, ਉਹ ਗਰੰਟੀ ਵਾਲਾ ਨੈਟ ਤੇ ਡਾਊਨਲੋਡ ਕਰਕੇ ਉਹਨਾਂ ਨੂੰ ਵਿਖਾ ਦਿਓ ਵੀ ਆਹ 4 ਨੰਬਰ ਵਾਲੀ ਗਰੰਟੀ ਤੁਹਾਡੀ ਕਿੱਥੇ ਹੈ, ਵੀ ਉਹ ਕਿੱਧਰ ਗਈ ਪੁਰਾਣੀ ਪੈਨਸ਼ਨ ਜਿਹਦੇ ਕਹਿੰਦੇ ਸੀ ਕੋਈ ਧਰਨਾ ਨਹੀਂ ਲਾਉਣਾ ਪੈਣਾ, ਕੋਈ ਮੁਜ਼ਾਹਰਾ ਨਹੀਂ ਕਰਨਾ ਪੈਣਾ, ਤੁਹਾਡੇ ਜਿਹੜੇ ਝੂਠੇ ਵਾਅਦੇ ਆ ਜਿਹੜੇ ਇਹ ਲੋਕ ਹੁਣ ਬਾਹਲਾ ਸਿਰ ਸਹਿਣ ਨਹੀਂ ਕਰਨਗੇ। ਵਕਤ ਸਾਥੀਓ ਆ ਗਿਆ, ਅੱਜ ਭਾਵੇਂ ਮੁੱਖ ਮੰਤਰੀ ਦੇ ਘਰ ਦੇ ਵੱਲ ਕਰਾਓ ਦੀ ਗੱਲ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਏਕਾ ਜਿਹੜਾ ਆਪਾਂ ਜਿਸ ਢੰਗ ਨਾਲ ਹੋਇਆ ਉਸੇ ਤਰ੍ਹਾਂ ਇਹਨੂੰ ਮਜ਼ਬੂਤ ਰੱਖਣਾ। ਇਹ ਫਾਸੀਵਾਦੀ ਸਰਕਾਰਾਂ, ਲਾਰੇਬਾਜ਼ ਸਰਕਾਰਾਂ ਨੂੰ ਸੱਤਾ ਤੋਂ ਪਰੇ ਕਰਨ ਦਾ ਇੱਕੋ ਇੱਕ ਜਿਹੜਾ ਠੀਕ ਰਸਤਾ ਏਕੇ ਦੇ
ਦੇ ਨਾਲ ਸੰਘਰਸ਼ ਹੈ। ਇਸ ਕਰਕੇ ਅੱਜ ਵੀ ਮੈਂ ਸਾਰੇ ਹੀ ਸਾਥੀਆਂ ਨੂੰ ਜਿਹੜੀਆਂ ਜਿਹੜੀਆਂ ਜਥੇਬੰਦੀਆਂ ਆਈਆਂ ਤੁਸੀਂ ਸਿਰ ਜੋੜੇ ਇਸ ਗੱਲ ਦੀ ਵਧਾਈ ਦਿੰਦਾ, ਇਸ ਏਕੇ ਨੂੰ ਹੋਰ ਮਜ਼ਬੂਤ ਕਰੀਏ। ਪੁਰਾਣੀ ਪੈਨਸ਼ਨ ਜਿਵੇਂ ਹਿਮਾਚਲ ਵਾਲਿਆਂ ਨੇ ਵਾਅਦਾ ਕੀਤਾ ਸੀ ਵੀ ਪਹਿਲੀ ਕੈਬਨਿਟ ਦੇ ਵਿੱਚ ਲਾਗੂ ਕਰ ਦਾਂਗੇ, ਉਸੇ ਢੰਗ ਨਾਲ ਕਰਤੀ। ਪਿਛਲੇ ਸਮੇਂ ਦੇ ਵਿੱਚ ਫਾਈਨਾਂਸ ਮਿਨਿਸਟਰ ਨਾਲ ਸਾਡੀ ਮੀਟਿੰਗ ਹੋਈ, ਗੱਲ ਚੱਲੀ ਵੀ ਆਹ ਸਟੇਟ ਨੇ ਲਾਗੂ ਕਰਤੀ, ਕਹਿੰਦਾ ਹਿਮਾਚਲ ਵਾਲੇ ਨੇ ਤਾਂ ਸਭ ਤੋਂ ਮਾੜੀ ਲਾਗੂ ਕੀਤੀ ਹੈ। ਇਸ ਕਰਕੇ ਉਹਦਾ ਸਾਨੂੰ ਅੰਦਾਜ਼ਾ ਲੈ ਲੈਣਾ ਚਾਹੀਦਾ ਕਿ ਇਹ ਮੁਲਾਜ਼ਮਾਂ ਦੇ ਮੁਲਾਜ਼ਮ ਵਰਗ ਦੇ ਪਬਲਿਕ ਸੈਕਟਰ ਦੇ ਬਿਲਕੁਲ ਹੱਕ ਚ ਨਹੀਂ। ਇਸ ਕਰਕੇ ਇਹਨਾਂ ਦੀ ਧੌਣ ਤੇ ਗੋਡਾ ਆਪਾਂ ਨੂੰ ਆਉਣ ਵਾਲੇ ਵਕਤ ਦੇ ਵਿੱਚ ਭਾਵੇਂ ਅੱਜ ਦੀ ਗੱਲ ਹੈ ਸਮੇਂ ਸਮੇਂ ਤੇ ਇਹਨੂੰ ਆਪਦੀ ਔਕਾਤ ਯਾਦ ਕਰਾਉਣੀ ਪੈਣੀ ਆ, ਤੇ ਜਿਹੜੀ ਆਪਦੀ ਪੁਰਾਣੀ ਪੈਨਸ਼ਨ ਦੀ ਆ ਬਹਾਲੀ ਜਿਹੜੀ ਕਰਾਉਣੀ ਪੈਣੀ ਤੇ ਪਬਲਿਕ ਸੈਕਟਰ ਨੂੰ ਬਚਾਉਣਾ ਪੈਣਾ। ਇੰਨੀਆਂ ਗੱਲਾਂ ਕਹਿੰਦਾ ਹੋਇਆ ਤੁਹਾਡੇ ਆਉਣ ਦਾ ਇੱਥੇ ਬਹੁਤ ਬਹੁਤ ਧੰਨਵਾਦ ਕਹਿ ਕੇ ਆਪਣੀ ਜਗ੍ਹਾ ਵਾਪਸ ਲੈਣਾ, ਧੰਨਵਾਦ ਮਿਹਰਬਾਨੀ। ਜਸਵੀਰ ਦਰਵਾੜਾ ਜੀ ਨੇ ਬੋਲਣਾ, ਬਹੁਤ ਸਾਰੇ ਆਗੂ ਸਾਹਿਬਾਨ, ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਨੰਗਲ ਜੀ, ਪੱਪਾ ਸੱਸਾ ਪੱਪਾ ਵਿਗਿਆਨਿਕ ਦੇ ਸਵਾਈ ਆਗੂ ਐਨ ਡੀ ਤਿਵਾੜੀ ਜੀ, ਮੇਰੇ ਐਨ ਪੀ ਐਸ ਮੁਲਾਜ਼ਮ ਵੀਰੋ ਭੈਣੋ, ਅੱਜ ਦਾ ਦਿਨ ਪੰਜਾਬ ਵਿੱਚ ਇੱਕ ਨਵੇਕਲਾ ਤੇ ਇਤਿਹਾਸਕ ਦਿਨ ਹੈ, ਕਿਉਂਕਿ ਸਾਡੀ ਪਹਿਲਕਦਮੀ ਨਾਲ ਮੇਰੇ ਛੋਟੇ ਵੀਰ ਅਤਿੰਦਰ ਘੱਗਾ ਜੀ ਤੇ ਗੁਰਜੰਟ ਸਿੰਘ ਜੀ ਆਪਾਂ ਇੱਕ ਬੈਨਰ ਹੇਠ ਇਕੱਠੇ ਹੋਏ ਹਾਂ। ਸਾਥੀ ਮੈਂ ਸੁਖਜੀਤ ਦਾ ਵੀ ਸਮਰਥਨ ਕਰਦੇ ਹਾਂ ਵੀ ਉਹ ਆ ਕੇ ਇਸ ਰੈਲੀ ਦਾ ਹਿੱਸਾ ਵੀ ਬਣੇ ਔਰ ਪੂਰਨ ਸਮਰਥਨ ਵੀ ਦਿੱਤਾ। ਪਰ ਕੁਝ ਗੱਲਾਂ ਜਿਹੜੀਆਂ ਉਹ ਕਹਿ ਕੇ ਗਏ ਆ, ਮੈਂ ਫਿਰ ਕਹਿੰਦਾ ਕਿ ਨੇੜਤਾ ਵਿੱਚ ਤਰੀਕਾ ਦੀ ਕੋਈ ਦਰਾਰ ਨਹੀਂ ਰਹਿਣੀ ਚਾਹੀਦੀ। ਸੁਖਜੀਤ ਜੀ, ਸਾਡਾ ਇਹ ਮੰਚ ਤੋਂ ਖੁੱਲ੍ਹਾ ਐਲਾਨ ਹੈ, ਤੁਸੀਂ ਸਾਨੂੰ ਦੱਸੋ ਤੁਸੀਂ ਕਿਹੜੀ ਤਰੀਕ ਨੂੰ ਵਿਹਲੇ ਹੋ। ਅਸੀਂ ਤਿੰਨੇ ਗਰੰਟੀ ਦਿੰਦੇ ਹਾਂ, ਅਸੀਂ ਜਾ ਕੇ ਜਲੰਧਰ ਆਵਾਂਗੇ ਤੁਹਾਡੇ ਕੋਲ, ਪਰ ਤੁਹਾਡਾ ਦਿਲ ਜਿਹੜਾ ਹੈ ਉਹ ਬਾਵਾ ਸਾਨੂੰ ਹੱਡੀਆਂ ਮਿਲਣੀਆਂ ਚਾਹੀਦੀਆਂ, ਕਿਉਂਕਿ ਸਰਕਾਰ ਲਗਾਤਾਰ ਵਾਰ ਕਰ ਰਹੀ ਹੈ। ਜਿਹੜੀ ਸਰਕਾਰ ਗਰੰਟੀ ਦੇ ਰੂਪ ਚ ਪੈਨਸ਼ਨ ਦੀ ਗੱਲ ਕਰਦੀ ਸੀ, ਜਿਹੜੀ ਸਰਕਾਰ ਨੇ ਅੱਧ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ, ਉਸ ਵੇਲੇ ਸਾਥੀਆਂ ਨੂੰ ਭਰੇਖਾ ਸੀਗਾ ਵੀ ਸਾਡੀ ਪੈਨਸ਼ਨ ਲੱਗ ਗਈ। ਅੱਜ ਡੇਢ ਸਾਲ ਬਾਅਦ ਮੁੜ ਕੇ ਐਨ ਪੀ ਐਸ ਕਰਮਚਾਰੀ ਸੜਕਾਂ ਤੇ ਆ ਗਏ ਹੈ, ਔਰ ਮੈਂ ਦਾਅਵਾ ਕਰਦਾ ਜਿਹੜੀ ਅੱਜ ਏਕਤਾ ਹੋਈ ਹੈ, ਜਿਉਂ ਜਿਉਂ ਕੇ ਰਬ ਸ਼ਾਲ ਹੋਏਗਾ, ਅੱਜ ਪੂਰੀ ਸੜਕ ਭਰ ਗਈ ਹੈ ਇਹ, ਆਉਣ ਵਾਲੇ ਸਮੇਂ ਤੇ ਮੈਂ ਲੱਗਦਾ ਕੱਟ ਤੇਰੇ ਘਰ ਤੱਕ ਪਹੁੰਚ ਜਾਣਾ ਹੈ, ਕਿਉਂਕਿ ਅਸੀਂ ਲਗਾਤਾਰ ਯਤਨਸ਼ੀਲ ਹੈ। ਚਾਹੇ ਇੱਕ ਵੀ ਐਨ ਪੀ ਐਸ ਮੁਲਾਜ਼ਮ ਜਿਹੜਾ ਕਰਮਚਾਰੀ ਹੈ, ਅਸੀਂ ਉਸ ਨੂੰ ਇਸ ਸੰਘਰਸ਼ ਦੇ ਦਾਇਰੇ ਤੋਂ ਬਾਹਰ ਨਹੀਂ ਰੱਖਣਾ ਚਾਹੁੰਦੇ ਹਾਂ। ਫਿਰ ਆਪਣੇ ਵੀਰ ਸੁਖਜੀਤ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਹਿੱਸੇ ਇਸ ਸੰਘਰਸ਼ ਦਾ ਹਿੱਸਾ ਬਣੇ। ਸਰਕਾਰਾਂ ਚਾਹਦੀਆਂ ਨੇ ਵੰਡੀਆਂ ਪਾਣੀਆਂ, ਉਹ ਲਗਾਤਾਰ ਸਾਨੂੰ ਵੰਡਦੇ ਆਏ ਹੈ, ਅਲੱਗ ਅਲੱਗ ਭਰਤੀਆਂ ਦੇ ਨਾਂ ਤੇ, ਅਲੱਗ ਅਲੱਗ ਠੇਕੇ ਵਾਲੇ ਨਾਂ ਤੇ, ਅਲੱਗ ਅਲੱਗ ਤਰ੍ਹਾਂ ਆਊਟਸੋਰਸ ਦੇ ਨਾਂ ਤੇ, ਪਰ ਸਾਡਾ ਲਕਸ਼ ਇੱਕ ਹੋਣਾ ਚਾਹੀਦਾ। ਸਾਨੂੰ ਪਤਾ ਇਹ ਨੀਤੀਆਂ ਕਿੱਥੋਂ ਨਿਕਲ ਰਹੀਆਂ ਨੇ, ਜੇ ਅਸੀਂ ਇਹ ਨਹੀਂ ਜਾਣਾਂਗੇ ਫਿਰ ਅਸੀਂ ਲੜ ਨਹੀਂ ਸਕਾਂਗੇ। ਸੋ ਅਸੀਂ ਲਗਾਤਾਰ ਤਿੰਨ ਸਰਕਾਰਾਂ ਦੇਖ ਲਈਆਂ। ਅਸੀਂ ਉਸ ਵੇਲੇ ਸੰਘਰਸ਼ ਕੀਤਾ ਜਦੋਂ ਕਈ ਸਾਥੀਆਂ ਨੂੰ ਲੱਗਦਾ ਸੀ ਵੀ ਐਨ ਪੀ ਐਸ ਵਿਰੁੱਧ ਲਾਮਬੰਦੀ ਨਹੀਂ ਹੋ ਸਕਦੀ। ਪਹਿਲਾਂ ਅਸੀਂ ਅਕਾਲੀ ਦੇਖੇ, ਅਕਾਲੀਆਂ ਤੋਂ ਬਾਅਦ ਕਾਂਗਰਸ ਦੀਆਂ ਡਾਂਗਾਂ ਖਾਧੀਆਂ, ਚੰਨੀ ਨੇ ਜਦੋਂ ਘਰ ਘੇਰ ਗਏ ਸੀ ਉਦੋਂ ਕੁੱਟਿਆ, ਉਸ ਤੋਂ ਬਾਅਦ ਹੁਣ ਭਗਵੰਤ ਮਾਨ ਦੇ ਘਰ ਵੱਲ ਨੂੰ ਵਧਣਾ, ਇਹ ਤੀਜਾ ਮੁੱਖ ਮੰਤਰੀ ਦੇਖ ਲਿਆ ਜਿਹਦੇ ਘਰ ਵੱਲ ਨੂੰ ਵੱਧ ਰਹੇ ਐਨ ਪੀ ਐਸ ਕਰਮਚਾਰੀ। ਔਰ ਯਾਦ ਰੱਖਣਾ ਇਹ ਸੰਘਰਸ਼ ਇੱਕ ਦਿਨ ਦਾ ਨਹੀਂ, ਸਾਥੀਏ ਨੋਟ ਕਰ ਲਓ, ਸਾਨੂੰ ਬਾਰ ਬਾਰ ਇਹਨਾਂ ਦਾ ਕੁੰਡਾ ਖੜਕਾਉਣਾ ਪੈਣਾ ਜੇ ਸੋਚੀਏ ਵੀ ਇੱਕ ਦਿਨ ਆ ਜਾਈਏ। ਹਾਲਾਤ ਇਹ ਬਣ ਗਏ ਨੇ
ਥੱਲੇ ਉਹ ਬਾਰ ਬਾਰ ਆ ਰਹੇ ਨੇ ਕਿ ਸਾਥੀ ਜਾ ਰਹੇ ਨੇ, ਮੈਨੂੰ ਦੁੱਖ ਲੱਗਦਾ। ਫਿਰ ਅਸੀਂ ਜੇ ਇੰਨੀ ਛੇਤੀ ਬਿਨਾਂ ਪ੍ਰੋਗਰਾਮ ਨੂੰ ਅੰਤ ਕੀਤੇ ਮੁੜ ਜਾਣਾ, ਫਿਰ ਆਉਣ ਦਾ ਕੀ ਲਾਭ ਹੋਇਆ? ਅਸੀਂ ਮੈਸੇਜ ਅੱਜ ਲਿਖ ਲਿਖ ਕੇ ਪਾ ਰਹੇ ਸੀਗੇ ਬਈ ਇਹ ਸੰਘਰਸ਼ ਨੂੰ ਪਿੱਠ ਨਾ ਦਿਖਾਓ। ਅੱਜ ਜੇ ਤੁਸੀਂ ਇਹ ਸੰਘਰਸ਼ ਨੂੰ ਪਿੱਠ ਦਿਖਾਈ, ਮੇਰੀ ਗੱਲ ਇਹ ਯਾਦ ਰੱਖ ਲਿਓ, ਪੱਲੇ ਬੰਨ ਲਿਓ, ਜਿਹਨਾਂ ਲਈ ਅਸੀਂ ਦਿਨ ਰਾਤ ਇੱਕ ਕਰਦੇ ਹਾਂ ਬਿਨਾਂ ਜੇਬੇ 'ਚ ਪੈਸੇ ਦੇ, ਉਹ ਸਾਡੀ ਔਲਾਦ ਵੀ ਸਾਡੀ ਕਦਰ ਨਹੀਂ ਕਰਦੀ। ਜੇ ਤੁਹਾਨੂੰ ਮੇਰੇ ਇਹਨਾਂ ਸ਼ਬਦਾਂ ਦੇ ਯਕੀਨ ਨਹੀਂ ਤਾਂ ਆਲੇ ਦੁਆਲੇ ਸਮਾਜ ਵਿੱਚ ਦੇਖ ਸਕਦੇ ਹੋ ਜਿਹੜੇ ਬਜ਼ੁਰਗ ਪੈਨਸ਼ਨ ਤੋਂ ਬਿਨਾਂ ਹੈ ਉਹ ਕਿਵੇਂ ਰੁੜ ਰਹੇ ਨੇ, ਬਿਨਾਂ ਇਲਾਜ ਤੋਂ, ਬਿਨਾਂ ਸਿਹਤ ਸੁਵਿਧਾਵਾਂ ਤੋਂ ਆਪਣਾ ਆਖਰੀ ਟਾਈਮ ਕਿਵੇਂ ਪਾਸ ਕਰ ਰਹੇ ਨੇ, ਕਿਵੇਂ ਉਹ ਆਪਣੇ ਬੱਚਿਆਂ ਦੇ ਹੀ ਬੋਝ ਬਣ ਜਾਂਦੇ ਨੇ ਜਿਨ੍ਹਾਂ ਲਈ ਦਿਨ ਰਾਤ ਇੱਕ ਕਰ ਦਿੰਦੇ ਨੇ। ਸੋ ਇਸ ਕਰਕੇ ਇਸ ਲੜਾਈ ਵਿੱਚ ਦਿਨ ਰਾਤ ਕੁੱਦੋ। ਮੇਰੀ ਸਾਰੇ ਪੰਜਾਬ ਦੇ NPS ਕਰਮਚਾਰੀਆਂ ਨੂੰ ਅਪੀਲ ਹੈ, ਤੁਹਾਡਾ ਬਾਰ ਬਾਰ ਇਹ ਹੁੰਦਾ ਸੀਗਾ ਕਿ ਜੀ ਇੱਕ ਨਹੀਂ ਹੁੰਦੇ, ਇੱਕ ਨਹੀਂ ਹੁੰਦੇ, ਅੱਜ ਅਸੀਂ ਵੱਡਾ ਦਿਲ ਦਿਖਾ ਕੇ ਅਸੀਂ ਪਹਿਲਕਦਮੀ ਕਰਕੇ ਸਾਰੇ ਸਾਥੀ ਅੱਜ ਇੱਕ ਮੰਚ ਤੇ ਆ ਗਏ ਹਾਂ, ਹੁਣ ਤੁਹਾਡੀ ਵਾਰੀ ਹੈ। ਹੁਣ ਮੈਂ ਸਮਝਦਾ ਜਥੇਬੰਦੀਆਂ ਦਾ ਕੋਈ ਕਸੂਰ ਨਹੀਂ ਹੈ, ਇਹਨਾਂ ਲੀਡਰਸ਼ਿਪ ਦਾ ਕੋਈ ਕਸੂਰ ਨਹੀਂ ਹੈ। ਹੁਣ NPS ਕਰਮਚਾਰੀਆਂ ਨੇ ਤੈਅ ਕਰਨਾ ਵੀ ਉਹਨਾਂ ਨੇ ਪੁਰਾਣੀ ਪੈਨਸ਼ਨ ਲੈਣੀ ਹੈ ਜਾਂ NPS ਅੰਦਰ ਰਹਿਣਾ। ਸੋ ਇਹਨਾਂ ਸ਼ਬਦਾਂ ਨਾਲ ਹੀ ਜਿਹੜੀ ਦੂਜੀ ਅਪੀਲ ਮੈਂ ਕਰਨਾ ਚਾਹੁੰਦਾ, ਕਿਉਂਕਿ ਮੈਂ ਸਾਂਝੇ ਫਰੰਟ ਦਾ ਵੀ ਕੋ ਕਨਵੀਨਰ ਹੈ ਤੇ ਸਾਰਿਆਂ ਨੂੰ ਅਪੀਲ ਹੈ ਵੀ ਸਾਂਝੇ ਫਰੰਟ ਦਾ ਜਿਹੜਾ ਵਿਧਾਨ ਸਭਾ ਦਾ ਕਰਾਓ ਹੈ ਉਹਦੇ ਵੱਲ ਨੂੰ ਵੀ ਅਸੀਂ ਇਸੇ ਤਰ੍ਹਾਂ ਕਾਫਲੇ ਬੰਨ ਕੇ ਵਧਣਾ। ਸਾਡੇ ਕੋਲ ਜਰਮਨਜੀਤ ਜੀ ਉਸ ਫਰੰਟ ਦੇ ਕਨਵੀਨਰ, ਤੁਹਾਨੂੰ ਸੁਨੇਹਾ ਵੀ ਦੇ ਗਏ ਹੈ। ਤੀਸਰੀ ਗੱਲ ਜਿਹੜੀ ਮੈਂ ਐਂਡ 'ਚ ਕਵਾਂਗਾ, ਜਿਹੜੀ ਸਰਕਾਰ ਤੁਸੀਂ ਬਟਨ ਦੱਬ ਕੇ ਬਣਾਈ ਹੈ, ਹੁਣ ਮੈਨੂੰ ਇੱਕ ਗੱਲ ਦੱਸੋ ਕੀ ਆਉਣ ਵਾਲੇ MP ਇਲੈਕਸ਼ਨਾਂ ਵਿੱਚ ਇਸ ਸਰਕਾਰ ਦੀ ਮਦਦ ਕਰੋਗੇ? ਹੱਥ ਖੜਾ ਕਰੋ, ਨਾ ਕਰੋ। ਜੇ ਇਸ ਸਰਕਾਰ ਨਾਲ ਨਹੀਂ ਸਹਿਮਤ ਹੈ, ਇਹ ਭਗਵੰਤ ਮਾਨ ਦੀ ਸਰਕਾਰ ਆਉਣ ਵਾਲੇ ਸਮੇਂ 'ਚ ਚੱਲਦਾ ਕਰੋਗੇ? ਸਰਕਾਰ ਨੂੰ ਇਸੇ ਤਰ੍ਹਾਂ ਚੱਲਦਾ ਕਰਾਂਗੇ। ਸਾਰੇ ਜਣੇ ਹੱਥ ਖੜੇ ਕਰੋ, ਜਿਹਦਾ ਹੱਥ ਨਹੀਂ ਖੜਾ ਹੁੰਦਾ ਇਹਦਾ ਮਤਲਬ ਉਹ ਸਹਿਮਤ ਹੈ ਇਸ ਸਰਕਾਰ ਨਾਲ। ਸਾਰੇ ਹੱਥ ਖੜਾ ਕਰਕੇ ਐਲਾਨ ਕਰੋ ਇਹ ਸਰਕਾਰ ਨੇ ਜੋ ਸਾਨੂੰ ਪੁਰਾਣੀ ਪੈਨਸ਼ਨ ਨਹੀਂ ਦਿੱਤੀ ਇਸ ਨੂੰ ਚੱਲਦਾ ਕਰਾਂਗੇ। ਭਗਵੰਤ ਮਾਨ ਸਰਕਾਰ ਮੁਰਦਾਬਾਦ। ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਵਧਣਾ, ਜਿਹੜਾ ਕਹਿੰਦਾ ਸੀ ਮੈਂ ਬੁਢਾਪੇ ਦੀ ਤੁਹਾਨੂੰ ਸੁਰੱਖਿਆ ਦੇਵਾਂਗਾ। ਚਲੋ ਚੱਲ ਕੇ ਪੁੱਛੀਏ ਵੀ ਸਾਡੀ ਬੁਢਾਪੇ ਦੀ ਸੁਰੱਖਿਆ ਕਿੱਥੇ ਹੈ? ਪਰ ਸਾਰਿਆਂ ਨੇ ਵਲੰਟੀਅਰ ਸਾਥੀਆਂ ਦਾ ਕਹਿਣ ਵਿੱਚ ਰਹਿਣਾ, ਡਿਸਿਪਲਨ ਵਿੱਚ ਰਹਿਣਾ। ਕਿਸੇ ਵੀ ਸਾਥੀ ਨੇ ਡਿਸਿਪਲਨ ਭੰਗ ਨਹੀਂ ਕਰਨਾ, ਤੁਹਾਡੀ ਲੀਡਰਸ਼ਿਪ ਅੱਗੇ ਹੋਏਗੀ, ਉਹਦੇ ਕਹਿਣ ਅਨੁਸਾਰ ਚੱਲਣਾ। ਇਹਨਾਂ ਸ਼ਬਦਾਂ ਨਾਲ ਹੀ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ। ਸਤਾ ਏਕਾ ਚਿੰਦਾਬਾਦ।
Thank you.
ਸਾਹਿਬ ਬਹੁਤ ਹੋ ਗਿਆ ਵੱਲੋਂ ਆਏ ਹੋ, ਐਸ ਡੀ ਐਮ ਸਾਹਿਬ ਆਏ ਨੇ ਅਤੇ ਮੋਰਚੇ ਦੀ ਲੀਡਰਸ਼ਿਪ ਬਹੁਤ ਗੰਭੀਰਤਾ ਦੇ ਨਾਲ ਸਾਰੀ, ਅਸੀਂ ਕੋਈ ਬੋਲਣਬਾਜ਼ ਨਹੀਂ, ਪਰ ਇਹ ਪੰਜਾਬ ਦੇ ਮੁਲਾਜ਼ਮਾਂ ਨੇ ਆਪਦਾ ਅੱਜ ਗੁੱਸਾ ਦਿਖਾਇਆ ਕਿ ਜਿਹੜਾ ਸਵਾ ਸਾਲ ਤੋਂ ਇਹਨਾਂ ਦੇ ਨੋਟੀਫਿਕੇਸ਼ਨ ਕੰਨੀ ਝਾਕ ਰਹੇ, ਪਰ ਸੰਗਰੂਰ ਪ੍ਰਸ਼ਾਸਨ ਵੱਲ ਸਾਡਾ ਲੰਬ ਹੈ
ਤੇ ਬਹੁਤ ਸਾਡਾ ਇਹ 2-3 ਵਾਰ ਦਾ ਤਜਰਬਾ ਹੈ ਕਿ ਤੁਹਾਡੇ ਵੱਲੋਂ ਦਿੱਤੀਆਂ ਹੋਈਆਂ ਮੀਟਿੰਗਾਂ ਉੱਥੇ ਜਾ ਕੇ ਹੁੰਦੀਆਂ ਨਹੀਂ। ਅਸੀਂ ਜਦੋਂ ਜਾਂਦੇ ਹਾਂ ਉੱਥੇ ਪਤਾ ਲੱਗਦਾ ਕਿ ਅੱਜ ਪੈਨਲ ਮੀਟਿੰਗ ਹੈ ਨਹੀਂ, ਕਦੇ ਤੁਸੀਂ ਫਿਰ ਕਹਿ ਦਿੰਦੇ ਹੋ ਜਦੋਂ ਤੁਹਾਨੂੰ ਫੋਨ ਕਰਦੇ ਹਾਂ ਉਦੋਂ ਬਾਅਦ 'ਚ ਨਾ ਸਾਡੀ ਕੋਈ ਸੁਣਵਾਈ ਹੁੰਦੀ ਹੈ। ਅੱਜ ਅਸੀਂ ਸਾਡਾ ਇਕੱਠ ਆਇਆ ਤਾਂ ਉਹਦੇ 'ਚ ਇਸ ਕਰਕੇ ਇਹ ਤੁਹਾਡੀ ਜ਼ਿੰਮੇਵਾਰੀ ਹੈ ਸੰਗਰੂਰ ਪ੍ਰਸ਼ਾਸਨ ਦੀ। ਅੱਜ ਅਸੀਂ ਤੁਹਾਡੇ ਨਾਲ ਗੱਲਬਾਤ 'ਚ ਜੇ ਕਿਹਾ ਕਿ ਤੁਸੀਂ ਮੁੱਖ ਮੰਤਰੀ ਦਾ ਚਲੋ ਭੱਜ ਗਏ ਆਪਣੀ ਮੀਟਿੰਗ ਤੋਂ, ਵੈਸੇ ਦੇਣੀ ਨਹੀਂ ਹੈ ਸਬ ਕਮੇਟੀ ਨਾਲ ਤੁਸੀਂ ਦਿੱਤੀ ਆ, ਪਰ ਤਜਰਬਾ ਇਹ ਹੈ ਕਿ ਤੁਸੀਂ ਉਹਦੇ ਨਾਲ ਵੀ ਜਾ ਕੇ ਉਹਦੇ 'ਚੋਂ ਵੀ ਕਿਸੇ OST ਨਾਲ ਜਿਹਦਾ ਕੋਈ ਮਤਲਬ ਹੀ ਨਹੀਂ ਹੈ, ਜਿਹੜਾ ਕੋਈ ਹੱਲ ਨਹੀਂ ਕਰ ਸਕਦਾ। ਇਸ ਕਰਕੇ ਜੇ ਇਹ ਦੁਬਾਰੇ ਤਜਰਬਾ ਇਸ ਤਰ੍ਹਾਂ ਦਾ ਹੁੰਦਾ ਤਾਂ ਸੰਗਰੂਰ ਪ੍ਰਸ਼ਾਸਨ ਦੇ ਇਕੱਲੀਆਂ ਸਾਡੀਆਂ ਹੀ ਜਥੇਬੰਦੀਆਂ ਰਹਿਣੀ, ਪੰਜਾਬ ਦੀ ਕਿਸੇ ਜਥੇਬੰਦੀ ਨੇ ਤੁਹਾਡੇ 'ਤੇ ਯਕੀਨ ਨਹੀਂ ਕਰਨਾ। ਤੁਸੀਂ ਇਸ ਕਰਕੇ ਇਹ ਧੋਖਾ ਦੁਆਰੇ ਨਾ ਨਿਕਲੇ, ਇਹਨੂੰ ਕਿਵੇਂ ਇਨਸ਼ੋਰ ਕਰਦੇ ਹੋ ਉਹ ਸਾਡੇ ਸਾਰੇ ਇੱਥੇ ਜਨਤਾ ਨੂੰ ਜਵਾਬ ਇੱਕ ਵਾਰੀ ਜ਼ਰੂਰ ਲਾਸਟ ਸੰਡੇ ਇੱਥੇ ਦੋ ਜਥੇਬੰਦੀਆਂ ਆਈਆਂ, ਮੈਂ ਨਾਲ ਸੀਗਾ। ਇਹਨਾਂ ਦੋਨਾਂ ਨੂੰ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਦਿੱਤੀ, ਨੈਕਸਟ ਡੇ ਇੱਕ ਚਿੱਠੀ ਨੂੰ ਅਪਡੇਟ ਕਰਕੇ ਉਹਦੇ ਉੱਤੇ ਲਿਖ ਦਿੱਤਾ ਗਿਆ ਉੱਚ ਅਧਿਕਾਰੀਆਂ ਨਾਲ। ਇੱਥੇ SP ਸੀਗੇ ਨਵਰੀਤ ਸਿੰਘ, ਫੋਨ 'ਤੇ ਗੱਲ ਹੋਈ, ਉਹ ਕਹਿੰਦੇ ਮੈਂ ਬਸ ਇੰਨਾ ਹੀ ਕਰ ਸਕਿਆ, ਨਾ SDM ਗੱਲ ਸੁਣਨ ਨੂੰ ਤਿਆਰ ਹੈਗਾ, ਨਾ SP ਨਵਰੀਤ ਸਿੰਘ ਸੀ ਜਿਹੜੇ ਉਸਦੇ, ਉਹਨਾਂ ਨੇ ਗੱਲ ਸੁਣੀ। ਮਤਲਬ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਹੈ ਅਤੇ ਕੈਬਨਿਟ ਸਬ ਕਮੇਟੀ ਦਾ ਸਾਰਾ ਕੁਛ ਕਹਿ ਕੇ ਅਸੀਂ ਜਿਹੜਾ ਪਿੱਛੇ ਦੋ ਮਿੰਟ ਜ਼ਰਾ ਮੈਂ ਗੱਲ ਕਰਦਾ, ਅਸੀਂ ਫੈਸਲਾ ਕੀਤਾ ਹੋਇਆ ਇਹਦੇ 'ਤੇ। ਜਰਮਨ ਜੀ, ਅਸੀਂ ਸਾਰਾ ਗੰਭੀਰਤਾ ਨਾਲ ਇਸ 'ਤੇ ਵਿਚਾਰਾਂ ਕੀਤੀਆਂ ਹੋਈਆਂ। ਜਿਹੜੇ ਸਾਥੀ ਸਾਡੇ ਖਾਲਸਾ ਪ੍ਰਗਟ ਕਰ ਰਹੇ ਆ, ਅਸੀਂ ਉਹਦੇ 'ਤੇ ਪਹਿਲਾਂ ਹੀ ਫੈਸਲਾ ਲੈ ਚੁੱਕੇ ਹਾਂ। ਅਸੀਂ ਤਿੰਨਾਂ ਕਨਵੀਨਰਾਂ ਨੇ ਇਹ ਸਰਬਸੰਮਤੀ ਨਾਲ ਫੈਸਲਾ ਲਿਆ। ਸਾਰੇ ਸਾਥੀ ਧਿਆਨ ਨਾਲ ਸੁਣ ਲਓ ਵੀ ਇਹ ਅਗਰ 28 ਤਰੀਕ ਨੂੰ ਕੈਬਨਿਟ ਸਬ ਕਮੇਟੀ ਨਾਲ ਸਾਡੀ ਮੀਟਿੰਗ ਨਹੀਂ ਹੋਈ ਤਾਂ ਸਾਡਾ ਪੁਰਾਣੀ ਪੈਨਸ਼ਨ ਦਾ ਕੋਈ ਤਰ ਪੱਤਣ ਨਹੀਂ ਲੱਗਿਆ, ਤਾਂ ਡੂਰਿੰਗ ਵਿਧਾਨ ਸਭਾ ਸੈਸ਼ਨ ਸਾਂਝੇ ਫਰੰਟ ਦੇ ਵਿੱਚ ਅਸੀਂ ਐਲਾਨ ਕਰ ਚੁੱਕੇ ਹਾਂ, ਪੂਰਾ ਸਮਰਥਨ ਕਰਾਂਗੇ। ਉਸ ਤੋਂ ਬਾਅਦ ਅਸੀਂ ਵਿਧਾਨ ਸਭਾ ਵੱਲ ਨੂੰ ਵਧਾਂਗੇ। ਤਿਆਰ ਹੋ ਸਾਰੇ? ਹਾਂ, ਅਸੀਂ ਇਸ ਧੋਖੇ ਦਾ ਜਵਾਬ ਫਿਰ ਇੱਕ ਵਾਰੀ ਵੱਡੀ ਲਾਮਬੱਦੀ ਤੇ ਵੱਡੇ ਸੰਘਰਸ਼ ਨਾਲ ਦੇਵਾਂਗੇ। ਕਿਸੇ ਵੀ ਸਾਥੀ ਦੇ ਮਨ 'ਚ ਇਹ ਨਾ ਰਵੇ ਇਹ ਲਾਸਟ ਰੈਲੀ ਹੈ ਜੇ ਇਹ ਕੋਈ ਸੰਘਰਸ਼ ਦਾ ਅੰਤ ਹੈ। ਨਾ ਇਹ ਵੱਡਾ, ਨਾ ਇਹ ਕੋਈ ਵੱਡਾ ਇਕੱਠ ਪਹਿਲੀ ਵਾਰੀ ਹੋਇਆ, ਨਾ ਆਉਣ ਵਾਲੇ ਸਮੇਂ 'ਚ ਅੰਤਿਮ ਵਾਰ ਹੋਏਗਾ। ਅੰਤਿਮ ਵਾਰ ਸਾਡਾ ਵੱਡਾ ਇਕੱਠ ਉਦੋਂ ਹੀ ਹੋਏਗਾ ਜਦੋਂ ਅਸੀਂ ਸਾਰੇ ਆਪਣੇ ਹੱਥਾਂ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤ ਕਰਾਂਗੇ। ਸੋ ਇਸ ਕਰਕੇ ਇਹ 28 ਦੀ ਮੀਟਿੰਗ ਬੜੀ ਧਿਆਨ ਨਾਲ ਦੇਖਾਂਗੇ, ਜੇ ਨਹੀਂ ਹੋਈ ਤਾਂ ਵਿਧਾਨ ਸਭਾ ਨੂੰ ਮਾਰਚ ਕਰਾਂਗੇ। ਡੇਟ ਆਪਾਂ ਤਿੰਨੇ ਕਨਵੀਨਰ ਫੈਸਲਾ ਕਰਕੇ ਸਬ ਕਮੇਟੀ ਨੂੰ ਵੀ ਕਹਿ ਦਿਓ ਤਿਆਰੀ ਨਾਲ, ਉਹ ਉਸ ਗੱਲ ਦੇ ਤਿਆਰੀ ਤੇ ਆਰ ਜਾਂ ਪਾਰ ਦੀ ਗੱਲ ਕਰਨ ਸਾਡੇ ਨਾਲ। ਜੇ ਵਿੱਚ ਵਿਚਾਲੇ ਗੱਲ ਰੱਖੀ ਤਾਂ ਸਾਡਾ ਵਿਧਾਨ ਸਭਾ ਨੂੰ ਮਾਰਚ ਜਿਹੜਾ ਉਹ ਬਿਲਕੁਲ ਤੈਅ ਹੈ। ਡੇਟ ਦਾ ਐਲਾਨ ਜਿਹੜਾ ਹੈ ਅਸੀਂ 28 ਫਰਵਰੀ ਨੂੰ ਚੰਡੀਗੜ੍ਹ ਤੋਂ ਕਰਾਂਗੇ। ਧੰਨਵਾਦ ਜੀ। ਜੈ ਜਨਤਾ, ਜੈ ਸਰਕਾਰ, ਜਿੱਤ ਲੜਦੇ ਲੋਕ।